ਦਾਵਾ ਕਰਦੇ ਸੀ 400 ਤੋਂ ਪਾਰ ਉਹ ਆਪੇ ਹੀ ਆਪਣੇ ਦਾਅਵੇ ਦੀ ਫੂਕ ਕੱਢਣ ਲੱਗੇ ਐ ਲੱਗਦਾ ਛੱਤਾਂ ਤੋਂ ਬਾਹਰ ਜਾ ਰਹੇ ਨੇ ਤੁਹਾਨੂੰ ਸਿੱਧਾ ਬੀਜੇਪੀ ਦੇ ਐਂਟੀ ਕਿਹਾ ਜਾਂਦਾ ਹੈ ਇਹ ਟੈਗ ਮਨਜ਼ੂਰ ਹੈ ਬਿਲਕੁਲ ਨਹੀਂ ਤੁਸੀਂ ਬੀਜੇਪੀ ਨੂੰ ਹਰਾਉਣ ਵਾਸਤੇ ਇਹ ਸਭ ਕੁਝ ਕਰ ਰਹੇ ਹੋ ਤੁਹਾਡੀ ਭੂਮਿਕਾ ਸਾਨੂੰ ਸ਼ੱਕੀ ਨਜ਼ਰ ਆਉਂਦੀ ਹੈ ਤੁਹਾਡਾ ਜਿੰਨੀਆਂ ਜਥੇਬੰਦੀਆਂ ਉਹਨਾਂ ਦੇ ਘਟ ਜੋੜ ਕਿਉਂ ਨਹੀਂ ਚਾ ਇਹ ਇਲੈਕਸ਼ਨ ਚ ਹੁੰਦੇ ਸਰਵਨ ਸਿੰਘ ਪੰਦੇਰ ਮੁੱਖ ਮੰਤਰੀ ਆ ਪ੍ਰਧਾਨ ਮੰਤਰੀ ਬਣ ਸਕਦੇ ਪ੍ਰਧਾਨ ਮੰਤਰੀ ਬਣਾਉਣ ਪਰਦੇਨ ਨੂੰ ਚਾਹੇ ਮੁੱਖ ਮੰਤਰੀ ਬਣਾ ਦੇ ਕਿ ਡਿਸੀਜਨ ਤਾਂ ਵਾਸ਼ਿੰਗਟਨ ਤੋਂ ਹੋ ਰਹੇ ਆ ਇਹ ਫਿਰ ਤੁਸੀਂ ਪ੍ਰਦਰਸ਼ਨ ਕਿਸ ਦੇ ਖਿਲਾਫ ਕਰ ਰਹੇ ਹੋ ਫਿਰ ਤੁਸੀਂ ਵਾਸ਼ਿੰਗਟਨ ਜਾਓ ਨਾ ਉੱਥੇ ਕਰੋ ਪ੍ਰਦਰਸ਼ਨ ਤੁਹਾਨੂੰ ਪੰਜਾਬ ਦੇ ਲੋਕਾਂ ਦਾ ਸਾਥ ਮਿਲਦਾ ਬਿਲਕੁਲ ਤੁਸੀਂ ਹਉਣਾ ਬਸਤੀ ਰੋਡ ਬਲੌਕ ਕਰ ਦੇਣਾ ਫੰਡ ਲੱਖਾਂ ਕਰੋੜ ਆਏ ਸੀ ਕਿ ਨਹੀਂ ਜਿਹੜੀ ਤੁਸੀਂ ਗੱਡੀ ਲੈ ਕੇ ਘੁੰਮ ਰਹੇ ਹੋ ਡੀਜ਼ਲ ਕਿੱਥੋਂ ਪੈ ਰਹੇ ਤੁਸੀਂ ਧਰਨੇ ਵਾਲਾ ਕੋਰਸ ਕਿੱਥੋਂ ਕੀਤਾ ਤੁਸੀਂ ਸੰਸਕ੍ਰਿਤ ਵੀ ਪੜ੍ਹੀ ਹੈ ਕੋਈ ਸੰਸਕ੍ਰਿਤ ਦੇ ਸ਼ਬਦ ਕੋਈ ਸ਼ਲੋਕ ਯਾਦ ਹੈ ਸੰਸਕ੍ਰਿਤ ਦਾ ਟੀਚਰ ਵੀ ਨਹੀਂ ਯਾਦ ਰਿਹਾ ਹੁੰਦਾ ਕਿਸਾਨਾਂ ਵਾਲਾ ਟੀਚਰ ਯਾਦ ਹਾਂ ਇਹ ਤਾਂ ਹੈ ਕਣਕ ਦੀ ਬਾਡੀ ਤਕਰੀਬਨ ਮੁਕੰਮਲ ਹੋ ਚੁੱਕੀ ਹੈ ਤੇ ਝੋਨੇ ਦੀ ਲਵਾਈ ਤੋਂ ਪਹਿਲਾਂ ਇੱਕ ਹੋਰ ਮੌਕਾ ਆਏਗਾ ਹਰ VOTER ਦੇ ਕੋਲ VOTES ਦੀ ਬੁਆਈ ਵਾਲਾ ਜਾਂ VOTEL ਬੀਜਣ ਵਾਲਾ ਜਿਵੇਂ ਇਕੱਲਾ ਇਕੱਲਾ ਬੀਜ ਫਸਲ ਕਿਹੋ ਜੀ ਹੋਏਗੀ ਉਸ ਨੂੰ ਤੈਅ ਕਰਦਾ ਹੈ ਉਸ ਤਰੀਕੇ ਨਾਲ ਹੀ ਲੋਕਤੰਤਰ ਦੇ ਵਿੱਚ ਇਕੱਲੀ ਇਕੱਲੀ ਵੋਟ ਤੈਅ ਕਰਦੀ ਹੈ ਕਿ ਸਰਕਾਰ ਕਿਸ ਤਰੀਕੇ ਦੀ ਬਣੇਗੀ ਤੇ ਅਗਲੇ 5 ਸਾਲ ਕਿਸ ਤਰੀਕੇ ਨਾਲ ਦੇਸ਼ ਚੱਲੇਗਾ ਸਸਰੇ ਕਾਲ ਗੌਰਵ ਸ਼ੁਕਲਾ ਮੈਂहां ਤੁਹਾਡੇ ਨਾਲ ਮੈਂ ਸ਼ੁਰੂਆਤ ਦੇ ਵਿੱਚ ਤੁਹਾਨੂੰ ਖੇਤਾਂ ਦਾ ਅਹਿਸਾਸ ਇਸ ਇਸ ਕਰਕੇ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਜਦੋਂ ਵੋਟਾਂ ਦੀ ਗੱਲ ਹੁੰਦੀ ਹੈ ਤਾਂ ਫਿਰ ਪੰਜਾਬ ਦੇ ਵਿੱਚ ਜ਼ਿਕਰ ਕਿਸਾਨੀ ਦਾ ਖੇਤੀ ਦਾ ਜ਼ਰੂਰ ਹੁੰਦਾ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਤੇ ਜਦੋਂ ਚੋਣਾਂ ਦਾ ਜ਼ਿਕਰ ਹੋ ਰਿਹਾ ਹੈ ਕਿਸਾਨਾਂ ਦੀ ਗੱਲ ਕੌਣ ਕਰਦਾ ਹੈ ਕਿਸਾਨਾਂ ਦੀ ਬਾਂ ਕੌਣ ਫੜਦਾ ਹੈ ਪੰਜਾਬ ਦੇ ਵਿੱਚ ਉਹ ਮੁੱਦਾ ਅਜੇ ਹੈ ਜਿਸ ਦੇ ਉੱਤੇ ਗੱਲ ਹੋਣੀ ਜ਼ਰੂਰੀ ਹੈ 2019 ਤੋਂ ਲੈ ਕੇ 2024 ਦੇ ਇਲੈਕਸ਼ਨ ਦੇ ਵਿਚਾਲੇ 5 ਸਾਲ ਨਿਕਲੇ ਤੇ ਨਾ 5 ਸਾਲਾਂ ਦੇ ਵਿੱਚ ਪੰਜਾਬ ਦੇ ਜ਼ਰੀਏ ਦੇਸ਼ ਨੇ ਦੋ ਵੱਡੇ ਕਿਸਾਨ ਆंदोलਨ ਦੇਖੇ ਨੇ ਇੱਕ ਕਿਸਾਨ ਆंदोलਨ ਮੁਕੰਮਲ ਹੋ ਚੁੱਕਿਆ ਹੈ ਤੇ ਦੂਜਾ ਹੁਣ ਵੀ ਜਾਰੀ ਹੈ ਇਸ ਕਰਕੇ ਅੱਜ ਅਸੀਂ ਆਪਣੇ ਖਾਸ ਸ਼ੋ ਨਿਊਜ਼ ਰੂਮ ਕਟੇਰਾ ਦੇ ਵਿੱਚ ਬੁਲਾ ਰਹੇ ਹਾਂ ਕਿਸਾਨਾ ਗੋ ਸਰਵਨ ਸਿੰਘ ਪੰਦੇਰ ਨੂੰ ਤਾਂ ਸਵਾਗਤ ਕਰਦੇ ਆਂ ਸ਼ੁਰੂਆਤ ਕਰਦੇ ਆਂ ਸਰਵਨ ਸਿੰਘ ਪੰਦੇਰ ਦੇ ਨਾਲ ਤਾੜੀਆਂ ਦੇ ਨਾਲ ਸਵਾਗਤ ਕਰਾਂਗੇ ਸਰਵਨ ਸਿੰਘ ਪੰਦੇਰ ਜੀ ਦਾ ਕਿਸਾਨ ਆਗੂ ਸਾਡੇ ਨਾਲ ਜੁੜਨਗੇ ਜਿਨ੍ਹਾਂ ਤੋਂ ਸਵਾਲ ਜਵਾਬ ਅਸੀਂ ਕਰਾਂਗੇ ਬਹੁਤ-ਬਹੁਤ ਸਵਾਗਤ ਹੈ ਸਰ ਨਿਊਜ਼ 18 ਪੰਜਾਬ ਦੇ ਇਸ ਮਹਾ ਮੰਚ ਦੇ ਉੱਤੇ ਨਿਊਜ਼ ਰੂਮ ਕਟੈਰਾ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਪਲੀਜ਼ ਸਰ ਬੈਠੋ ਦੇਖੋ ਅਸੀਂ ਮਹਿਮਾਨਾਂ ਦੀ ਆਉ ਭਗਤ ਬਹੁਤ ਕਰਦੇ ਆਂ ਤੇ ਕਟੈਰਾ ਅਸੀਂ ਇਸ ਕਰਕੇ ਤਿਆਰ ਕਰ ਲਿਆ ਤਾਂ ਕਿ ਮਾਹੌਲ ਏ ਲੋਕਾਂ ਦੀ ਕਚਹਿਰੀ ਦਾ ਦੇਖੋ ਇੱਥੇ ਕੋਈ ਜੱਜ ਨਹੀਂ ਹੈ ਜੱਜ ਜਨਤਾ ਹੈ ਉਹ ਜਨਤਾ ਚਾਰ ਜੂਨ ਨੂੰ ਹੀ ਆਪਣਾ ਫੈਸਲਾ ਸੁਣਾਏਗੀ ਜਦੋਂ ਸਾਰੇ ਈਵੀਐਮ ਖੁੱਲਣਗੇ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਨਿਊਜ਼ ਐਟਿਨ ਪੰਜਾਬ ਦੇ ਮਿਹਰਬਾਨੀ ਧੰਨਵਾਦ ਜੀ ਪਦੇਰ ਸਾਹਿਬ ਜਿਵੇਂ ਗੌਰਵ ਨੇ ਕਿਹਾ ਵੀ ਇਹ 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 ਕੋਈ ਮੁਕੱਦਮਾ ਨਹੀਂ ਕੋਈ ਕੇਸ ਨਹੀਂ ਪਰ ਜਨਤਾ ਦੀ ਕਚਹਿਰੀ ਦੇ ਵਿੱਚ ਕੁਝ ਗੱਲਾਂ ਜਿਹੜੀਆਂ ਨੇ ਉਹ ਸਪਸ਼ਟ ਹੋ ਜਾਣੀਆਂ ਚਾਹੀਦੀਆਂ ਔਰ ਕਿਉਂਕਿ ਚੋਣਾਂ ਦਾ ਮਾਹੌਲ ਹੈ ਔਰ ਚੋਣਾਂ ਦੇ ਮਾਹੌਲ ਦੇ ਵਿੱਚ ਕਿਸਾਨੀ ਦਾ ਜ਼ਿਕਰ ਹੋਣਾ ਪਲੱਸ ਜਿਸ ਤਰੀਕੇ ਨਾਲ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ ਵੱਡੇ ਪੱਧਰ ਤੇ ਉਸ ਦਾ ਜ਼ਿਕਰ ਹੋਣਾ ਔਰ ਉਸ ਦੀ ਵਜ੍ਹਾ ਰੋਜ਼ ਇਸ ਚੀਜ਼ ਦੀ ਅਸੀਂ ਚਰਚਾ ਕਰਦੇ ਹਾਂ ਜਾਂ ਇਹ ਖਬਰਾਂ ਪੜ੍ਹਦੇ ਹਾਂ ਕਿ ਅੱਜ ਫਲਾਣੇ ਕੈਂਡੀਡੇਟ ਦਾ ਵਿਰੋਧ ਹੋ ਰਿਹਾ ਅੱਜ ਫਲਾਣੇ ਕੈਂਡੀਡੇਟ ਦਾ ਵਿਰੋਧ ਹੋ ਰਿਹਾ ਉਸ ਤੋਂ ਸਵਾਲ ਪੁੱਛੇ ਜਾ ਰਹੇ ਨੇ ਵਿਰੋਧ ਤੇ ਸਵਾਲ ਬਹੁਤ ਕੁਝ ਹੈ ਇਸ ਦੇ ਵਿੱਚ ਡਿਸਕਸ ਕਰਨ ਵਾਲਾ ਜਿਹੜਾ ਆਪਾਂ ਇਸ ਪੂਰੇ ਸ਼ੋਅ ਦੇ ਦੌਰਾਨ ਕਰਾਂਗੇ ਬਿਲਕੁਲ ਮੈਂ ਸ਼ੁਰੂਆਤ ਕਰਦਾ ਹਾਂ ਮੈਂ ਸ਼ੁਰੂਆਤ ਦੇ ਵਿੱਚ ਅੱਜ ਦੇ ਆਪਣੇ ਮਹਿਮਾਨ ਦੀ ਇੱਕ ਇੰਟਰੋਡਕਸ਼ਨ ਦਵਾਂਗਾ ਤੁਹਾਨੂੰ ਨਾਮ ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਦਿੱਤਾ ਸਰਵਨ ਸਿੰਘ ਭੰਦੇੜਾ ਇਨਾਂ ਦੀ ਪਹਿਚਾਨ ਹੈ ਕਿ ਤੇਜ਼ ਤਰਾਰ ਕਿਸਾਨ ਆਗੂ ਨੇ ਅੱਛਾ ਕਿਸਾਨ ਅੰਦੋਲਨ 2.0 ਦੇ ਕਰਤਾ ਧਰਤਾ ਨੇ ਜੋ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਦੇ ਉੱਤੇ ਚੱਲ ਰਿਹਾ ਹੈ ਜੇ ਆਪਾਂ ਇਹਨਾਂ ਦੀ ਸਟਰੈਂਥ ਦੀ ਗੱਲ ਕਰੀਏ ਤਾਂ ਅੱਛਾ ਇਹਨਾਂ ਨੂੰ ਗੱਲ ਰੱਖਣ ਦਾ ਬੜਾ ਸਿੱਖ ਹੈ ਬਹੁਤ ਸਟਰੋਂਗ ਵੇ ਨਾਲ ਆਪਣੀ ਗੱਲ ਨੂੰ ਕਨਵਿੰਸ ਕਰਵਾਉਣਾ ਜਾਣਦੇ ਨੇ ਇਹਨਾਂ ਦੀ ਸਟਰੈਂਥ ਦੇ ਵਿੱਚ ਗਿਣਿਆ ਜਾਂਦਾ ਇਹਨਾਂ ਨੂੰ ਆਪਣੇ ਸਾਥੀ ਕਿਸਾਨਾਂ ਦਾ ਬੜਾ ਸਾਥ ਮਿਲਦਾ ਅੱਛਾ ਸਿਆਸਤ ਇਹਨਾਂ ਨੂੰ ਪਸੰਦ ਨਹੀਂ ਸਿਆਸਤ ਤੋਂ ਥੋੜਾ ਜਿਹਾ ਕਿਨਾਰਾ ਕਰਕੇ ਰੱਖਦੇ ਨੇ ਇੱਕ ਹੋਰ ਗੱਲ ਜੋ ਇਲਜ਼ਾਮ ਕਟਾਇਰੇ ਦੇ ਵਿੱਚ ਜਦੋਂ ਹੁੰਦਾ ਹੈ ਤਾਂ ਉਸ ਦੇ ਉੱਤੇ ਇਲਜ਼ਾਮ ਬਹੁਤ ਹੁੰਦੇ ਨੇ ਭੰਦੇੜ ਸਾਹਿਬ ਦੇ ਉੱਤੇ ਇਲਜ਼ਾਮ ਇਸ ਤਰੀਕੇ ਨਾਲ ਲੱਗਦੇ ਨੇ ਕਿ ਇੱਕ ਤਾਂ ਇਹ ਬਾਕੀ ਜਥੇਬੰਦੀਆਂ ਨੂੰ ਪੁੱਛਦੇ ਨਹੀਂ ਦੂਜੀ ਗੱਲ ਹੈ ਗੱਲ ਨੂੰ ਛੇਤੀ ਨਿਬੇੜ ਦੇਣੀ ਤੀਜੀ ਗੱਲ ਹੈ ਮੀਟਿੰਗਾਂ ਨੂੰ ਸਿਰੇ ਚੜਾਉਂਦੇ ਨਹੀਂ ਅੱਜ ਸਾਰੀਆਂ ਗੱਲਾਂ ਦੇ ਉੱਤੇ ਅਸੀਂ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਸ਼ੁਰੂਆਤ ਕਰਦੇ ਹਾਂ ਭੰਦੇੜ ਸਾਹਿਬ ਮੈਂ ਇਲਜ਼ਾਮ ਦੋ ਚਾਰ ਪਹਿਲਾਂ ਗਿਣਵਾ ਦਿੱਤੇ ਆ ਪਰ ਪਹਿਲਾਂ ਮੈਂ ਥੋੜੀ ਜਿਹੀ ਗੱਲ ਐਵੇਂ ਕਰ ਲਵਾਂ ਕਿ ਮਾਹੌਲ ਕਿਸ ਤਰੀਕੇ ਦਾ ਤੁਸੀਂ ਪਹਿਲਾਂ ਦੱਸੋ ਕਿ ਸ਼ੰਭੂ ਤੇ ਖਨੋਰੀ ਕਿਉਂਕਿ ਤੁਹਾਡੇ ਸਾਥੀ ਵੀ ਜਿਹੜੇ ਹੈਗੇ ਨੇ ਨਾ ਉਹ ਵੀ ਬੈਠੇ ਹੋਏ ਨੇ 2 3 3 ਮਹੀਨੇ ਹੋ ਚੱਲੇ ਸ਼ੰਭੂ ਤੇ ਖਨੌਰੀ ਚੋਣਾ ਦੇ ਵਿਚਾਲੇ ਮਾਹੌਲ ਕੀ ਆ ਆ ਦੇਖੋ ਜਿੱਥੋਂ ਤੱਕ ਸ਼ੰਭੂ ਖਨੌਰੀ ਜਾਂ ਡੱਬ ਵਾਲੀ ਜਾਂ ਰਾਜਸਥਾਨ ਰਤਨਪੁਰ ਆ ਵੀ ਹੁਣ ਚੱਲ ਰਿਹਾ ਸਾਡਾ ਜੀ ਦੇਖੋ ਵਾਡੀਆਂ ਕਰਕੇ ਗਿਣਤੀ ਕਟੀ ਆ ਪਰ ਕੋਈ ਰੌਲਾ ਨਹੀਂ ਹੈਗਾ ਚੜ੍ਹਦੀ ਕਲਾ ਚ ਆ ਔਰ ਵਾਡੀਆਂ ਜਦੋਂ ਮੁੱਕ ਰੀਆਂ ਹੁਣ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਆ ਤਾਂ ਔਰ ਤੁਸੀਂ ਦੇਖੋਗੇ 10 12 ਦਿਨਾਂ ਚ ਜਿਵੇਂ ਸਾਡੀ ਪੁਰਾਣੀ ਸਟਰੈਂਥ ਹੁੰਦੀ ਆ ਬਹੁਤ ਹਜ਼ਾਰਾਂ ਉਵੇਂ ਹੋ ਜਾਊਗਾ ਤੇ ਇਹ ਸਟਰੈਂਥ ਜਿਹੜੀ ਹਜ਼ਾਰਾਂ ਤੱਕ ਪਹੁੰਚਦੀ ਹੈ ਇਹ ਉਸ ਤਰੀਕੇ ਨਾਲ ਸਾਥ ਮਿਲ ਰਿਹਾ ਹੈ ਹਰ ਕੋਈ ਕੰਪੇਅਰ ਕਰਦਾ ਇਸ ਨੂੰ ਕਿਸਾਨ ਕਿਸਾਨੀ ਅੰਦੋਲਨ ਪਹਿਲੇ ਵਾਲੇ ਦੇ ਨਾਲ ਕਹਿੰਦੇ ਨਹੀਂ ਉਸੇ ਗੱਲ ਨਹੀਂ ਹੈ ਪਿੰਡਾਂ ਜਾ ਕੇ ਗੱਲ ਕਰੋ ਜਾਂ ਕਿਤੇ ਹੋਰ ਗੱਲ ਕਰੋ ਇਹ ਗੱਲ ਹੁੰਦੀ ਹੈ ਇਹ ਪਹਿਲਾਂ ਵਾਲੀ ਗੱਲ ਨਹੀਂ ਦੇਖੋ ਜਿੱਥੋਂ ਤੱਕ ਮੇਰਾ ਅਨੁਭਵ ਹੈ ਅ ਦਿੱਲੀ ਅੰਦੋਲਨ ਦੋ ਬਾਰੇ ਤੁਸੀਂ 100 ਬੰਦੇ ਕੋਲੇ ਸਰਵੇ ਕਰ ਲਿਓ ਮੁਕਾਬਲੇ ਤਨ ਪਿੱਛੇ ਨਾਲੋਂ ਗੁੱਸਾ ਵਧਿਆ ਹੈਗਾ ਵੱਧ ਗੁੱਸਾ ਹੈਗਾ ਸਾਥ ਘਟ ਗਿਆ ਨਾ ਐਨੀ ਕਹਿ ਸਕਦੇ ਜੇ ਸਾਥ ਘਟਿਆ ਹੁੰਦਾ ਤਾਂ ਸਾਨੂੰ ਸ਼ਾਇਦ ਆਪ ਰੋਟੀਆਂ ਪਕਾਉਣੀਆਂ ਪੈਂਦੀਆਂ ਸਾਨੂੰ ਸ਼ੰਭੂ ਬਾਰਡਰ ਤੇ ਚਲਾ ਤਾਂ ਸਾਰੇ ਪਵਾਦ ਵਾਲੇ ਰਹੇ ਆ ਨਹੀਂ ਹੁਣ ਕੌਣ ਪਕਾ ਰਿਹਾ ਫਿਰ ਨਹੀਂ ਤਾਂ ਲੋਕ ਹੀ ਪਕਾ ਰਹੇ ਜੀ ਲੋਕ ਹੀ ਲੱਗਦਾ ਵੀ ਲੋਕ ਹੀ ਪਕਾ ਰਹੇ ਸੀ ਹਾਂ ਤਾਂ ਫਿਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਨੂੰ ਸਾਥ ਨਹੀਂ ਮਿਲਿਆ ਨਹੀਂ ਭਦੇਰ ਸਾਹਿਬ ਜਿਵੇਂ ਪਿਛਲਾ ਅੰਦੋਲਨ ਸੀ ਨਾ ਉਦੋਂ ਤੁਹਾਨੂੰ ਹਰ ਵਰਗ ਦਾ ਉਦੋਂ ਕੀ ਡਾਕਟਰ ਕੀ ਵਕੀਲ ਕੀ ਪੁਲਸ ਵਾਲੇ ਕੀ ਪੱਤਰਕਾਰ ਹਰ ਕੋਈ ਵਰਗ ਦਾ ਬੰਦਾ ਇਸ ਦੇ ਵਿੱਚ ਸ਼ਾਮਿਲ ਸੀ ਪਰ ਹੁਣ ਕਿਤੇ ਨਾ ਕਿਤੇ ਤੁਸੀਂ ਇੰਨੇ ਸਮੇਂ ਚ ਨਹੀਂ ਸਮਝਦੇ ਕਿ ਇੰਨੇ ਪ੍ਰੋਟੈਸਟ ਹੋਏ ਹਨੀਆਂ ਸੜਕਾਂ ਜਾਮ ਹੋਈਆਂ ਤਾਂ ਲੋਕ ਉਸ ਚੀਜ਼ ਨੂੰ ਇਹ ਸਮਝਦੇ ਆ ਕਿ ਪੰਜਾਬ ਧਰਨਿਆਂ ਦਾ ਸੂਬਾ ਬਣ ਗਿਆ ਆ ਦੇਖੋ ਇਹ ਹਰ ਇੱਕ ਦਾ ਆਪਣਾ ਸੋਚਣ ਦਾ ਨਜ਼ਰੀਆ ਕਿਹੜੇ ਢੰਗ ਨਾਲ ਕਿਹੜੀ ਚੀਜ਼ ਨੂੰ ਲੈਂਦਾ ਹੈਗਾ ਪਰ ਜਦ ਤੱਕ ਸਾਨੂੰ ਪੁੱਛੋਗੇ ਸਾਨੂੰ ਤਾਂ ਨਹੀਂ ਲੱਗਦਾ ਦੇਖੋ ਜੇ ਇਹਨੂੰ ਇਹਨੂੰ ਚੰਗੀ ਤਰ੍ਹਾਂ ਪਿਲੇ ਅੰਦੋਲਨ ਦੇਖੋ ਅਸੀਂ ਰੇਲ ਰੋਕੋ ਦਾ ਐਲਾਨ ਕੀਤਾ ਤੁਸੀਂ ਉਹ ਪਹਿਲੇ ਅੰਦੋਲਨ ਚ ਕੱਢ ਕੇ ਕੋਈ ਮੱਧ ਪ੍ਰਦੇਸ਼ ਚ ਕਦੀ ਰੇਲ ਡੱਕੀ ਗਈ ਸੀ ਦੇਖ ਲੋ ਦਾ ਰਿਕਾਰਡ ਦੇਖ ਲੋ ਰਾਸਤਾਨ ਦਾ ਰਿਪੋਰਟ ਦੇਖ ਲਓ ਇਥੋਂ ਤੱਕ ਵੀ ਤਾਮਲਾਡੂ ਚ 52 ਥਾਵਾਂ ਤੇ ਰੇਲ ਟੱਕੀ ਗਈ ਸਮਰਥਨ ਦੇ ਵਿੱਚ ਗਿਣਤੀ ਵੱਧ ਘਟ ਹੋ ਸਕਦੀ ਆ ਪਰ ਲੋਕਾਂ ਦੀਆਂ ਭਾਵਨਾਵਾਂ ਸਾਡੇ ਨਾਲ ਜੁੜੀਆਂ ਹੋਣੀਆਂ ਭਾਵੇਂ ਕੋਈ ਦੁਕਾਨਦਾਰ ਲਾਲਾ ਪਾਪਾ ਵਾ ਭਾਵੇਂ ਕੋਈ ਵਕੀਲ ਆ ਭਾਵੇਂ ਕੋਈ ਪੱਤਰਕਾਰ ਆ ਭਾਵੇਂ ਕੋਈ ਟਰਾਂਸਪੋਰਟਰ ਆ ਉਹਦੀ ਭਾਵਨਾਵਾਂ ਸਾਡੇ ਨਾਲ ਜੁੜੀ ਹੋਈ ਆ ਠੀਕ ਆ ਫਿਜ਼ੀਕਲੀ ਕੋਈ ਘਟਾ ਸਕਦਾ ਵੱਧ ਸਕਦਾ ਅਸੀਂ ਤਾਂ ਜੋ ਕੀਤਾ ਕੋਈ ਇਹ ਨਹੀਂ ਕਹਿੰਦਾ ਹੈਗਾ ਵੀ ਤੁਹਾਡਾ ਅੰਦੋਲਨ ਆ ਇੱਕ ਸਰਵੇ ਹੋਇਆ ਦੇਸ਼ ਭਰ ਤੁਹਾਡੇ ਕੋਲ ਆਇਆ ਉਹ ਮੈਨੂੰ ਨਾਮਪੁਲ ਕਾ ਏਜੰਸੀ ਦਾ 67% ਲੋਕਾਂ ਨੇ ਕਿਹਾ ਵੀ ਕਿਸਾਨਾਂ ਦਾ ਅੰਦੋਲਨ ਸਹੀ ਆ 15% ਨੇ ਕਿਹਾ ਉਹਨਾਂ ਨੂੰ ਲੱਗਦਾ ਵੀ ਚਲ ਇਹ ਬੈਠੇ ਉਹਨਾਂ ਦੀ ਆਪ ਦੀ ਸਮਝੋ ਤਾਂ ਸਾਨੂੰ ਦੇਸ਼ਪੁਰ ਦੇ ਵਿੱਚ ਸਰਵੇ ਹੋਏ ਸਾਡੇ ਖਿਲਾਫ ਵੀ ਇਹ ਜਿਹੜੇ ਬੈਠੇ ਨੇ ਕਿਸਾਨ ਸਹੀ ਨੇ ਕਿ ਗਲਤ ਨੇ ਸਰਕਾਰ ਦੀਆਂ ਏਜੰਸੀਆਂ ਨੇ ਕੀਤੇ 67% ਬਹੁਤ ਵੱਡਾ ਮਾਰਜਨ ਹੁੰਦਾ ਜੇ ਲੋਕ ਇਹ ਮੰਨਦੇ ਨੇ ਵੀ ਕਿਸਾਨਾਂ ਦਾ ਨਾਮ ਲਾਇਆ ਜਾ ਠੀਕ ਆ ਚਲੋ ਮੈਂ ਉਸ ਪੁਆਇੰਟ ਦੇ ਉੱਤੇ ਆਵਾਂਗਾ ਕਿ ਕਿਸਾਨੀ ਅੰਦੋਲਨ ਨੂੰ ਲੈ ਕੇ ਅਸੀਂ ਸਵਾਲ ਥੋੜਾ ਜਿਹਾ ਸਿਆਸੀ ਵਾਲੇ ਪਾਸੇ ਚਲੀ ਜਾਈਏ ਚੋਣਾਂ ਦਾ ਮਾਹੌਲ ਹੈ ਤੁਹਾਨੂੰ ਸਿੱਧਾ ਬੀਜੇਪੀ ਦੇ ਐਨਟੀ ਕਿਹਾ ਜਾਂਦਾ ਹੈ ਇਹ ਟੈਗ ਮੰਜ਼ੂਰ ਹੈ ਬਿਲਕੁਲ ਹੀ 2014 ਤੋਂ ਪਹਿਲਾਂ ਸਾਡਾ ਦੇਖ ਲੈਣ ਕੰਮ ਅਸੀਂ ਤਾਂ 2014 ਤੋਂ ਪਹਿਲਾਂ ਲਗਭਗ ਕਹਿੰ ਲੋ 2000 ਤੋਂ ਸਰਗਰਮ ਹੈ ਔਰ ਸਭ ਤੋਂ ਬਹੁਤ ਜ਼ਬਰਦਸਤ ਸਾਡਾ ਜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੰਘਰਸ਼ ਹੈ ਉਹ ਕੈਪਟਨ ਮਨਿੰਦਰ ਸਿੰਘ ਦੇ ਖਿਲਾਫ ਆ ਠੀਕ ਆ ਨਿੱਕੇ ਅੰਦੋਲਨ ਸੀ ਬੰਦੇਰ ਸਾਹਿਬ ਤੁਸੀਂ ਇਸ ਤਰੀਕੇ ਨਾਲ ਵੱਡੇ ਤਰੀਕੇ ਨਾਲ ਨਹੀਂ ਆਏ ਕਿ ਤੁਸੀਂ ਸੜਕਾਂ ਜਾਮ ਕਰਤੀਆਂ ਸਾਲ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਰਹੇ ਤੁਸੀਂ ਹਰਿਆਣਾ ਚ ਨਹੀਂ ਵੜਨ ਦੇ ਰਹੇ ਹਰਿਆਣਾ ਤੋਂ ਆ ਨਹੀਂ ਇਸ ਤਰੀਕੇ ਦਾ ਯਾਦ ਨਹੀਂ ਮੈਨੂੰ 10 15 ਸਾਲ 15 ਸਾਲ ਕਰੀਬ ਹੋ ਗਏ ਪੱਤਰਕਾਰੀ ਕਰਦੇ ਨੂੰ ਪਰ ਐਵੇਂ ਦਾ ਅੰਦੋਲਨ ਤਾਂ ਨਹੀਂ ਹਾ 1984 ਤੋਂ ਬਾਅਦ ਦਿੱਲੀ ਅੰਦੋਲਨ ਪਹਿਲਾ ਏ ਜਿਹੜਾ ਅਸੀਂ ਜਿੰਨੇ ਕ ਮੰਤਰੀ ਪੱਧਰ ਨੂੰ ਛੂਆ ਜਹਾਂ ਅੰਦੋਲਨ ਇਹ ਕਹਿ ਸਕਦੇ ਆ ਪਰ ਸਾਡੇ ਲਈ ਪਾਰਟੀ ਦਾ ਮੈਨੇ ਨਹੀਂ ਰੱਖਦੀ ਜਿਹੜੀ ਅਸੀਂ ਗੱਲ ਕਹਿਣਾ ਚਾਹੁੰਦੇ ਕੈਪਟਨ ਅਮਰਿੰਦਰ ਵੀ ਕਾਂਗਰਸ ਦਾ ਹਿੱਸਾ ਸੀਗਾ ਅਸੀਂ ਉਹਦੇ ਖਿਲਾਫ ਸ਼ਰਚ ਕੀਤਾ ਔਕਾਲੀ ਦਲ ਦੇ ਖਿਲਾਫ ਕੀਤਾ ਇਹ ਪਾਚਪਾਨਾ ਜੁੜੇ ਹੋਏ ਸੀ ਸਾਡੇ ਲਈ ਭਾਜਪਾ ਜਾਂ ਕਾਂਗਰਸ ਜਾਂ ਹੋਰ ਕੋਈ ਪਾਰਟੀਆਂ ਮੈਨ ਨੇ ਨਹੀਂ ਰੱਖਦੀ ਅਸੀਂ ਤਾਂ ਸਮਝੇ ਬਣਾ ਕੇ ਤੁਰੇ ਹੋਏ ਆ ਸਾਡੀ ਸਮਝ ਜੋ ਕਹਿੰਦੀ ਆ ਵੀ ਇਹ ਗਲੋਬਲਾਈਜੇਸ਼ਨ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਸਾਰੇ ਇੱਕੋ ਜਿਹੇ ਲਾਗੂ ਕਰ ਰਹੇ ਨੇ ਹਾਂ ਕਿਉਂਕਿ ਜਿਹੜੀ ਸੱਤਾ ਵਾ ਸੱਤਾ ਦੇ ਖਿਲਾਫ ਸ਼ਰਸ਼ ਕਰਨਾ ਪਾਰਟੀ ਕੋਈ ਵੀ ਹੋਵੇ ਨਹੀਂ ਹੁਣ ਵਿਰੋਧ ਸਿਰਫ ਭਾਜਪੀ ਉਮੀਦਵਾਰਾਂ ਦਾ ਹੋ ਰਿਹਾ ਹੈ ਪੰਜਾਬ ਦੇ ਵਿੱਚ ਦੇਖੋ ਦੋ ਹੀ ਖਬਰਾਂ ਉਹਨਾਂ ਦੀਆਂ ਹੀ ਆਉਂਦੀਆਂ ਦੇਖੋ ਦੋ ਗੱਲਾਂ ਨੇ ਇੱਕ ਤਾਂ ਅਸੀਂ ਪਹਿਲਾਂ ਇਹ ਫੈਸਲਾ ਕੀਤਾ ਵੀ ਭਾਜਪਾ ਗਠਜੋੜ ਦਾ ਵਿਰੋਧ ਸ਼ਬਦ ਤੁਸੀਂ ਜ਼ਬਰਦਸਤੀ ਪਾ ਰਹੇ ਸੀ ਇਹ ਵਰਤਿਆ ਹੀ ਨਹੀਂ ਅਸੀਂ ਕਿਹਾ ਸਵਾਲ ਕਰਾਂਗੇ ਤੁਹਾਡੇ ਨਾਲ ਪਹਿਲਾਂ ਵੀ ਤੁਸੀਂ ਨਾ ਸਵਾਲ ਜਵਾਬ ਤੁਸੀਂ ਤੁਸੀਂ ਕੋਈ ਜਵਾਬ ਦੇ ਦਿਓ ਸਾਨੂੰ ਅਸੀਂ ਵਾਇਰਲ ਕਰ ਦਾਂਗੇ ਦੁਨੀਆ 'ਚ ਅਸੀਂ ਆ ਜਾਾਂਗੇ ਵਿਰੋਧ ਵੀ ਨਹੀਂ ਕਰਦੇ ਹੈਗੇ ਹਾਂ ਜਿੱਥੇ ਤੁਸੀਂ ਸਾਨੂੰ ਸਵਾਲ ਵੀ ਨਹੀਂ ਕਰ ਦਿੰਦੇ ਫਿਰ ਅਸੀਂ ਕਾਲੀਆਂ ਝੰਡੇਣਾ ਤੁਹਾਡਾ ਵਿਰੋਧ ਕਰਾਂਗੇ ਇਹ ਦੋ ਗੱਲਾਂ ਸੀ ਕਈਆਂ ਉਹਨਾਂ ਨੇ ਸਾਨੂੰ ਨੇੜੇ ਨਹੀਂ ਲੱਗਣ ਦਿੱਤਾ ਵੀ ਕਿਹਦੇ ਨੇੜੇ ਲੱਗਾਂ ਤਾਂ ਬਾਕੀ ਪੰਜਾਬ ਹੀ ਆ ਹਰਿਆਣਾ ਤਾਂ ਕੋਈ ਨਹੀਂ ਨੇੜੇ ਲੱਗਣ ਦਿੰਦਾ ਬਾਕੀ ਸੂਬਿਆਂ 'ਚ ਲਹਿਰ ਕਮਜ਼ੋਰ ਹੈ ਗਈ ਆ ਹਾਂ ਅਸੀਂ ਮੈਂ ਸਵੈਮ ਅੰਮਰਸਰ ਦੇ ਜਿਹੜੇ ਐਮਪੀ ਸਾਹਿਬ ਨੇ ਉਹਨਾਂ ਨੂੰ ਕਿਹਾ ਐਸਐਸਪੀ ਨੂੰ ਕਿਹਾ ਵੀ ਕਹਿ ਦਿਓ ਕਿ ਮੈਂ ਪੰਜ ਸਵਾਲ ਕਰਨੇ ਨੇ ਤੁਸੀਂ ਪੜੇ ਲਿਖੇ ਬੰਦੇ ਤੁਸੀਂ ਜੋ ਜਵਾਬ ਦੇਣਾ ਚਾਹੋ ਤੁਹਾਡੀ ਮਰਜ਼ੀ ਨਹੀਂ ਸੰਧੂ ਸਾਹਿਬ ਜਿਹੜੇ ਹਾਂ ਸੰਧੂ ਸਾਹਿਬ ਕਹਿੰਦੇ ਫੱਜ ਕੇ ਉਹ ਕਹਿੰਦਾ ਭਦੇਸ ਸਾਹਿਬ ਅਗਲੇ ਕਹਿੰਦੇ ਵੀ ਤੁਹਾਡੇ ਤੇ ਮੱਥੇ ਨਹੀਂ ਲੱਗਣਾ ਸੀ ਠੀਕ ਹੈ ਜੀ ਤੋ ਇਹਦੇ ਜੋ ਫਿਰ ਫਿਰ ਸਾਡੇ ਕੋ ਚਾਰਾ ਕੀ ਸੀਗਾ ਔਰ ਦੇਖੋ ਸੱਤਾ ਦਾ ਵਿਰੋਧ ਕਿਉਂ ਭੀ ਜੀ ਬੀਜੇਪੀ ਨੇ 10 ਸਾਲ ਸੱਤਾ ਦਾ ਰਾਜ ਭਾਗ ਮੰਨਿਆ ਵਾ ਉਹਨਾਂ ਕੋਲੇ ਸਵਾਲ ਬਣਦੇ ਨੇ ਹਾਂ ਵਿਰੋਧੀ ਅਸੀਂ ਦੂਜਾ ਫੈਸਲਾ ਕੀਤਾ ਸੀ ਵਿਰੋਧੀ ਧਿਰਾਂ ਕੋ ਵੀ ਸਵਾਲ ਕਰਾਂਗੇ ਤੇ ਕਰ ਰਹੇ ਉਹਨਾਂ ਕੋਲੇ ਅੱਡ ਸਵਾਲ ਕਰਾਂਗੇ ਇਹਨਾਂ ਕੋਲੇ ਅੱਡ ਕਰਾਂਗੇ ਪਰ ਪੰਦੇੜ ਸਾਹਿਬ ਜਿਹੜਾ ਬੀਜੇਪੀ ਦਾ ਮੈਂ ਸਵਾਲ ਕੀਤਾ ਨਾ ਦੇਖੋ ਇੱਕ ਮੈਸੇਜ ਜਾਂ ਫਿਰ ਇੱਕ ਇਮੇਜ ਤੁਹਾਡੀ ਇਸ ਤਰੀਕੇ ਦੀ ਬਣ ਰਹੀ ਹੈ ਕਿ ਤੁਸੀਂ ਬੀਜੇਪੀ ਨੂੰ ਹਰਾਉਣ ਵਾਸਤੇ ਇਹ ਸਭ ਕੁਝ ਕਰ ਰਹੇ ਦੇਖੋ ਮਤਲਬ ਚਾਹੇ ਉਹ ਪੰਜਾਬ ਪੱਧਰ ਤੇ ਹੋਵੇ ਚਾਹੇ ਦੇਸ਼ ਪੱਧਰ ਤੇ ਹੋਵੇ ਅੱਛਾ ਭਾਜੀਪੀ ਪੂਰਾ ਜ਼ਗੋਰ ਲਗਾ ਰਹੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਵੋਟ ਪਰਸੈਂਟ ਲੈ ਜੀਏ ਸੀਟਾਂ ਜਿੱਤੀ ਜੀਏ ਤਾਂ ਇੱਕ ਤਰੀਕੇ ਨਾਲ ਕਿਸਾਨਾਂ ਨੂੰ ਜਵਾਬ ਹੋ ਜਾਏਗਾ ਕਿ ਦੇਖੋ ਤੁਸੀਂ ਸਾਡਾ ਪੰਜਾਬ ਚ ਵਿਰੋਧ ਕੀਤਾ ਸਾਨੂੰ ਇੰਨੀਆਂ ਵੋਟਾਂ ਪੈ ਗਈਆਂ ਦੇਖੋ ਸਵਾਲ ਇਹ ਆ ਵੀ ਦੇਖੋ ਵੋਟਾਂ ਕਿਨੂੰ ਕਿੰਨੀਆਂ ਪੈਣੀਆਂ ਇਹ ਤਾਂ ਦੇਸ਼ ਦੇ ਵੋਟਰ ਨੇ ਫੈਸਲਾ ਕਰਨਾ ਉਹਨੇ ਕਿੱਥੇ ਵੋਟ ਪਾਉਣੀ ਆ ਅਸੀਂ ਕਦੀ ਇਦਾਂ ਨੂੰ ਡਿਸਾਈਡ ਨਹੀਂ ਕੀਤਾ ਹੈਗਾ ਵੀ ਤੁਸੀਂ ਇਹਨੂੰ ਵੋਟ ਪਾਓ ਇਹਨੂੰ ਨਾ ਪਾਓ ਜਾਂ ਇਹਨੂੰ ਪਾਓ ਇਹ ਉਹਨਾਂ ਦਾ ਫੈਸਲਾ ਆ ਆਜ਼ਾਦੀ ਨਾਲ ਹੁਣ ਸਵਾਲ ਹੈਗਾ ਵੀ ਭਾਜਪਾ ਜਿੱਤਦੀ ਚਾਹੇ ਨਾ ਜਿੱਤੇ ਅਸੀਂ ਤਾਂ ਉਪਰਲੀ ਕਹਿੰਦੇ ਆ ਨਾ ਵੀ ਕੋਈ ਸਰਕਾਰ ਆ ਜੇ ਜੀ ਉਹਨੇ ਅਸਲ ਵਿੱਚ ਡਬਲਿਊਟੀਓ ਦੀਆਂ ਨੀਤੀਆਂ ਹੀ ਲਾਗੂ ਕਰਨੀਆਂ ਨੇ ਅਸੀਂ ਤਾਂ ਵਿਰੋਧੀ ਧਿਰ ਨੂੰ ਕਾਂਗਰਸ ਨੇ ਜਿਹੜੇ ਆਪਣੇ ਚੋਣ ਮੈਨੀਫੈਸਟੋ ਵਿੱਚ ਨਹੀਂ ਪਾਇਆ ਇਹ ਗੱਲ ਵੀ ਭਾਰਤ ਨੂੰ ਡਬਲਿਊਟੀਓ ਤੋਂ ਬਾਹਰ ਲਿਆਉਣ ਬਾਰੇ ਨਹੀਂ ਗੱਲ ਗਈ ਅਸੀਂ ਸਵਾਲ ਕਰ ਰਹੇ ਹਾਂ ਉਹਨੂੰ ਵੀ ਦੱਸੋ ਰਾਹੁਲ ਜੀ ਦੱਸਣ ਵੀ ਡਬਲਿਊਟੀਓ ਤੋਂ ਭਾਰਤ ਕਿਵੇਂ ਬਾਹਰ ਆਊ ਜੇ ਕਰਜ਼ੇ ਬਾਰੇ ਉਹਨਾਂ ਦੀ ਕੰਪਲੀਟ ਉੱਚ ਹੈ ਨਹੀਂਗੀ ਨੀਤੀ ਜੜੀ ਗੱਲ ਉਹ ਛੱਡ ਕੇ ਉਹਨਾਂ ਨੂੰ ਸਵਾਲ ਕਰ ਰਹੇ ਆ ਅਸੀਂ ਆਮ ਆਦਮੀ ਪਾਰਟੀ ਨੂੰ ਸਵਾਲ ਕਰ ਰਹੇ ਹਾਂ ਵੀ ਬਾਰਡਰਾਂ ਤੇ ਜਿੱਮੇ ਸੰਘਰਸ਼ ਹੋਇਆ ਤੁਹਾਡੀ ਭੂਮਿਕਾ ਸਾਨੂੰ ਸ਼ੱਕੀ ਨਜ਼ਰ ਆਉਂਦੀ ਹੈ ਅਜਾਂ ਜਿਹੜੇ ਤੁਸੀਂ ਗੱਲਾਂ ਕਈਆਂ ਸੀ ਐਮਐਸਪੀ ਬਾਰੇ ਹੁਣ ਮੁੱਖ ਮੰਤਰੀ ਸਾਹਿਬ ਬਿਆਨ ਉਲਟ ਦੇ ਗੇ ਤਾਂ ਤੁਸੀਂ ਪਹਿਲੋਂ ਦੇਂਦਿਓ ਸੱਤਾ ਤੋਂ ਪਹਿਲੋਂ ਅਸੀਂ ਕਿਸੇ ਨੂੰ ਵੀ ਬਖਸ਼ ਰਹੇਗੇ ਵੀ ਕੋਈ ਹੋਏ ਹੁਣ ਸਾਡੀ ਸਮਝ ਹੈ ਤੁਹਾਡਾ ਬੀਜੇਪੀ ਨਾਲ ਪਿਆਰ ਜ਼ਿਆਦਾ ਨਾ ਐ ਨਹੀਂ ਕਹਿੰਦੇ ਦੇਖੋ ਇਹ ਸੱਤਾ ਚ ਨਹੀਂ ਹੁਣ 10 ਸਾਲ ਤੋਂ ਰਾਜ ਕਰ ਰਹੇ ਨੇ ਸੱਤਾ ਚ ਨਹੀਂ ਸੱਤਾ ਨੂੰ ਸਵਾਲ ਹੁੰਦੇ ਆ ਕਦੀ ਵਿਰੋਧੀ ਧਿਰ ਨੂੰ ਸਵਾਲ ਉਹ ਨਹੀਂ ਹੁੰਦੇ ਪਾਵੇਂ ਵਿਰੋਧੀ ਧਿਰ ਦਾ ਰੋਲ ਵੀ ਅਸੀਂ ਕੋਈ ਖੁਸ਼ ਨਹੀਂ ਹੈਗੇ ਵਿਰੋਧੀ ਧਿਰਾਂ ਤੋਂ ਵੀ ਜਿਵੇਂ ਇਹ ਰਲ ਮਿਲ ਕੇ ਚੱਲਦੇ ਹੈਗੇ ਆ ਪਰ ਅਸੀਂ ਸੱਤਾ ਜੜੀ ਵੀ ਸੱਤਾ ਹੋਊਗੀ ਉਹਦੇ ਖਿਲਾਫ ਹਮੇਸ਼ਾ ਲੜਦੇ ਰਹੇ ਤੇ ਇਹ ਇਹ ਪੈਟਰਨ ਦੇ ਸੀ ਚੱਲ ਰਹੇ ਆ ਤੁਹਾਨੂੰ ਅਸਰ ਨਜ਼ਰ ਆਉਂਦਾ ਆਪਣੇ ਵਿਰੋਧ ਦਾ ਨਹੀਂ ਕਿਉਂ ਨਹੀਂ ਦੁਨੀਆ ਦੀ ਸਭ ਤੋਂ ਵੱਡੀ ਜਮਾਤ ਆਰਐਸਐਸ ਸਾਡੇ ਖਿਲਾਫ ਬੋਲਦੀ ਹੈ ਵੀ ਇਹ ਇਲੈਕਸ਼ਨ ਵਿੱਚ ਬਦਮਨੀ ਫਲਾਉਣਗੇ ਸੱਤਾ ਬੋਲਦੀ ਸਾਡੇ ਖਿਲਾਫ ਸਾਡੇ ਅਸਰ ਤੋਂ ਬਗੈਰ ਕੋਈ ਨਹੀਂ ਬੋਲਦਾ ਹੁੰਦਾ ਜੇ ਸਾਰੇ ਆ ਤੇ ਬੋਲ ਰਹੇ ਨੇ ਸਾਡੇ ਬਰੋਦਰ ਤੁਹਾਨੂੰ ਲੱਗਦਾ ਪੰਜਾਬ ਦੇ ਵਿੱਚ ਜੇ ਅਕਾਲੀ ਦਲ ਤੇ ਬੀਜੇਪੀ ਦਾ ਗੱਠ ਜੋੜ ਨਹੀਂ ਹੋ ਪਾਇਆ ਤਾਂ ਉਹਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਵਿਰੋਧ ਹੈ ਬਿਲਕੁਲ ਮੈਨੂੰ ਲੱਗਦਾ ਠੀਕ ਆ ਦੇਖੋ ਇਹ ਦੇਖੋ ਕੁਝ ਵੀ ਹੋਵੇ ਸਿਆਸਤ ਵਿੱਚ ਇਹ ਪੰਜਾਬੀਆਂ ਦੇ ਹਿੱਤ ਚ ਆ ਵੀ ਅਕਾਲੀ ਦਲ ਜੇ ਖੇਤਰੀ ਪਾਰਟੀ ਆ ਤਾਂ ਉਹ ਨੈਸ਼ਨਲ ਪਾਰਟੀ ਤੋਂ ਅਡਰ ਰਹੇ ਉਹ ਪੰਜਾਬ ਦੇ ਹੋਰ ਕਿਸੇ ਨਾਲ ਅਲਾਈਅንስ ਕਰ ਲਿਓ ਪੰਜਾਬ ਦਾ ਭਲਾ ਇਹਦੇ ਚ ਆ ਠੀਕ ਆ ਉਹ ਠੀਕ ਹੈ ਉਹ ਸਾਡੇ ਕਰਕੇ ਉਹਨੂੰ ਪਤਾ ਲੱਗਾ ਪਿੰਡਾਂ 'ਚ ਵਿਰੋਧ ਹੋਣਾ ਜਿਹੜੀਆਂ 4 ਮਿਲਣੀਆਂ ਉਹ ਵੀ ਨਹੀਂ ਮਿਲਣੀਆਂ ਹੈਗੀਆਂ ਹੁਣ ਹੁਣ ਇਹ ਸੁਖਬੀਰ ਬਾਦਲ ਜੀ ਨੋਟ ਕਰਨ ਵੀ ਠੀਕ ਹੈ ਇਹ ਲੋਕ ਉਹਨਾਂ ਕੋ ਸੰਤੁਸ਼ਟ ਹੁੰਦੇ ਨਹੀਂ ਸੰਤੁਸ਼ਟ ਉਹਨਾਂ ਦੀ ਸਵਾਲ ਆ ਪਰ ਅੱਜ ਗੁੱਸਾ ਉਹਨਾਂ ਪ੍ਰਤੀ ਇੰਨਾ ਨਹੀਂ ਹੈ ਜਿੰਨਾ ਇਹ ਪਹਿਲਾਂ ਸੀ ਅਸੀਂ ਉਹਨਾਂ ਨੂੰ ਸਹੀ ਲਾਈਨ ਤੇ ਲਿਆਂਦਾ ਪੰਜਾਬ ਵਾਸਤੇ ਨਾ ਕਿ ਸਾਡੇ ਹਿੱਤ ਆ ਕਿਸੇ ਨਾਲ ਨਹੀਂ ਫਿਰ ਇਹਦਾ ਇੱਕ ਮਤਲਬ ਇਹ ਆ ਕਿ ਤੁਹਾਡਾ ਅਕਾਲੀ ਦਲ ਨੂੰ ਲੈ ਕੇ ਫਿਰ ਤੁਸੀਂ ਥੋੜੇ ਸਮਰਥਨ ਵਾਲੇ ਪਾਸੇ ਹੋ ਸੌਫਟ ਹੋ ਅਕਾਲੀ ਦਲ ਨੂੰ ਲੈ ਕੇ ਕਿਵੇਂ ਇਹ ਤਾਂ ਸੁਖਵੀਰ ਬਾਦਲ ਜੀ ਨੂੰ ਪੁੱਛ ਲਓ ਇਹ ਖੁਸ਼ ਹੋਣਗੇ ਤੁਹਾਡਾ ਬਿਆਨ ਸੁਣ ਕੇ ਉਹਨਾਂ ਨੇ ਤਾਂ ਕੱਟ-ਕੱਟ ਕੇ ਚਲਾਣਾ ਸ਼ੁਰੂ ਕਰਦਣਾ ਦੇਖੋ ਬੰਦੇੜ ਸਾਹਿਬ ਨੇ ਕਿਹਾ ਕਿ ਸੁਖਵੀਰ ਬਾਦਲ ਨੇ ਠੀਕ ਕਰਤਾ ਕੰਮ ਚਲ ਇਹ ਤਾਂ ਚਲਾਉਣ ਕਿ ਉਹਨਾਂ ਨੂੰ ਪੁੱਛੋ ਵੀ 2014 ਚ ਕੀ ਬਣਿਆ ਸਭ ਤੋਂ ਵੱਧ ਇਹਨਾਂ ਨੇ ਸਾਡੇ ਖਿਲਾਫ लाठी चार्ज ਕੀਤਾ ਔਰ ਇਹਨਾਂ ਦਾ 2014 ਤੋਂ ਬਾਅਦ ਹੀ ਪਤਨ ਹੋਇਆ ਸਭ ਤੋਂ ਵੱਧ ਤਾਂ ਅਸੀਂ 10 ਸਾਲ ਅਕਾਲੀ ਦਲ ਨੂੰ ਆਪਦੇ ਪਿੰਡੇ ਤੇ ਡਾਇਆ ਸਭ ਤੋਂ ਵੱਧ लाठी चार्ज ਸਾਡੇ ਤੇ ਅਕਾਲੀ ਦਲ ਨੇ ਕੀਤੇ ਪਾਚ ਪਗਟ ਜੋਰਚ ਅੱਛਾ ਹੁਣ ਲੜੇ ਅਸੀਂ ਡੈਮੇਜ ਕੰਟਰੋਲ ਕਰ ਰਹੇ ਹਾਂ ਕਿ ਇਹ ਸਾਡੀਆਂ ਦਾ ਵੀ ਦਸਵਾ ਮੈਂ ਕੈਪਟਨ ਦਾ ਦੱਸਦਾ ਸੀ ਨਾ ਕੋਈ ਤਲ ਰਹਿ ਨਾ ਜਾਵੇ ਕੁੱਟਿਆ ਵੀ ਤੇ ਤੁਹਾਡੀ ਵਜ੍ਹਾ ਨਾਲ ਹੀ ਨਾ ਦੇਖੋ ਇਹ ਸਾਡਾ ਨਹੀਂ ਪੂਰੇ ਆਲ ਨੇ ਆਲ ਕਿਸਾਨਾਂ ਦਾ ਹੈ ਬਰੋਸਾ ਕਿਸਾਨ ਮਜ਼ਦੂਰ ਦਾ ਅਸੀਂ ਤਾਂ ਬੋਲਣ ਵਾਲੇ ਆ ਉਹਨਾਂ ਨੇ ਵੇਖਿਆ ਵੀ ਇਹ ਤਾਂ ਵਾਰਾ ਨਹੀਂ ਖਾਊਗਾ ਇਹ ਤਾਂ ਵੋਟਾਂ ਉਹਨੀਆਂ ਵੀ ਨਹੀਂ ਪੈਣੀਆਂ ਜਿੰਨੀਆਂ ਪਾਉਣੀਆਂ ਤਾਂ ਮਤਲਬ ਉਹਨਾਂ ਨੇ ਆਪਣੇ ਹਿੱਤ ਸਾਧੇ ਆ ਠੀਕ ਹੈ ਹੁਣ ਦੇਖੋ ਕੱਲ ਨੂੰ ਦੋ ਮਿਲ ਜਾਣ ਤੇ ਉਹ ਵੀ ਫੇਰ ਉਹਨਾਂ ਜਾ ਬਣ ਇਹਦੀ ਕੀ ਗਾਰੰਟੀ ਹੈਗੀ ਠੀਕ ਹੈ ਇਹ ਨਹੀਂ ਕਿਹਾ ਜਾ ਸਕਦਾ ਹਾਂ ਸਾਡੇ ਅੰਦੋਲਨ ਨੇ ਕਿੱਥੇ ਕਿੱਥੇ ਸੱਟ ਮਾਰੀ ਇਹ ਕਹਿ ਸਕਦੇ ਆ ਵੀ ਇੱਥੇ ਵੀ ਸੱਟ ਮੱਰੀ ਠੀਕ ਆ ਚਲੋ ਮੈਂ ਇੱਕ ਅਗਲੇ ਸਵਾਲ ਵਾਲੇ ਪਾਸੇ ਵੱਧਾਂ ਦੇਖੋ ਲੋਕਤੰਤਰ ਦੇ ਵਿੱਚ ਕੀ ਹੁੰਦਾ ਕਿ ਜੇ ਤੁਹਾਨੂੰ ਲੋਕਾਂ ਦਾ ਸਮਰਥਨ ਹਾਸਲ ਹੈ ਤਾਂ ਤੁਸੀਂ ਪਾਰਲੀਮੈਂਟ ਪਹੁੰਚ ਜਾਂਦੇ ਹੋ ਫਿਰ ਸਰਵਨ ਸਿੰਘ ਪੰਦੇਰੀਆ ਕਿਸਾਨ ਜਥੇਬੰਦੀਆਂ ਕਿਉਂ ਨਹੀਂ ਸੋਚਦੇ ਜੇ ਤੁਹਾਨੂੰ ਲੱਗਦਾ ਕਿ ਵਾਕਈ ਭਾਜਪਾ ਦਾ ਬਹੁਤ ਵਿਰੋਧ ਹੈ ਜਾਂ 10 ਸਾਲ ਦੀ ਐਂਟੀ ਇੰਕੰਮਬੈਂਸੀ ਹੈ ਜਾਂ ਤੁਹਾਡੇ ਵਾਲੇ ਮੁੱਦੇ ਬਹੁਤ ਜ਼ਬਰਦਸਤ ਹੈਗੇ ਆ ਫਿਰ ਇਲੈਕਸ਼ਨ ਤੁਸੀਂ ਲੜੋ ਕਿਉਂ ਨਹੀਂ ਲੜਦੇ ਇਲੈਕਸ਼ਨ ਆ ਦੇਖੋ ਇਹ ਬਹੁਤ ਵੱਡਾ ਤੇ ਬਹੁਤ ਇੰਪੋਰਟੈਂਟ ਸਵਾਲ ਆ ਅਸੀਂ ਦੇਖਿਆ ਪਹਿਲੋਂ ਵੀ ਕਿਸਾਨਾਂ ਦੇ ਤਜਰਬੇ ਹੋ ਚੁੱਕੇ ਆ ਕੁਝ ਹੋਰ ਵੀ ਹੋਏ ਜਿਵੇਂ ਸਟੂਡੈਂਟ ਲਹਿਰ ਸੀ ਅਸਾਮ ਦੀ ਸਿੱਧਾ ਵਿਦਿਆਰਥੀ ਲੋ ਤੋਂ ਮੁੱਖ ਮੰਤਰੀ ਬਣ ਜਾਂਦੇ ਆ ਉਹਦਾ ਫਾਇਦਾ ਦੇਖੋ ਕੀ ਹੋ ਗਿਆ ਪੰਜਾਬ ਦੇ ਵਿੱਚ ਵੀ ਕੋ ਤਜਰਬੇ ਮਹਾਰਾਸ਼ਟਰ ਦੇ ਕੋਤਰੇ ਵਿੱਚ ਕੋ ਹਰਿਆਣੇ ਦੇ ਤਜਰਬੇ ਇੱਥੇ ਲਖਵਾਲ ਸਾਹਿਬ ਚੇਅਰਮੈਨ ਰਹੇ ਅਨ ਦੋਨ ਜੋ ਆਮ ਆਦਮੀ ਪਾਰਟੀ ਬਣ ਗਈ ਬਣ ਗਈ ਜੀ ਸਰਕਾਰ ਬਣ ਗਈ ਦੋ ਸਟੇਟਾਂ ਦੀ ਸਰਕਾਰ ਮੁੱਖ ਮੰਤਰੀ ਆ ਉਹਨਾਂ ਦੇ ਤਾਂ ਉਹਦਾ ਤੇ ਰਿਜ਼ਲਟ ਕੀ ਨਿਕਲੇ ਮੈਂ ਉਹੀ ਕਹਿੰਨੇ ਕਿ ਜੇ ਇਲੈਕਸ਼ਨ ਚ ਹੁੰਦੇ ਸਰਵਨ ਸਿੰਘ ਭੰਦੇਰ ਮੁੱਖ ਮੰਤਰੀ ਆ ਪ੍ਰਧਾਨ ਮੰਤਰੀ ਬਣ ਸਕਦੇ ਬਣਾ ਦੇਣ ਉਹ ਪ੍ਰਧਾਨ ਮੰਤਰੀ ਬਣਾ ਦੇਣ ਨੂੰ ਚਾਹੇ ਮੁੱਖ ਮੰਤਰੀ ਬਣਾ ਦੇਣ ਪਰ ਲੋਕਾਂ ਦਾ ਕੋਈ ਸੌਰ ਨਾਲਾ ਨਹੀਂ ਹੈ ਕਿਉਂਕਿ ਡਿਸੀਜਨ ਤਾਂ ਵਾਸ਼ਿੰਗਟਨ ਤੋਂ ਹੋ ਰਹੇ ਆ ਪਾਲਿਸੀਆਂ ਤਾਂ ਵਾਸ਼ਿੰਗਟਨ ਬਣਾ ਰਿਹਾ ਦਿੱਲੀ ਲਾਗੂ ਕਰ ਰਿਹਾ ਨਹੀਂ ਹੁਣ ਤੁਹਾਨੂੰ ਪਾਲਿਸੀਆਂ ਮੰਗੜੀਆਂ ਪੈਣੀਆਂ ਫਿਰ ਤੁਸੀਂ ਖੁਦ ਬੈਠ ਕੇ ਪਾਲਿਸੀ ਬਣਾਓ ਉਹ ਜ਼ਿਆਦਾ ਈਜ਼ੀ ਨਹੀਂ ਹੋਗਾ ਸਾਡੇ ਹੱਥ ਚ ਪਾਲਿਸੀਆਂ ਹੈ ਹੀ ਨਹੀਂ ਸਾਡਾ ਦੇਸ਼ ਸੱਤਾ 'ਚ ਆ ਜਾਉਗੇ ਨਾ ਪਾਲিসੀਆਂ ਹੱਥ 'ਚ ਆ ਜਾਣਗੀਆਂ ਨਹੀਂ ਨਾ ਜੀ ਦੇਖੋ ਗਲੋਬਲਾਈਜੇਸ਼ਨ ਹੈਗਾ ਦੇਖੋ ਜੋ ਪਾਲਿਸੀ ਵਰਲਡ ਲੈਵਲ ਤੇ ਬਣੀ ਹੋਈ ਆ ਉਹਨੂੰ ਇੰਨਾ ਸਾਨ ਨਹੀਂ ਹੁੰਦਾ ਠੀਕ ਆ ਜਾਂ ਤਾਂ ਬਹੁਤ ਤਾਕਤਵਰ ਹੈ ਨਾ ਸਿਸਟਮ ਹੈਗਾ ਪੂਰੀ ਅਫਸਰਸਾਈ ਚ ਉਹਨਾਂ ਦੀ ਕੁਝ ਬੈਠ ਹੈਗੀ ਆ ਸਾਡੇ ਥਿੰਕ ਟੈਂਕਰਾਂ ਚ ਉਹਨਾਂ ਦੀ ਕੁਝ ਬੈਠ ਹੈਗੀ ਆ ਇੰਨਾ ਸੌਖਾ ਨਹੀਂ ਹੈਗਾ ਲੜਾਈ ਵਿਚਾਰਾਂ ਦੀ ਆ ਦੇਖੋ ਜਿਹੜੀ ਚੀਜ਼ ਤੇ ਅਸੀਂ ਲੜ ਰਹੇ ਹਾਂ ਜੇ ਤੁਹਾਨੂੰ ਪਤਾ ਹੈ ਕਿ ਇੰਨਾ ਸੌਖਾ ਨਹੀਂ ਫਿਰ ਤੁਸੀਂ ਸਰਕਾਰ ਤੇ ਤਾਂ ਪ੍ਰੈਸ਼ਰ ਬਣਾ ਹੀ ਰਹੇ ਹੋ ਨਾ ਫਿਰ ਤਾਂ ਸੌਖਾ ਉਹਨਾਂ ਲਈ ਵੀ ਨਹੀਂ ਹੈ ਨਹੀਂ ਦੇਖੋ ਜੇ ਜਿਹੜਾ ਸਾਡਾ ਅੰਦੋਲਨ ਹੈ ਤੁਸੀਂ ਕੁਝ ਗੱਲਾਂ ਕਹਿਤੀਆਂ ਐਤ ਕੀ ਡਬਲਯੂਟੀਓ ਦੇ ਵਿੱਚ 47 ਮੁਲਕਾਂ ਨੇ ਵਿਰੋਧ ਕੀਤਾ ਨਹੀਂ ਸੀ ਪਹਿਲੋ ਹੈਗਾ ਇਹ ਦਬਾਅ ਚ ਹੋਇਆ ਨਾ ਜਿਹੜੇ ਗਰੀਬ ਮੁਲਕ ਆ ਵਧੇ ਵੀ ਤੁਸੀਂ ਪੀਸ ਕਲੋਜ਼ ਨੂੰ ਹੋਰ ਵਧਾਓ ਅੱਗੇ ਇਹਨੂੰ ਹੋਰ ਖੁੱਲਾ ਕਰੋ ਜੇ ਨਹੀਂ ਤਾਂ ਅਮਰੀਕਾ ਤਾਂ ਸਾਡੇ ਖਿਲਾਫ ਮੁਕਦਮਾ ਕਰੀ ਬੈਠਾ ਵੀ ਪੀਸ ਕਲੋਜ਼ ਇਹ ਹੋਰ ਸੁੰਗੜੇ ਤਾਂ ਇੰਡੀਆ ਦੇ ਖਿਲਾਫ ਕੇਸ ਕੀਤਾ ਹੋਇਆ ਵੀ ਤੁਸੀਂ 10% ਕਿਹਾ ਕੁੱਲ ਵੈਲਿਊ ਦਾ ਖਰੀਦੋ ਤੁਸੀਂ 13% ਖਰੀਦੀ ਜਾਂਦੇ ਹੋ ਤਾਂ ਇਹਦਾ ਮਰ ਸਾਡਾ ਪ੍ਰੈਸ਼ਰ ਕੰਮ ਕਰ ਰਿਹਾ ਅਸੀਂ ਪ੍ਰੈਸ਼ਰ ਗਰੁੱਪ ਚ ਹੀ ਵੱਧ ਸਾਰਥਕ ਆ ਤਾਂ ਹੀ ਆਮ ਇਨਸਾਨ ਬਣ ਕੇ ਰਾਂਗੇ ਤਾਂ ਹੀ ਕਿਸਾਨਾਂ ਦੇ ਪੁੱਤ ਬਣ ਕੇ ਰਾਂਗੇ ਨਹੀਂ ਦੇਖੋ ਆਮ ਆਦਮੀ ਪਾਰਟੀ ਵੀ ਪ੍ਰੈਸ਼ਰ ਗਰੁੱਪ ਹੀ ਸੀ ਪਹਿਲਾਂ ਉਹ ਪ੍ਰੈਸ਼ਰ ਗਰੁੱਪ ਤੋਂ ਸੱਤਾ ਦੇ ਵਿੱਚ ਕਨਵਰਟ ਹੋਏ ਔਰ ਇਸ ਵੇਲੇ ਦੋ ਸਟੇਟਾਂ 'ਚ ਸਰਕਾਰ ਹੈ ਔਰ ਹੋਰ ਸਟੇਟਾਂ 'ਚ ਇਲੈਕਸ਼ਨ ਲੜ ਰਹੇ ਹੈ ਸੋ ਪ੍ਰੈਸ਼ਰ ਗਰੁੱਪ ਹੀ ਸੱਤਾ ਦੇ ਵਿੱਚ ਆਉਂਦੇ ਬੇਸ਼ੱਕ ਤੁਹਾਡੇ ਸਾਥੀਆਂ ਨੇ ਕੋਸ਼ਿਸ਼ ਕੀਤੀ ਕਾਮਯਾਬ ਨਹੀਂ ਹੋਏ ਹਾਂ ਠੀਕ ਹੈ ਹਰ ਇੱਕ ਨੂੰ ਆਜ਼ਾਦੀ ਆ ਸਾਡੇ ਭਰਾਵਾਂ ਨੂੰ ਆਜ਼ਾਦੀ ਆ ਉਹ ਕੀ ਕਰਦੇ ਆ ਅਸੀਂ ਇਧਰੋਂ ਇਹਨੂੰ ਸਹੀ ਨਹੀਂ ਮੰਨਦੇ ਕਿ ਅਸੀਂ ਦਾ ਪ੍ਰੈਸ਼ਰ ਗਰੁੱਪ ਜਿੰਨਾ ਚਿਰ ਅਸੀਂ ਪ੍ਰੈਸ਼ਰ ਗਰੁੱਪਾਂ ਮੈਂ ਸਪਸ਼ਟ ਕਹਿੰਦਾ ਜਿੰਨਾ ਚਿਰ ਪੰਦੇਰ ਲੋਕਾਂ ਵੱਲ ਖੜਾ ਆ ਉਹਨਾਂ ਚਿਰ ਲੋਕਾਂ ਦੀ ਲੜਾਈ ਹੋਊਗੀ ਜਿੱਦ ਦਿਨ ਉਹ ਪਾਸਾ ਬਦਲ ਗਿਆ ਫਿਰ ਲੋਕਾਂ ਦੀ ਸੰਘਰਸ਼ ਨਹੀਂ ਰਹਿੰਦਾ ਫਿਰ ਉਹ ਕਾਰਪੋਰੇਟ ਪੱਕੀ ਹੋਊਗਾ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਜਦੋਂ ਤੁਸੀਂ ਜਿੱਤ ਗਏ ਤਾਂ ਲੋਕਾਂ ਵਾਲੇ ਪਾਸੇ ਨਹੀਂ ਖੜੇ ਹੋ ਨਾ ਬਿਲਕੁਲ ਜੇ ਅਸੀਂ ਸੱਤਾ 'ਚ ਆ ਗਏ ਤਾਂ ਫਿਰ ਲੋਕਾਂ ਵਾਲੇ ਨਹੀਂ ਆਸਤੇ ਮੈਂ ਪੰਦੇਰ ਸਾਹਿਬ ਥੋੜਾ ਜਿਆਦਾ ਅਗਲੇ ਸਵਾਲਾਂ ਤੇ ਜਾਵਾਂ ਮੈਂ ਥੋੜਾ ਜਿਆਦਾ ਮੈਨੂੰ ਲੱਗਦਾ ਕਿ ਕਨਫਿਊਜ਼ ਵੀ ਸ਼ਾਇਦ ਦਰਸ਼ਕ ਹੋ ਰਹੀ ਹੁਣ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਇਹ ਤਾਂ ਵਾਸ਼ਿੰਗਟਨ ਤੋਂ ਡਿਸਾਈਡ ਹੋ ਰਿਹਾ ਹੈ ਇਹ ਤਾਂ ਇੰਟਰਨੈਸ਼ਨਲ ਪਾਲਿਸੀਜ਼ ਨੇ ਕਿ ਜੇ ਅਸੀਂ ਸੱਤਾ 'ਚ ਪਹੁੰਚ ਜਾਈਏ ਤਾਂ ਵੀ ਉਹ ਡਿਸਾਈਡ ਨਹੀਂ ਕਰ ਪਾਵਾਂਗੇ ਫਿਰ ਤੁਸੀਂ ਪ੍ਰਦਰਸ਼ਨ ਕਿਸ ਦੇ ਖਿਲਾਫ ਕਰ ਰਹੇ ਹੋ ਫਿਰ ਤੁਸੀਂ ਵਾਸ਼ਿੰਗਟਨ ਜਾਓ ਨਾ ਉੱਥੇ ਕਰੋ ਪ੍ਰਦਰਸ਼ਨ ਦੇਖੋ ਸਾਡਾ ਦੇਸ਼ ਉਹਨਾਂ ਦਾ ਮੈਂਬਰ ਬਣਿਆ ਸਾਡੇ ਦੇਸ਼ ਦੀ ਰਾਜਨੀਤੀ ਹੈ ਉਹਨਾਂ ਨੇ ਪੂਰੇ ਸਿਸਟਮ ਰਾਹੀਂ ਮੀਡੀਆ ਰਾਹੀਂ ਆਪਣੇ ਪ੍ਰਬੰਧਾਂ ਰਾਹੀਂ ਇੱਕ ਲੋਕਾਂ ਦੀ ਪਰਸੈਪਸ਼ਨ ਬਣਾਈ ਹੈ ਨਾ ਪਾਲਸੀਆਂ ਪ੍ਰਤੀ ਅਸੀਂ ਉਸ ਪਾਲਿਸੀਆਂ ਦਾ ਸਾਰੀ ਗੱਲ ਰੱਖਦੇ ਤਾਂ ਹਾਮ ਪੱਖ ਨਾ ਪੱਖ ਦੇਸ਼ ਦੇ ਲੋਕ ਜੇ ਸਾਡੀ ਗੱਲ ਨਾਲ ਸਹਿਮਤ ਹੋਏ ਦੇਸ਼ ਦੀ ਸੱਤਾ ਜਿੰਨਾ ਮੁੱਦਿਆਂ ਕਰਕੇ ਦੇਸ਼ ਦੀ ਸੱਤਾ ਆ ਰਹੀ ਦੇਖੋ ਅੱਜ ਕਿਸਾਨ ਜੱਜ ਸਭ ਤੋਂ ਵੱਡੀ ਗੱਲ ਹੈ ਤਾਂ ਜੇ ਸਾਡਾ ਅੰਦੋਲਨ ਵੱਧਕਾਰ ਕਰ ਰਿਹਾ ਵੀ ਕਿਸਾਨ ਇੱਕ ਮੁੱਦਾ ਵਾ ਮਜ਼ਦੂਰ ਇੱਕ ਮੁੱਦਾ ਵਾ ਅੱਜ ਸਾਡੇ ਵਾਲੇ ਮਸਲੇ ਤੇ ਵੋਟਾਂ ਬਣ ਵੀ ਰਹੀਆਂ ਤੇ ਵੋਟਾਂ ਟੁੱਟ ਵੀ ਰਹੀਆਂ ਜਿੱਦਣ WTO ਦੀ ਗੱਲ ਕਰ ਕਰ ਚਲੇਗੀ WTO ਤੇ ਸੱਤਾ ਮਿਲਦੀ ਵੀ ਹੋਈ ਡਬਲਯੂਟੀਓ ਤੇ ਸੱਤਾ ਜਾਂਦੀ ਵੀ ਹੋਈ ਉਹ ਦਿਨ ਅਸੀਂ ਕਾਰਗਰ ਹੋਵਾਂਗੇ ਅਸੀਂ ਤਾਂ ਉਹ ਗੱਲ ਸਾਡਾ ਸਭ ਤੋਂ ਵੱਡਾ ਅੰਦੋਲਨਕਾਰੀਆਂ ਦਾ ਫੈਸਲਾ ਹੁੰਦਾ ਲੋਕਾਂ ਦੀ ਚੇਤਨਾ ਨੂੰ ਉੱਚਾ ਕਰਨਾ ਫੈਸਲਾ ਆਪੇ ਕਰ ਲੈਣਗੇ ਨਹੀਂ ਜੇ ਇਸ ਵਾਰ ਦੇ ਨਤੀਜੇ ਜੋ ਤੁਸੀਂ ਕਹਿ ਰਹੇ ਹੋ ਉਸ ਦੇ ਪੱਖੇ ਹੀ ਨਹੀਂ ਰਹਿੰਦੇ ਤਾਂ ਫਿਰ ਕੀ ਸਮਝਿਆ ਜਾਵੇ ਕਿ ਆ ਤਾਂ ਤੁਹਾਡੀ ਗੱਲ 'ਚ ਦਮ ਨਹੀਂ ਸੀ ਆ ਤੁਸੀਂ ਸਮਝਾ ਨਹੀਂ ਪਾਏ ਜਾਂ ਫਿਰ ਜੋ ਚੱਲ ਰਿਹਾ ਉਹ ਵਧੀਆ ਦੇਖੋ ਲੰਮਾ ਸਵਾਲ ਆ ਜਵਾਬ ਵੀ ਇਹਦਾ ਲੰਮਾ ਹੋਊਗਾ ਦੇਖੋ ਸਾਡੀ ਦੇਸ਼ ਦੀ ਸੱਤਾ ਦੇ ਵਿੱਚ ਇਹ ਸੀ ਪਹਿਲੀ ਗੱਲ ਤੇ ਦਾਵਾ ਹੀ ਨਹੀਂ ਕਰਦੇ ਵੀ ਭਾਜਪਾ ਹਾਰੂਗੀ ਨਾ ਅਸੀਂ ਕਦੀ ਕਿਹਾ ਵੀ ਦੂਜੀ ਕਾਂਗਰਸ ਆਜੂਗੀ ਤੇ ਕਿਸਾਨਾਂ ਨੂੰ ਬੇਨਫੀਟ ਹੋ ਜਾਊਗਾ ਇਹ ਸਾਡਾ ਪਹਿਲੀ ਗੱਲ ਦਾਵਾ ਨਹੀਂ ਹੈਗਾ ਦੂਜਾ ਹੈਗਾ ਵੀ ਜਿਹੜੇ ਹੁਣ ਲਕਸ਼ਣ ਹੁੰਦੇ ਨੇ ਉਹ ਕਿਸੇ ਮੁੱਦਿਆਂ ਤੇ ਨਹੀਂ ਹੁੰਦੇ ਤੁਹਾਨੂੰ ਪਤਾ ਬਾਹੂਬਲ ਦੇ ਜ਼ੋਰ ਨਾਲ ਹੁੰਦੇ ਆ ਧਨਬਲ ਦੇ ਜ਼ੋਰ ਨਾਲ ਹੁੰਦੇ ਆ ਜਾਨੀ ਪੈਸੇ ਦੀ ਖੇਡ ਹੈਗੀ ਐ ਇੱਕ ਮੰਡੀ ਆ ਇਹ ਮੰਡੀ ਦੇ ਵਿੱਚ ਤੁਸੀਂ ਭਾਵੇਂ ਇੱਧਰ ਵਾਲਾ ਐ ਚੱਲਿਆ ਜਾਂਦਾ ਉੱਧਰ ਵਾਲਾ ਐ ਨੂੰ ਆ ਜਾਂਦਾ ਐ ਲਾਇਆ ਜਾਂਦਾ ਕੋਈ ਸਿਧਾਂਤ ਨਹੀਂ ਨਜ਼ਰ ਆਉਂਦਾ ਵੀ ਪਾਰਟੀਆਂ ਕਿਸੇ ਸਿਧਾਂਤ ਤੇ ਖੜੀਆਂ ਵਾ ਇਹ ਵੀ ਨਹੀਂ ਅੱਜ ਨਜ਼ਰ ਆ ਰਿਹਾ ਤਾਂ ਇਹਦੇ ਵਿੱਚੋਂ ਇਹ ਇਹ ਕਹਿਣਾ ਵੀ ਸਾਡੇ ਵਾਲੇ ਮੁੱਦੇ ਤੇ ਲੋਕ ਵੀ ਭਾਰਤ ਦੇ ਲੋਕਾਂ ਦੀ ਇੰਨੀ ਚੇਤਨਾ ਵੱਧ ਗਈ ਵੀ ਉਹ ਮੁੱਦਿਆਂ ਤੇ ਫੈਸਲੇ ਕਰ ਜਾਣ ਹਾਂ ਅੰਦੋਲਨ ਕਰਕੇ ਅੱਜ ਅੱਜ ਲੋਕਾਂ 'ਚ ਮੁੱਦਾ ਸਰਗਰਮ ਆ ਅਰੇ ਮੁੱਦਾ ਵੀ ਕਾਟ ਕਰ ਰਿਹਾ ਜਦਨ ਭਾਰਤ ਦੀ ਇਹ ਪੋਜੀਸ਼ਨ ਹੋਊ ਵੀ ਲੋਕ ਮੁੱਦਿਆਂ ਤੇ ਡਿਸੀਜਨ ਲਿਆ ਕਰਨਗੇ ਤਾਂ ਉਸ ਦਿਨ ਅਸੀਂ ਜ਼ੋਰ ਦਾਵਾ ਕਰਾਂਗੇ ਵੀ ਇਸ ਮੁੱਦੇ ਤੇ ਆ ਫਲਾਣੀ ਪਾਰਟੀ ਹਾਰ ਜੂਗੀ ਮੈਂ ਮੈਂ ਇੱਕ ਹੋਰ ਚੀਜ਼ ਤੁਸੀਂ ਆਪਣੀ ਜਿੱਤ ਫਿਰ ਕਿਸ ਨੂੰ ਸਮਝੋਗੇ 4 ਜੂਨ ਨੂੰ ਬੀਜੇਪੀ ਦੀ ਸਰਕਾਰ ਨਾ ਬਣੀ ਉਸ ਨੂੰ ਜੇ ਬੀਜੇਪੀ ਦੀਆਂ ਸੀਟਾਂ ਕੱਟ ਗਈਆਂ ਉਸ ਨੂੰ ਕਿਸ ਨੂੰ ਫਿਰ ਜਿੱਤ ਮੰਨੋਗੇ ਜਾਂ ਕਾਂਗਰਸ ਜਿੱਤ ਗਈ ਉਸ ਨੂੰ ਇੰਡੀਆ ਗਠਜੋੜ ਜਿੱਤ ਗਿਆ ਉਸ ਨੂੰ ਦੇਖੋ ਇੰਡੀਆ ਗਠਜੋੜ ਸਾਡੀ ਜਿੱਤ ਨਹੀਂ ਹੈ ਪਾਜ ਪਾਦੀ ਹਾਰ ਵੀ ਸਾਡੀ ਜਿੱਤ ਨਹੀਂ ਹੈ ਠੀਕ ਆ ਸਵਾਲ ਸਿਰਪੇ ਆ ਵੀ ਜੇ ਸਾਦੇ ਮੁੱਦੇ ਲੋਕਾਂ ਨੂੰ ਪਸੰਦ ਆਏ ਵੀ ਆ ਕਿਸਾਨਾਂ ਮਜ਼ਦੂਰਾਂ ਦੀ ਗੱਲ ਸਹੀ ਆ ਜੇ ਉਹਨਾਂ ਨੇ ਸ਼ਹੀਦ ਸੁਭਕਰ ਨੂੰ ਧਿਆਨ ਵਿੱਚ ਰੱਖ ਕੇ ਵੋਟ ਪਾਈ ਹੋਈ ਜੇ ਉਹਨਾਂ ਨੇ ਲਖੀਮਪੁਰ ਖੀਰੀ ਦੇ ਮਸਲੇ ਨੂੰ ਧਿਆਨ ਵਿੱਚ ਰੱਖ ਕੇ ਵੋਟ ਪਾਈ ਤਾਂ ਸਾਡੇ ਸਾਰੇ ਅੰਦੋਲਨ ਦੀਆਂ ਮੰਗਾਂ ਨੂੰ ਲੈ ਕੇ ਤੇ ਜੇ ਸੱਤਾ ਨੂੰ ਉਹਦਾ ਨੁਕਸਾਨ ਹੁੰਦਾ ਤਾਂ ਇਹ ਜ਼ਰੂਰ ਹੋਊਗਾ ਵੀ ਇਹ ਇਹਦੇ ਕਰਕੇ ਆ ਸਾਰਾ ਕੁਝ ਹੋਇਆ ਠੀਕ ਹੈ ਨਾ ਫਿਰ ਇਹਦਾ ਮਤਲਬ ਤੇ ਇਹੀ ਹੋਇਆ ਨਾ ਕਿ ਬੀਜੇਪੀ ਦੀ ਹਾਰ ਨੂੰ ਤੁਸੀਂ ਆਪਣੀ ਜਿੱਤ ਅਸੀਂ ਐ ਨਹੀਂ ਕਹਿੰਦੇ ਅਸੀਂ ਤਾਂ ਕਹਿੰਦੇ ਵੀ ਲੋਕ ਜਦੋਂ ਮੁੱਦਿਆਂ ਨੂੰ ਧਿਆਨ ਵਿੱਚ ਵੋਟਾਂ ਪਾਉਣਗੇ ਡੈਮੇਜ ਤਾਂ ਹੋਊਗਾ ਕਿਸੇ ਨੂੰ ਨਹੀਂ ਪੰਦੇ ਸਾਹਿਬ ਗੱਲ ਇਹ ਕਿ ਕੰਨ ਸਿੱਧਾ ਫੜ ਲਓ ਹੱਥ ਘਮਾ ਕੇ ਫੜ ਲਓ ਗੱਲ ਤਾਂ ਉਹੀ ਹੈ ਗੱਲ ਤੇ ਅਸੀਂ ਆਪਣੇ ਮੂੰਹ ਤੋਂ ਕਹਿਣਾ ਨਹੀਂ ਚਾਹੁੰਦੇ ਕਿ ਅਸੀਂ ਚਾਹੁੰਦੇ ਕਿ ਬੀਜੇਪੀ ਹਾਰੇ ਨਹੀਂ ਮੈਂ ਮੈਂ ਉਸ ਬਿਆਨ ਦਾ ਜ਼ਿਕਰ ਕਰ ਰਿਹਾ ਹਾਂ ਜਿਹੜਾ ਡੱਲੇਵਾਲ ਹੋਰਾਂ ਨੇ ਦਿੱਤਾ ਸੀ ਡੱਲੇਵਾਲ ਹੋਰਾਂ ਨੇ ਬਿਆਨ ਦਿੱਤਾ ਸੀ ਕਿ ਅਯੋਧਿਆ ਕਰਕੇ ਮੋਦੀ ਦੀ ਲੋਕਪ੍ਰੀਤਾ ਬਹੁਤ ਹੋ ਗਈ ਆ ਔਰ ਅਸੀਂ ਉਸ ਚੀਜ਼ ਨੂੰ ਹਿੱਟ ਕਰਨਾ ਨਹੀਂ ਐਂ ਐਂ ਯਾ ਉਹਨਾਂ ਨੇ ਕਿਹਾ ਦੇਖੋ ਮੈਂ ਉਹ ਨੇੜੇ ਸੀਗਾ ਬਿਆਨਦਾਰ ਨਾਲ ਕਿ ਉਹ ਦੇਖੋ ਸਵਾਲ ਤਾਂ ਹੈਗਾ ਵੀ ਸੱਤਾ 'ਚ ਕੋਈ ਵੀ ਧਿਰ ਹੋਵੇ ਪੰਜਾਬ ਵਿੱਚ ਵੀ ਇਹ ਚੱਲਦਾ ਰਿਹਾ ਪੰਜਾਬ ਦੇ ਵਿੱਚ ਧਾਰਮਿਕ इमोशनल ਬਲੈਕਬੈਲ ਹੁੰਦੀ ਰਹੀ ਹੈ ਇਹ ਤੇ ਕੋਈ ਰੌਲਾ ਨਹੀਂ ਉਹ ਪਾਰਟੀਆਂ ਵੀ ਆਪਣੇ ਪੱਧਰ ਤੇ ਕਰਦੀ ਰਹੀ ਆ ਸਵਾਲ ਦੇਸ਼ ਦੇ ਵਿਕਾਸ ਦਾ ਵਾ ਉਹਨਾਂ ਨੇ ਕਹਿਣ ਦੀ ਇਹ ਕੋਸ਼ਿਸ਼ ਕੀਤੀ ਸੀ ਵੀ ਇਸ ਵੇਲੇ ਉਹਨਾਂ ਦਾ ਗ੍ਰਾਫ ਤਕੜਾਓ ਸਾਨੂੰ ਸੁਣ ਨਹੀਂ ਰਹੇ ਠੀਕ ਹੈ ਨਾ ਇੱਥੇ ਕੋਈ ਰੋਲਾ ਨਹੀਂ ਮੋਦੀ ਜੀ ਦਾ ਗ੍ਰਾਫ ਬਹੁਤ ਉੱਚਾ ਬਹੁਤ ਵੱਡਾ ਸਾਡੇ ਅੰਦੋਲਨ ਤੋਂ ਬਾਅਦ ਇਹ ਚ ਕੋਈ ਧੋਰ ਵਾਲਾ ਨਹੀਂ ਵੀ ਇਹ ਗੱਲ ਕਹੀ ਵੀ ਤਾਕਤਵਰ ਪ੍ਰਧਾਨ ਮੰਤਰੀ ਕਹੇ ਜਾਂਦੇ ਨੇ ਪਾਸਪਾ ਦਾ ਦਾਵਾ ਵੀ ਹੈ ਹੈ ਚਾਹੇ ਨਹੀਂ ਹੈ ਇਹ ਹੋਰ ਸਵਾਲ ਆ ਤਾਂ ਉਹ ਠੀਕ ਸੀ ਵੀ ਸਾਡਾ ਅੰਦੋਲਨ ਲਈ ਬਹੁਤ ਬਹੁਤ ਕਠਨ ਰਹਾਵਾ ਪੇਡੀ ਤਾਕਤਵਰ ਸੱਤਾ ਦੇ ਖਿਲਾਫ ਅਸੀਂ ਲੜਨ ਜਾ ਰਹੇ ਹਾਂ ਠੀਕ ਆ ਔਰ ਉਹ ਸੱਤਾ ਉਹ ਦਿੱਲੀ ਅੰਦੋਲਨ ਪਹਿਲੇ ਤੋਂ ਬਾਅਦ ਮਜ਼ਬੂਤ ਹੋਈ ਸਾਰੇ ਕਹਿੰਦੇ ਸੀ ਉਹ ਸੱਤਾ ਦੇ ਖਿਲਾਫ ਤਾਂ ਸਾਡਾ ਰਾਹ ਕਠਨ ਨਹੀਂ ਹੈਗਾ ਉਹਨੂੰ ਉਹਨਾਂ ਉਹ ਸਭ ਨਾ ਪੇਸ਼ ਕੀਤਾ ਤੇ ਤੁਹਾਡੇ ਤੇ ਇਲਜ਼ਾਮ ਵੀ ਲੱਗਦੇ ਨੇ ਕਿ ਸੈਕੰਡ ਅੰਦੋਲਨ ਰੋਂਗ ਟਾਈਮ ਰੋਂਗ ਡਿਸੀਜਨ ਜੇ ਇਹ ਅੰਦੋਲਨ ਇਹਦਾ ਜਵਾਬ ਆ ਗਿਆ ਰੋਂਗ ਟਾਈਮ ਹੁੰਦਾ ਤਾਂ ਮੈਨੂੰ ਲੱਗਦਾ ਵੀ ਸਾਡੇ ਗ੍ਰਹਿ ਮੰਤਰੀ ਬਿਹਾਰ ਚ ਬਿਆਨ ਨਾ ਦਿੰਦੇ ਹੁਣ ਵੀ ਭਾਈ ਜੇ ਤੁਸੀਂ ਦੂਜਿਆਂ ਨੂੰ ਜਿਤਾਤਾ ਤਾਂ ਫਿਰ 1 ਸਾਲ ਮਮਤਾ ਬੇਨਰਜੀ ਪ੍ਰਧਾਨ ਮੰਤਰੀ ਬਣੂ 1 ਸਾਲ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣੂ 1 ਸਾਲ ਲਾਲੂ ਯਾਦਵ ਜੀ ਬਨ ਗੇ ਦੇਖੋ ਜਿਹੜੇ ਦਾਵਾ ਕਰਦੇ ਸੀ 400 ਤੋਂ ਪਾਰ ਉਹ ਆਪੇ ਹੀ ਆਪਣੇ ਦਾਅਵੇ ਦੀ ਫੂਕ ਕੱਢਣ ਲੱਗੇ ਐ ਲੱਗਦਾ ਸੱਤਾ ਤੋਂ ਬਾਹਰ ਜਾ ਰਹੇ ਨੇ ਤਾਂ ਸਾਡਾ ਸਾਡਾ ਬਿਲਕੁਲ ਸਹੀ ਟਾਈਮ ਤੇ ਮੇਰੇ ਖਿਆਲ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਪਹਿਲਾ ਅੰਦੋਲਨ ਹੋ ਜਿਹੜਾ ਲੋਕਾਂ ਦੇ ਵਿੱਚ ਆਪਦੇ ਮੁੱਦੇ ਨੂੰ ਫੈਲਾ ਰਿਹਾ ਹਰੇਕ ਰਾਜਨੀਤਿਕ ਪਾਰਟੀ ਕਿਸਾਨਾਂ ਦੇ ਹੱਕ 'ਚ ਬੋਲੇ ਚਾਹੇ ਕਿਸਾਨਾਂ ਦੇ ਬਰੋਚ 'ਚ ਬੋਲੇ ਬੋਲਣਾ ਪੈ ਰਿਹਾ ਜੇ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਚੋਣਨਾ ਜੇ 542 MP ਚੋਣਨੇ ਆ ਤਾਂ ਉਹਦੇ ਵਿੱਚ ਕਿਸਾਨਾਂ ਦਾ ਮੁੱਦਾ ਮਜ਼ਦੂਰ ਦਾ ਮੁੱਦਾ ਇੱਕ ਨੰਬਰ ਤੇ ਚੱਲ ਰਿਹਾ ਵੀ ਉਹਨਾਂ ਬਾਰੇ ਕਹਿਣਾ ਪਊ ਆ ਸਭ ਤੋਂ ਸਫਲ ਅੰਦੋਲਨ ਹੈ ਅੱਛਾ ਆਪਾਂ ਪੰਦੇਰ ਸਾਹਿਬ ਗੱਠ ਜੋੜ ਦਾ ਜ਼ਿਕਰ ਕਰ ਰਹੇ ਸੀ ਅਕਾਲੀ ਦਲ ਦਾ ਭਾਜੀਪੀ ਦਾ ਕਿ ਪ੍ਰੈਸ਼ਰ ਗਰੁੱਪ ਤੁਸੀਂ ਬਣੇ ਔਰ ਉਹ ਗੱਠ ਜੋੜ ਨਹੀਂ ਸਿਰੇ ਚੜ ਪਾਏ ਜਾਂ ਟੁੱਟ ਗਏ ਜਿਹੜੇ ਚੱਲਦੇ ਆ ਰਹੇ ਸੀ ਟੋੜਾ ਜਿੰਨੀਆਂ ਜਥੇਬੰਦੀਆਂ ਉਹਨਾਂ ਦੇ ਗੱਠ ਜੋੜ ਕਿਉਂ ਨਹੀਂ ਚੱਲਦੇ ਕਿਉਂ ਦੇ ਵੱਖੋ ਵੱਖਰੀਆਂ ਚੱਲਦੀਆਂ ਨੇ ਦੇਖੋ ਇੱਕ ਤਾਂ ਕਿਸੇ ਨੂੰ ਵੀ ਹੱਕ ਆ ਜਮਹੂਰੀ ਹੱਕ ਆ ਵੀ ਉਹ ਕਿਸੇ ਸਮੇਂ ਸੰਘਰਸ਼ ਕਰੇ ਚਾਹੇ ਨਾ ਕਰੇ ਇੱਕ ਤਾਂ ਉਹਨਾਂ ਦਾ ਨਿੱਜੀ ਆ ਵੀ ਉਹ ਕੀ ਸੋਚ ਰਹੇ ਇੱਕ ਹੁੰਦਾ ਆਪੋ ਆਪਣੀ ਸਮਝ ਹੁੰਦੀ ਜਿਵੇਂ ਸਵਾਲ ਆਇਆ ਕਿਸੇ ਨੂੰ ਲੱਗਦਾ ਵਾ ਵੀ ਆ ਸਮਾ ਸਹੀ ਨਹੀਂ ਹੈਗਾ ਕੋਈ ਇਹ ਵੀ ਸੋਚ ਲੈਂਦਾ ਵੀ ਇਸ ਸਮੇਂ ਸੰਘਰਸ਼ ਕਰਕੇ ਜਿੱਤਿਆ ਨਹੀਂ ਜਾ ਸਕਦਾ ਉਹਨਾਂ ਵਿੱਚੋਂ ਬਹੁਤਿਆਂ ਦੀ ਇਹ ਸਮਝ ਬਣ ਸਕਦੀ ਵੀ ਇਸ ਵੇਲੇ ਸਮਾਂ ਵੀ ਸਹੀ ਆ ਤੇ ਸੰਘਰਸ਼ ਵੀ ਕਰ ਸਕਦੇ ਆ ਸਵਾਲ ਕਿਸੇ ਮੁੱਦੇ ਦਾ ਨੇ ਮਿਨੀਮਲ ਪ੍ਰੋਗਰਾਮ ਤੇ ਜਥੇਬੰਦੀਆਂ ਇਕੱਠੀਆਂ ਹੁੰਦੀਆਂ ਨਾ ਤਾਂ ਲਾਈਨ ਮਿਲਦੀ ਆ ਨਾ ਵਿਚਾਰਤਾ ਨਾਲ ਮਿਲਦੀ ਹੈ ਬਹੁਤ ਅੱਡ ਅੱਡ ਨੇ ਅੱਡ ਅੱਡ ਸੋਚਣ ਅੱਡ ਅੱਡ ਸੋਚ ਹੈਗੀ ਘਟੋ ਘਟ ਪ੍ਰੋਗਰਾਮ ਬੰਦਾ ਘਟੋ ਘਟ ਪ੍ਰੋਗਰਾਮ ਤੇ ਐਕਸ਼ਨ ਪ੍ਰੋਗਰਾਮ ਨਿਕਲਦੇ ਹੈਗੇ ਉਸ ਕਰਕੇ ਹੀ ਸਹਿਮਤੀ ਨਹੀਂ ਬਣੀ ਬਾਕੀ ਗੱਲਾਂ ਜਦੋਂ ਅਸੀਂ ਆਉਨੇ ਆ ਫਿਰ ਬਾਕੀ ਗੱਲਾਂ ਛੱਡ ਕੇ ਹੀ ਆਉਨੇ ਹਰੇਕ ਨਾਲ ਤਾਂ ਸਾਡਾ ਕੰਮ ਸੀ ਹਰੇਕ ਕੋਲੇ ਜਾਣਾ ਹਰੇਕ ਦੇ ਗਾਲੀ ਆਪਣਾ ਪੱਖ ਰੱਖਣਾ ਉਹ ਅਸੀਂ ਗਏ ਆ ਮੈਂ ਨਿੱਜੀ ਤੌਰ ਤੇ ਗਿਆ ਮ ਕੋਈ ਕੋਈ ਜਿਹਾ ਨਹੀਂ ਹੋ ਜਿਹਦੇ ਕੋਲ ਸਾਰੇ ਆਗੂਆਂ ਦੇ ਕੋਲੇ ਮੈਂ ਤੁਸੀਂ ਬਾਅਦ ਚ ਗਏ ਉਹ ਕਹਿੰਦੇ ਅੰਦੋਲਨ ਸ਼ੁਰੂ ਕਰਨ ਤੋਂ ਪਹਿਲਾਂ ਨਾ ਜੀ ਪਹਿਲਾਂ ਗਏ ਜੀ ਇਹ ਵੀ ਤੁਹਾਡੇ ਤੇ ਇਲਜ਼ਾਮ ਹੈ ਕਹਿੰਦੇ ਤੁਹਾਡੀ ਬਣਦੀ ਕਿਸੇ ਨਾਲ ਨਹੀਂ ਐ ਨਹੀਂ ਕਹੇ ਦੇਖੋ ਜੀ ਪੁਰਾਣੇ ਕਿਸਾਨ ਅੰਦੋਲਨ ਵੇਲੇ ਵੀ ਵੱਖਰੀ ਸਟੇਜ ਲਾਈ ਵੱਖਰੇ ਤਰੀਕੇ ਨਾਲ ਜਦੋਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਸੀ ਤੁਸੀਂ ਕਹਿੰਦੇ ਝੰਡਾ ਵੱਖਰੇ ਕਿਉਂ ਸਰਵਰ ਸਿੰਘ ਮੰਦਿਰ ਕੱਲੇ ਅਲੱਗ ਸੀ ਨਾ ਦੇਖੋ ਦੋ ਗੱਲਾਂ ਦਾ ਸਵਾਲ ਹੈ ਇੱਕ ਤਾਂ ਜੇ ਬਣਦੀ ਨਾ ਹੁੰਦੀ ਤੇ ਇਹਨੇ ਇਕੱਠੇ ਨਾ ਹੁੰਦੇ ਨਹੀਂ ਕਿਸਾਨ ਪਹਿਲਾਂ ਪੁਰਾਣੇ ਗੱਲਾਂ ਦੀ ਗੱਲ ਇਹ ਪੁਰਾਣ ਸਭ ਤੋਂ ਪਹਿਲਾਂ ਸੀ ਚੰਡਾ ਚੱਕਿਆ ਉਹਨਾਂ ਖਿਲਾਫ ਠੀਕ ਹੈ ਜੀ ਆਈ ਲੜਦੇ ਰਹੇ ਬਾਅਦ ਚ ਆਇਆ ਸਾਨੂੰ ਸਾਰੇ ਫੋਨ ਆਏ ਅਸੀਂ ਲਗਭਗ ਇਹ ਫੈਸਲਾ ਕਰ ਲਿਆ ਸਾਡਾ ਫੈਸਲਾ ਦੇਖੋ ਵੀ ਕਾਲ ਕੌਣ ਕਰਦਾ ਵਾ ਕਾਲ ਮਤਲਬ ਕੋਈ ਸੱਦਾ ਦਿੰਦਾ ਸਵਾਲ ਇਹ ਨਹੀਂ ਅਸੀਂ ਵੇਖਿਆ ਵੀ ਕਾਲ ਕਿਹਦੇ ਖਿਲਾਫ ਆ ਔਰ ਕਿਹਦੇ ਹੱਕ ਚ ਆ ਉਹ ਕਾਲ ਉਸ ਵੇਲੇ ਸੱਤਾ ਮੋਦੀ ਸਰਕਾਰ ਦੇ ਖਿਲਾਫ ਸੀ ਤੇ ਕਿਸਾਨਾਂ ਮਜ਼ਦੂਰਾਂ ਦੇ ਹੱਕ ਸੀ ਅਸੀਂ ਬਗੈਰ ਕਿਸੇ ਕਿੰਤੂਕਿਆ ਜੋ ਫੈਸਲਾ ਹੈ ਉਹਨੂੰ ਪਹਿਲੇ ਨੰਬਰ ਤੇ ਲਾਗੂ ਕੀਤਾ ਇਹ ਸਾਡਾ ਸਟੈਂਡ ਸੀ ਉਹਨਾਂ ਗਾੜੀ ਵੀ ਰੱਖ ਦਿੱਤਾ ਕਲੀਅਰ ਕਰਤਾ ਵੀ ਸਾਡਾ ਸਟੈਂਡ ਆ ਵਾ ਫੈਸਲਾ ਕਰ ਲਓ ਸਾਨੂੰ ਦੱਸ ਦਿਆ ਕਰੋ ਜਾਂ ਸਾਡੀ ਫੋਨ ਤੇ ਰੈ ਲੈ ਲਿਆ ਕਰੋ ਅਸੀਂ ਤਾਂ ਸ਼ਗਰਸੀ ਲੋਕ ਆ ਕਰ ਹੀ ਜਾਵਾਂਗੇ ਕਰ ਹੀ ਗਏ ਮੈਨੂੰ ਲੱਗਦਾ ਦਿੱਲੀ ਵਿੱਚ ਵੀ ਇਕੱਠੇ ਰਹੇ ਸਟੇਜ ਤਾਂ ਗ੍ਰਾਹਕ ਸਾਹਿਬ ਦੀ ਵੀ ਅੱਡ ਸੀ ਸਾਡੀ ਵੀ ਅੱਡ ਸੀ ਮੀਟਿੰਗਾਂ ਜੀ ਬੰਦੇ 26 ਜਨਵਰੀ ਤੋਂ ਬਾਅਦ ਜਾ ਕੇ ਚੀਜ਼ਾਂ ਉਹ ਉਹ ਸਭ ਨਾ ਨਹੀਂ ਰਹੀਆਂ ਉਹਨਾਂ ਦਾ ਅੰਡਰਸਟੈਂਡ ਚਲਾ ਗਿਆ ਸਾਡਾ ਅੰਡਰਸਟੈਂਡ ਚਲਾ ਗਿਆ ਮੈਨੂੰ ਨਹੀਂ ਲੱਗਦਾ ਉਦੋਂ ਬਾਅਦ ਵੀ ਇਕੱਠੇ ਰਹੇ ਗੱਲਬਾਤ ਵੀ ਹੁੰਦੀ ਰਹੀ ਔਖੇ ਵੇਲੇ ਵੀ ਇਕੱਠੇ ਰਹੇ ਸਰਕਾਰ ਨਾਲ ਕਰਕੇ ਪਰ ਤੁਹਾਨੂੰ ਉਹਨਾਂ ਨੇ ਸਟੇਜ ਤੇ ਜਾਂਚ ਦਿੱਕਤ ਕੀਤੀ ਸੀ ਤਾਂ ਸਾਨੂੰ ਦੇਖੋ ਦਿੱਕਤ ਤਾਂ ਉਹ ਵੀ ਸਾਡੀ ਸਟੇਜ ਤੇ ਅਸੀਂ ਵੀ ਜਾਂਦੇ ਰਹੇ ਉਹਨਾਂ ਸਟੇਜ ਤੇ ਕੋ ਰੌਲਾ ਨਹੀਂ ਸੀ ਬਣਦੇ ਨਹੀਂ ਸੀ ਨਾ ਐ ਨਹੀਂ ਗੱਲ ਵਿਚਾਰਾਂ ਦੇ ਵਖਰੇਵੇਂ ਹੋ ਸਕਦੇ ਆ ਕਿਸੇ ਨਾਲ ਨਿੱਜੀ ਤੌਰ ਤੇ ਕੋ ਰੌਲਾ ਹੀ ਨਹੀਂ ਹੈਗਾ ਬਹੁਤ ਚੰਗੇ ਮਿੱਤਰ ਨੇ ਸਾਡੇ ਸਾਰਿਆਂ ਨਾਲ ਬਥੇਰੀਆਂ ਗੱਲਾਂ ਹੁੰਦੀਆਂ ਅੱਛਾ ਕਹਿੰਦੇ ਦੋ ਗੱਲ ਹੈ ਵੀ ਸਰਕਾਰ ਟੇਬਲ ਤੇ ਆਈ ਹੋਈ ਆ ਸਰਕਾਰ ਮੀਟਿੰਗ ਨੂੰ ਖਿੱਚਦੀ ਆ ਵਰਜੀ ਨਾ ਉਹ ਆ ਸਵਾਲ ਕਰਦੇ ਆ ਜੇ ਤੁਸੀਂ ਸਰਕਾਰ ਦੇ ਕਿਸੇ ਵੀ ਮੰਤਰੀ ਦੀ ਸੱਲੀ ਨਹੀਂ ਕਰਾਉਂਦੇ ਦਲੀਲਾਂ ਨਾ ਜੇ ਅਸੀਂ ਉੱਠ ਕੇ ਭੱਜਦੇ ਹਾਂ ਤਾਂ ਹੋਊਗਾ ਵੀ ਇਹ ਤਾਂ ਮੀਟਿੰਗ ਦਾ ਬਾਈਕਾਟ ਕਰ ਗਏ ਜੀ ਨਿਕਲ ਕੇ ਚਲੇ ਗਏ ਜੀ ਅਸੀਂ ਤਾਂ ਕਹਿੰਦੇ ਆ ਵੀ ਜਿੰਨਾ ਚਿਰ ਮਰਜ਼ੀ ਬਾਹਲੋ ਮਸਲੇ ਦਾ ਹੱਲ ਕਰੋ ਅਸੀਂ ਤਾਂ ਕਹਿੰਨੇ ਆ ਵੀ ਦੇਖੋ ਅਸੀਂ ਹੁਣ ਨਾ ਜਥੇਬੰਦੀਆਂ ਚ ਉਹ ਇਹ ਦੋਵਾਂ ਫਾਰਮਾਂ ਦਾ ਫੈਸਲਾ ਤਾਂ ਨਹੀਂ ਹੋ ਸਕਦਾ ਇਹ ਮੇਰੀ ਵਿਅਕਤੀਗਤ ਹੀ ਰਹਿ ਸਕਦੀ ਵੀ ਸਾਨੂੰ ਪਤਾ ਤਾਂ ਹੈਗਾ ਸਰਕਾਰ ਨੂੰ ਆ ਮੰਗਾਂ ਮ ਡਿਸਕਸ਼ਨ ਵੀ ਲੰਮੀ ਹੋਗੀ ਉਹ ਆਪ ਵੀ ਫੈਸਲਾ ਕਰ ਸਕਦੇ ਸਾਨੂੰ ਸਾਡੇ ਨਾਲ ਮੀਟਿੰਗ ਨਾ ਵੀ ਕਰਨ ਸਵਾਲ ਸਿਰਫ ਇਹਨਾ ਮਸਲੇ ਦਾ ਹੱਲ ਨਹੀਂ ਚਾਹੁੰਦੀ ਸਰਕਾਰ ਇਹ ਹੀ ਇਲਜ਼ਾਮ ਤੁਹਾਡੇ ਤੇ ਲੱਗਦੇ ਕਹਿੰਦੇ ਤੁਸੀਂ ਨਾ ਇੱਕ ਪੁਆਇੰਟ ਪਕੜ ਲੈਨੇ ਹੋ ਕਿ ਬਸ ਉੱਥੇ ਹੀ ਕੀ ਕੋਈ ਨੇਗੋਸ਼ੀਏਸ਼ਨ ਦਾ ਕੋਈ ਰਾਹ ਛੱਡਦਾ ਹੀ ਨਹੀਂ ਤੁਸੀਂ ਨਾ ਤੁਸੀਂ ਦਿੱਲੀ ਛੱਡਿਆ ਨਾ ਹੁਣ ਤੁਸੀਂ ਹੁਣ ਛੱਡ ਰਹੇ ਹੋ ਉਹਨਾਂ ਨੇ ਇੱਕ ਇੱਕ ਬਦਲ ਦੇ ਦਿੱਤਾ ਕਿ ਤੁਸੀਂ ਆ ਇੱਕ ਅਡਾਪਟ ਕਰ ਲਓ ਆ ਇੱਕ ਫਾਰਮੂਲਾ ਆਏਗਾ ਤੁਸੀਂ ਨਹੀਂ ਅਸੀਂ ਜੋ ਕਹਤਾ ਬਸ ਉਸ ਦੇ ਉੱਪਰ ਰਾਵਾਂਗੇ ਤੁਹਾਡੇ ਤੇ ਇਲਜ਼ਾਮ ਲੱਗਦੇਗੇ ਤੁਸੀਂ ਨਿਬੇੜਦੇ ਨਹੀਂ ਗੱਲ ਦੇਖੋ ਕਹਿੰਦੇ ਜੇ 100% ਚੋਂ 30% ਵੀ ਮੰਦੀ ਹੋਵੇ ਗੱਲ ਤੇ ਇੱਕ ਵਾਰੀ ਮਨਾ ਲੈਣੀ ਚਾਹੀ ਦੇਖੋ ਦੋ ਗੱਲਾਂ ਨੇ ਇੱਕ ਤਾਂ ਜਦੋਂ ਤੁਸੀਂ ਇੰਨਾ ਡਿਸੀਜਨਾਂ ਤੇ ਜਾਂਦੇ ਹੋ ਛੋਟੀ ਗੱਲ ਨਹੀਂ ਹੁੰਦੀ ਤੁਹਾਡੀ ਜਿਹੜੀ ਪੂਰੀ ਕਿਸਾਨੀ ਆ ਦੇਸ਼ ਦੀ ਜਾਂ ਮਜ਼ਦੂਰ ਆ ਉਹਨਾਂ ਨੇ ਭੁਗਤਣਾ ਹੁੰਦਾ ਜੋ ਤੁਸੀਂ ਕਰ ਆਏ ਔਰ ਪਹਿਲੀ ਗੱਲ ਪੰਜਾਬੀਆਂ ਤੇ ਇਲਜ਼ਾਮ ਬਹੁਤ ਨੇ ਵੀ ਉਹਨਾਂ ਨੇ ਟੇਬਲ ਤੇ ਜਾ ਕੇ ਮਾਰ ਖਾਧੀ ਹਮੇਸ਼ਾ ਔਰ ਇਹ ਬਹੁਤ ਫੂਕ ਕੇ ਚੁੱਕਣ ਵਾਲਾ ਕਦਮ ਹੁੰਦਾ ਅਸੀਂ ਭਲਾ ਐਮ ਐਸਬੀ ਲੀਗਲ ਗਾਰੰਟੀ ਕਾਨੂੰਨ ਲੈਂਦੇ ਲੈਂਦੇ ਸਾਰੀਆਂ ਫਸਲਾਂ ਦੀ ਪਿਕਯੂਰਮੈਂਟ ਕਰਾਉਂਦੇ ਕਰਾਉਂਦੇ ਕੰਟਰੈਕਟ ਬੇਸ ਖੇਤੀ ਤੇ ਸਮਝੌਤਾ ਕਿਵੇਂ ਕਰਾਉਂਦੇ ਜਿਤੇ ਉਹ ਕਹਿ ਰਹੇ ਨੇ ਇਹ ਤਾਂ ਸਵਾਲ ਹੀ ਨਹੀਂ ਸਦਾ ਅਸੀਂ ਅਸੀਂ ਆਪਦੇ ਬੰਦਿਆਂ ਨੂੰ ਖਾਤੇ 'ਚ ਛੋਟੇ ਹੀ ਖੂਚ ਇਹ ਤਾਂ ਵਾਰਾ ਇੰਨੀ ਕੰਦਾ ਹੈਗਾ ਤਾਂ ਉਹਨਾਂ ਨੇ ਜੋਰ ਬਥੇਰਾ ਲਾਇਆ ਬੜੇ ਚੇਡੇ ਟੰਗਨਾ ਮੈਨੂੰ ਲੱਗਦਾ ਦੇਖੋ ਸਾਡੇ ਨਾਲ ਠੀਕ ਹੀ ਨਹੀਂ ਹੋਇਆ ਪਿਊਸ਼ ਗੋਲਜੀ ਮੀਟਿੰਗ 'ਚ ਪਕਿਊਰਮੈਂਟ ਦੀ ਗੱਲ ਕਰਦੇ ਰਹੇ ਪੇ ਇੰਨਾ ਫਸਲਾਂ ਦੀ ਪਕਿਊਰਮੈਂਟ ਹੋਊ ਲੱਗਾ ਵੀ ਚੱਲ ਕੁਸਤਾ ਦੇਣ ਰਹੇ ਬਾਹਰ ਜਾ ਕੇ ਕੰਟਰੈਕਟ ਫਾਰਮਿੰਗ ਤੇ ਬੋਲ ਤਾਂ ਕੰਟਰੈਕਟ ਫਾਰਮਿੰਗ ਤਾਂ ਮੰਗੀ ਨਹੀਂ ਹੈਗੀ ਸਾਡੀ ਇਹ ਤਾਂ Rajasthan 'ਚ ਫੇਲ ਹੋਗੀ ਖੁਦ Haryana 'ਚ ਫੇਲ ਹੋਗੀ ਤਾਂ ਉਹ ਅਸੀਂ ਮੰਨਣੇ ਨਹੀਂ ਸੀ ਅਗੇ ਜਿਹੜੀ ਗੱਲ। ਪਰ ਨੈਗੋਸ਼ੀਏਸ਼ਨ ਇਸ ਤਰੀਕੇ ਨਾਲ ਹੋ ਸਕਦੀ ਸੀ ਕਿ ਤੁਸੀਂ 23 ਫਸਲਾਂ ਤੇ ਐਮਐਸਪੀ ਦੀ ਗਾਰੰਟੀ ਮੰਗ ਰਹੇ ਸੀ। ਹੁਣ 2 ਤੇ ਆਪਾਂ ਨੂੰ ਮਿਲਦੀ ਐ ਕਣਕ ਝੋਨੇ ਦੇ ਉੱਪਰ ਜੇ 5-7 ਫਸਲਾਂ ਤੇ ਕਰ ਦਿੰਦੇ 10 ਫਸਲਾਂ ਤੇ ਕਰ ਦਿੰਦੇ ਤਾਂ ਸ਼ਾਇਦ ਤੁਸੀਂ ਮੰਨ ਜਾਂਦੇ। ਨਾ ਐ ਐ ਨਹੀਂ ਦੇਖੋ ਜੇ ਉਹ ਫੈਸਲਾ ਤੇ ਆਉਂਦੇ ਤਾਂ ਇਹ ਚੰਗੀ ਗੱਲ ਸੀ। ਕੋਈ ਸਰਕਾਰ ਅੱਗੇ ਤਾਂ ਵਧ ਰਹੀ ਐ ਨਾ। ਫਿਰ ਉਹ ਫੈਸਲਾ ਸੀ ਜਥੇਬੰਦੀਆਂ ਦਾ। ਉਹਦੇ ਬਾਰੇ ਲੰਮੀ ਡਿਸਕਸ ਹੁੰਦੀ ਮੰਨਣਾ ਕਿ ਨਹੀਂ ਮੰਨਣਾ। ਪਰ ਕੰਟ੍ਰੈਕਟ ਫਾਰਮਿੰਗ ਤਾਂ ਅਸੀਂ ਮੰਨਣ ਹੀ ਨਹੀਂ ਸੀ ਅਗੇ। ਦੇਖੋ ਕੱਲਾ ਦੋ ਫਸਲਾਂ ਨਹੀਂ ਪੰਜਾਬ ਦੇ ਵਿੱਚ ਗੰਨਾ ਥੋੜੀ ਕਪਾਹ ਵੀ ਖਰੀਦੀ ਜਾ ਰਹੀ ਹੈ ਭਾਵੇਂ ਕਈ ਵਾਰੀ ਉਹ ਨਹੀਂ ਖਰੀਦੀ ਜਾਂਦੀ ਕੁਝ ਫਸਲਾਂ ਤਾਂ ਹੈਗੀਆਂ ਕੁਝ ਹੋਰ ਨਾ ਸੂਬਿਆਂ ਵਿੱਚ ਹੈਗਾ ਸਵਾਲ ਤਾਂ ਸੀ ਅਸੀਂ ਸਾਰੀਆਂ ਫਸਲਾਂ ਦਾ ਕਿਹਾ ਦੇਖੋ ਇੱਕ ਕਈ ਵਾਰੀ ਇੱਥੇ ਲੰਮੀਆਂ ਡਿਬੇਟਾਂ ਨੇ ਜੜੀ ਇਸ ਵੇਲੇ ਸੀਏਸੀਪੀ ਦਿੰਦੀ ਹੈ ਛਪਾਰਸ਼ ਕਰਕੇ ਜਿਹੜੀਆਂ ਫਸਲਾਂ ਖਰੀਦੀ 23 ਤਾਂ ਤੁਸੀਂ ਉਹਨਾਂ ਦੇ ਆਪ ਦੇ ਅੰਕੜੇ ਨੇ ਕੁੱਲ ਫਸਲ ਦਾ 28% ਹੀ ਖਰੀਦ ਹੋ ਰਹੀ ਹੈ ਜੇ ਕੁੱਲ ਜਿੰਨੀ ਕਿਸਾਨ ਜੋ ਵੀ ਚੀਜ਼ ਪੈਦਾ ਕਰਦਾ ਸੈਂਕੜੇ ਕਿਸਮ ਦੀਆਂ ਚੀਜ਼ਾਂ ਅਸੀਂ ਪੈਦਾ ਕਰ ਰਹੇ ਹਾਂ ਤਾਂ ਇਕੱਲਾ 23 ਫਸਲਾਂ ਦੇ ਥਰੂ 28% ਕੁੱਲ ਦੇਚਦਾ ਹਿੱਸਾ ਸੀ ਇਹ ਇਹ ਤੈ ਹੋ ਰਿਹਾ ਐ ਐਮਐਸਪੀ ਤੈ ਹੋ ਰਹੀ ਐ ਜੇ ਇਹ ਦੇ ਖਰੀਦੀਏ ਤੇ ਬਾਕੀ ਤਾਂ ਫੇਰ ਰਹਿ ਗਈ ਸਾਡਾ ਸਵਾਲ ਸੀ ਸਾਰੀਆਂ ਫਸਲਾਂ ਦੇ ਘੱਟੋ-ਘੱਟ ਰੇਟਾਂ ਦਾ ਐਲਾਨ ਹੋਵੇ ਜੇ ਕੋਈ ਹੋਰ ਨਵਾਂ ਫਾਰਮੂਲਾ ਸਰਕਾਰ ਨਹੀਂ ਦੇ ਸਕਦੀ ਤੇ ਸੀਏਸੀਪੀ ਤਾਂ ਤਾਂ ਹੈਗਾ ਨਾ ਇਸੇ ਤਹਿਤ ਐਲਾਨ ਕਰ ਦਿਓ ਬਾਕੀ ਦੇ ਨੀ ਦੇਖੋ ਦੋ ਦੋ ਚੀਜ਼ਾਂ ਨੇ ਇੱਕ ਕੰਟਰੈਕਟ ਫਾਰਮਿੰਗ ਐ ਇੱਕ ਡਾਈਵਰਸੀਫਿਕੇਸ਼ਨ ਐ ਦੋਨਾਂ 'ਚ ਤੁਸੀਂ ਫਰਕ ਸਮਝਦੇ ਨਹੀਂ ਦੇਖੋ ਜਿਹੜਾ ਇਹਨਾਂ ਦਾ ਡਾਈਵਰਸੀਫਿਕੇਸ਼ਨ ਐ ਕੰਟਰੈਕਟ ਫਾਰਮਿੰਗ ਰਾਹੀਂ ਉਹ ਬਿਲਕੁਲ ਰਹੋਗੇ ਮਤਲਬ ਇਹ ਕਹਿੰਦੇ ਆ ਵੀ ਜਿਹੜਾ ਕਣਕ ਝੋਨੇ 'ਚੋਂ ਨਿਕਲੂਗਾ ਉਹ ਕੰਟ੍ਰੈਕਟ ਕਰ ਲੈ ਸਾਡੇ ਨਾਲ ਹਰ ਇੱਕ ਕਿਸਾਨ ਨਾਲ ਅੱਡ ਅੱਡ ਕੰਟ੍ਰੈਕਟ ਹੋਊਗਾ ਉਹਨੂੰ ਕਹਿੰਦਾ ਜੀ ਅਸੀਂ ਆ ਆ ਫਸਲਾਂ ਦੀ ਖਰੀਦ ਕਰਾਂਗੇ ਜਿਹੜਾ ਬੰਦਾ ਉਹ ਫਸਲ ਪਹਿਲੋਂ ਹੀ ਬੀਜ ਰਿਹਾ ਉਹ ਆਪੋ ਆਟੋਮੈਟਿਕ ਬਾਹਰ ਹੋ ਗਿਆ ਇਹ ਕੋਈ ਇਹ ਕੋਈ ਕੰਡੀਸ਼ਨ ਹਾਂ ਅਸੀਂ ਕਹਿੰਨੇ ਤੁਸੀਂ 23 ਫਸਲਾਂ ਤੇ ਲੀਗਲ ਗਰੰਟੀ ਕਾਨੂੰਨ ਦੇ ਦਿਓ ਸਾਡੇ ਕਿਸਾਨਾਂ ਨੇ ਖੁਦ ਖੁਦ ਡਾਇਵਰਸੀਫਿਕੇਸ਼ਨ ਕਰ ਲੈਣਾ ਵਾ ਠੀਕ ਹੈ ਸਾਨੂੰ ਨਹੀਂ ਲੱਗਦਾ ਵੀ ਉਹ ਨਹੀਂ ਮੰਨਣਗੇ ਪਰ ਸਾਡੇ ਵਾਲੀ ਗੱਲ ਤੇ ਦੂਜਾ ਸਾਡੇ ਲੀਗਲ ਗਰੰਟੀ ਕਾਨੂੰਨ ਤੇ ਸਰਕਾਰ ਨੂੰ ਇਹ ਵੀ ਸ਼ੌਟ ਆ ਪੀ ਸਾਡੀ ਐਮਐਸਪੀ ਦੀ ਜਦੋਂ ਗਰੰਟੀ ਕਾਨੂੰਨ ਬਣ ਜੂਗਾ ਸਾਡੇ ਲਈ ਐਮਐਸਪੀ ਤੋਂ ਉੱਪਰ ਪ੍ਰਾਈਵੇਟ ਪਰਚੇਜ਼ਰ ਖਰੀਦ ਲਿਆ ਪਰਕਿਊਰਮੈਂਟ ਤਾਂ ਸਰਕਾਰ ਹੀ ਕਰਦੀ ਹੈ ਨਾ ਕੋਲ ਕੋਲ ਬਲਾ ਕੇ ਜੇ ਲੀਗਲ ਗਰੰਟੀ ਕਾਨੂੰਨ ਬਣ ਜਾਵੇ ਬੇਸ਼ੱਕ ਸਾਡੀ ਐਮਐਸਪੀ ਤੋਂ ਉੱਪਰ ਰੁਪਈਆ ਵੱਧ ਦੇ ਕੇ ਪ੍ਰਾਈਵੇਟ ਪਰਚੇਜ਼ਰ ਖਰੀਦ ਲੋਲੇ ਉੱਤੇ ਤਾਂ ਇਹ ਵੀ ਸ਼ਰਤ ਨਹੀਂ ਹੈਗੀ ਪਰ ਮੈਨੂੰ ਲੱਗਦਾ ਦੇਣਾ ਨਹੀਂ ਚਾਹੁੰਦੇ ਕਿਉਂਕਿ ਐਮਐਸਪੀ ਲੀਗਲ ਗਰੰਟੀ ਕਾਨੂੰਨ ਜੇ ਬਣ ਜਾਵੇ ਤਾਂ ਇਹ ਡਬਲਯੂਟੀਓ ਦੀ ਨੀਤੀ ਨਾਲ ਟਕਰਾਉਂਦਾ ਹੈ ਅਸਲ ਆ ਰੋੜ ਠੀਕ ਹੈ ਜੀ ਲੋ ਅਸੀਂ ਆਪਣੇ ਜਿਹੜੇ ਸਾਡੇ ਨਿਊਜ਼ ਰੂਮ ਚ ਸਾਡੇ ਸਹੀ ਹੋ ਗਏ ਹੈਗੇ ਉਹ ਵੀ ਤੁਹਾਨੂੰ ਸਵਾਲ ਪੁੱਛਣਗੇ ਪਰ ਮੈਂ ਉਸ ਤੋਂ ਪਹਿਲਾਂ ਲੋਕਾਂ ਵਾਲੇ ਪਾਸੇ ਵੀ ਚਲੇ ਜਾਵਾਂ। ਅੰਦੇਸ਼ਰ ਸਾਹਿਬ ਬਹੁਤ ਵਾਰੀ ਤੁਹਾਨੂੰ ਸਵਾਲ ਹੋਇਆ ਪਰ ਗੱਲ ਇਹ ਹੈ ਕਿ ਲੋਕਾਂ ਨੂੰ ਦਿੱਕਤ ਹੁੰਦੀ ਹੈ ਜਦੋਂ ਤੁਸੀਂ ਸੜਕਾਂ ਦੇ ਉੱਤੇ ਬੈਠਦੇ ਹੋ ਜਦੋਂ ਤੁਸੀਂ ਰੇਲਵੇ ਦੇ ਟਰੈਕ ਦੇ ਉੱਤੇ ਬੈਠਦੇ ਹੋ। ਦੂਜਾ ਪੁਆਇੰਟ ਇਹ ਹੈ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦਾ ਨੁਕਸਾਨ ਹੁੰਦਾ ਹੈ। ਤੁਸੀਂ ਦੇਖੋਗੇ ਪੰਜਾਬ ਦੇ ਅਰਥਚਾਰੀ ਨੂੰ ਨੁਕਸਾਨ ਨਹੀਂ ਹੋ ਰਿਹਾ ਕਿ ਤੁਸੀਂ ਟ੍ਰੇਨਾਂ ਰੋਕ ਦਿੱਤੀਆਂ ਤੁਸੀਂ ਜਿਹੜੀ ਮੇਨ ਸੜਕ ਹੈ ਪੰਜਾਬ ਨੂੰ ਬਾਕੀ ਦੇਸ਼ ਦੇ ਨਾਲ ਲਿੰਕ ਕਰਦੀ ਹੈ ਉਸ ਦੇ ਉੱਪਰ ਤੁਸੀਂ ਪੂਰਾ ਧਰਨਾ ਪ੍ਰਦਰਸ਼ਨ ਜਾਰੀ ਕਰ ਦਿੱਤਾ ਇਹ ਤੁਹਾਡੇ ਮਨ 'ਚ ਨਹੀਂ ਆਉਂਦਾ ਕਿ ਬੇਸ਼ੱਕ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਪਰ ਇੱਥੇ ਬਾਕੀ ਵਰਗ ਵੀ ਰਹਿੰਦੇ ਨੇ ਬਹੁਤ ਔਖੇ ਨੇ ਜਿਹੜੇ ਲੁਧਿਆਣੇ ਵਾਲੇ ਕੋਈ ਵਪਾਰੀ ਹੈ ਕੋਈ ਮੰਡੀ ਗੁਬਿੰਦਗੜ ਮੈਂ اسی ਰੂਟ ਦੀ ਗੱਲ ਕਰ ਰਹੇ ਹਾਂ ਜਲੰਧਰ ਵਾਲੇ ਅੰਮ੍ਰਿਤਸਰ ਵਾਲੇ ਠੀਕ ਹੈ ਤੁਹਾਡਾ ਗੱਲ ਕੋਈ ਵੀ ਅਸੀਂ ਕਰੀਏ ਚਾਹੇ ਡੀਸੀ ਦਫਤਰ ਤੋਂ ਨਾ ਲੱਗੇ ਜਿੰਨੂੰ ਸਰਕਾਰ ਕਈ ਵਾਰ ਕਹਿੰਦੀ ਹੈ ਪੀਸਫੁੱਲੀ ਆ ਉੱਥੇ ਵੀ ਜੇ ਕੋਈ ਜਗ੍ਹਾ ਘੱਟ ਹੋਵੇ ਜਿਹੜਾ ਕਰਮਚਾਰੀ ਨੰਗ ਕੇ ਜਾਂਦਾ ਜਿਹੜਾ ਰੋਜ਼ ਮਰੜਾ ਚ ਕੰਮ ਆਚਾਰਿਆ ਉਹਨੂੰ ਸਮੱਸਿਆ ਹੁੰਦੀ ਚਾਹੇ ਅਸੀਂ ਬਿਜਲੀ ਬੋਰਡ ਦੇ ਦਫਤਰ ਚੱਲ ਜਾਈਏ ਜਾਂ ਕਿਤੇ ਵੀ ਕੁਛ ਕਰੀਏ ਉਹ ਰੋਡ ਜਾਂ ਟ੍ਰੇਨ ਬਲਾਕ ਦੇ ਵਿੱਚ ਤਾਂ ਪੱਕੀ ਗੱਲ ਹੈ ਜਿਵੇਂ ਹੁਣ ਆਵਾਜ਼ ਆਈ ਦੇ ਸਰਸਾਧਨ ਤੇਜ਼ ਹੋਏ ਨੇ ਜਿਵੇਂ ਹਰੇਕ ਬੰਦੇ ਕੋਲੇ ਗੱਡੀ ਆ ਹਰੇਕ ਬੰਦਾ ਸਫਰ ਕਰਦਾ ਆਵਾਜਾਈ ਜ਼ਿਆਦਾ ਵਧੀ ਹੋਈ ਪਿਛਲੇ ਸਮੇਂ ਨੂੰ ਤਾਂ ਸੱਚੀ ਗੱਲ ਆ ਤਕਲੀਫ ਹੁੰਦੀ ਆ ਇੱਥੇ ਕੋਈ ਰੌਲਾ ਨਹੀਂ ਹੈਗਾ ਔਰ ਬਹੁਤਿਆਂ ਨੂੰ ਨੁਕਸਾਨ ਵੀ ਹੁੰਦੇ ਹੋਣਗੇ ਇੱਥੇ ਕੋਈ ਰੌਲਾ ਨਹੀਂ ਹੈਗਾ ਪਰ ਵਪਾਰਤੀ ਵੀ ਸਰਪੈਂਦਾ ਪਰ ਅਸੀਂ ਕਿੰਨੇ ਵੀ ਸਾਡੇ ਹਾਕਮ ਸਾਨੂੰ ਇਹ ਕਰਨੀ ਕਿਉਂ ਦਿੰਦੇ ਆ ਜੇ ਅਸੀਂ ਤਾਂ ਪਹਿਲਾਂ ਐਲਾਨ ਕਰਦੇ ਆ ਮੰਗ ਪੱਤਰ ਦੇਖ ਜਾਂਦੇ ਆ ਮਹੀਨਾ-ਮਹੀਨਾ ਦੋ-ਦੋ ਮਹੀਨੇ ਟਾਈਮ ਦਿੰਨੇ ਆ ਸਰਕਾਰ ਨੂੰ ਚਾਹੀਦਾ ਜਿੱਥੇ ਸਮੱਸਿਆ ਆ ਰਹੀ ਉੱਥੇ ਬਹਿ ਕੇ ਉਹਨੂੰ ਨਿਬੜ ਲਿਆ ਕਰ ਤੁਹਾਨੂੰ ਪੰਜਾਬ ਦੇ ਲੋਕਾਂ ਦਾ ਸਾਥ ਮਿਲਦਾ ਬਿਲਕੁਲ ਮੈਨੂੰ ਤਾਂ ਨਹੀਂ ਲੱਗ ਤੁਸੀਂ ਹੁਣ ਆਵਸਤੀ ਰੋਡ ਬਲੌਕ ਕਰ ਦਿੰਨੇ ਨਾ ਇਹ ਨਹੀਂ ਹੈਗਾ ਦੇਖੋ ਜਿੱਥੋਂ ਤੱਕ ਹੁਣ ਰੋਡ ਬਲੌਕ ਦਾ ਸਵਾਲ ਹੈ ਇਹ ਰੋਡ ਬਲੌਕ ਅਸੀਂ ਕੀਤੀ ਨਹੀਂ ਹੈਗਾ ਦੇਖੋ ਅੱਜ ਤੱਕ ਤਾਂ ਸਾਨੂੰ ਮੈਨੂੰ ਕਹੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਇੰਟਰਵਿਊਆਂ ਚ ਬੋਲ ਰਹੇ ਨੇ ਪਈ ਅਸੀਂ ਬਾਬਾ ਭੀਮਰਾਓ ਅੰਬੇਦਕਰ ਜੀ ਦਾ ਸਭਧਾਨ ਵਿਚਾਰ ਰਹੇ ਆ ਤਾਂ ਮੈਨੂੰ ਤਾਂ ਅੱਜ ਤੱਕ ਸਮਝ ਨਹੀਂ ਆਈ ਵੀ ਕਿਹੜੇ ਕਾਨੂੰਨ ਨਾਲ ਹਾਈਵੇ ਦੇ ਉੱਤੇ ਕੰਧ ਬਣਾਏਗੇ ਜਾਂ ਸਾਨੂੰ ਰੋਕਿਆ ਗਿਆ ਨਹੀਂ ਚਲੋ ਮੈਂ ਤੁਹਾਨੂੰ ਇਹਦੇ ਨਾਲ ਜਿਹੜਾ ਸਵਾਲ ਮੈਂ ਇਹ ਪੁੱਛ ਰਿਹਾ ਤੁਸੀਂ ਕਹਿੰਦੇ ਹੋ ਕਿ ਸਰਕਾਰ ਨੇ ਰੋਕਿਆ ਹੋਇਆ ਅਸੀਂ ਨਹੀਂ ਰੋਕਿਆ ਹੋਇਆ ਜੇ ਹੁ ਖੋਲ ਦਿੰਦੇ ਨੇ ਰਾਹ ਤਾਂ ਤੁਸੀਂ ਦਿੱਲੀ ਜਾਓਗੇ ਕਿ ਇੱਥੇ ਬੈਠੇ ਰਹੋ ਬਿਲਕੁਲ ਜੀ ਅਸੀਂ ਦਿੱਲੀ ਜਾ ਲੱਗ ਗੱਲ ਤਾਂ ਉੱਥੇ ਆ ਗਈ ਕਿ ਤੁਸੀਂ ਦਿੱਲੀ ਜਾਓਗੇ ਨਹੀਂ ਤਾਂ ਰੋਕਿਆ ਹੋਇਆ ਆਹ ਦੇਖੋ ਦਿੱਲੀ ਸਾਡੇ ਦੇਸ਼ ਦੀ ਰਾਸ਼ਟਾ ਨਹੀਂ ਆ ਅਸੀਂ ਇਸ ਮੁਲਕ ਦੇ ਪਛਿੰਦੇ ਆ ਫਿਰ ਉਹਦਾ ਆਸਾਨ ਮਜ਼ਦੂਰ ਆ ਸਾਡੇ ਨਾਲ ਗੱਲ ਕਰਨ ਦੇ ਤੇ ਬਲ ਰਾਸਟਾ ਨਹੀਂ ਬਲੌਕ ਕਰ ਦਿਓ ਨਾ ਜੀ ਕੌਣ ਕਹਿੰਦਾ ਦੇਸ਼ ਬਲੌਕ ਕਰ ਦਿਓ ਉਹ ਪ੍ਰਬੰਧ ਕਰਨ ਕੋਈ ਸ਼ਾਇਦ ਬਲ ਕੌਣ ਕਹਿੰਦਾ ਦੇਸ਼ ਬਲੌਕ ਕਰਨਾ ਸਿੱਧਾ ਅਸੀਂ ਦੇਸ਼ ਵਾਸ਼ ਤੇ ਲੜ ਰਹੇ ਹਾਂ ਮਤਲਬ ਦੇਖੋ ਨਾ ਜੇ ਪੈਰਿਸ ਦੇ ਵਿੱਚ ਯੂਰਪ ਦੇ ਲਗਭਗਲ ਯੂਰਪ ਦੀਆਂ ਜ਼ਿਆਦਾਤਰ ਯੂਰਪ ਦੇ ਵਿੱਚ ਵਿਰੋਧ ਹੋਏ ਐ ਤਾਂ ਨਹੀਂ ਹੋਇਆ ਜੋ ਜੋ ਸਾਡੀ ਡੈਮੋਕ੍ਰੇਸੀ ਨੇ ਕੀਤਾ ਠੀਕ ਹੈ ਉਹਨਾਂ ਨੇ ਮੌਕਾ ਵੀ ਦਿੱਤਾ ਉਹਨਾਂ ਨੇ ਗੱਲ ਵੀ ਕੀਤੀ ਗੱਲ ਵੀ ਬਹਿ ਕੇ ਕੀਤੀ ਉਹਨਾਂ ਨੇ ਸਾਡੀ ਦੇਸ਼ ਦੀ ਰਾਜਨੀਤੀ ਇਹੋ ਜੀ ਹੈ ਵੀ ਤੁਸੀਂ ਤੁਹਾਨੂੰ ਜੀ ਅੱਗੇ ਵਧਣ ਨਹੀਂ ਦੇਣਾ ਔਰ ਫਿਰ ਜ਼ੁਲਮ ਵੀ ਸਰੇਰਾ ਕੱਲਾ ਹੈ ਨਹੀਂ ਸਿੱਧੀਆਂ ਬੋਲਟ ਚਲਾਉਣੀਆਂ ਸਿੱਧੇ ਹੰਝੂ ਗੈਂਸ ਉਹ ਵੀ ਇਸਰਾਈਲ ਦੇ ਜਿਹੜੇ ਡਰੋਨ ਹੈ ਉਹ ਸਾਡੇ ਸਿਰ ਤੇ ਮਾਰਨੇ ਲਿਆ ਕੇ ਔਰ ਜਿੰਨਾ ਮਿਸ਼ਨ ਆ ਉਹ ਟੋਟਲ ਪਹਿਲਾਂ ਜਿਹੜਾ ਚੱਲ ਚੁੱਕਾ ਉਹ ਸਾਡੇ ਤੇ ਚਲਾਉਣਾ ਕੋਈ ਮੇਰੇ ਖਲ ਦੇਸ਼ ਦੇ ਲੋਕਾਂ ਤੇ ਐ ਨਹੀਂ ਕਰਦਾ ਹੁੰਦਾ ਅਸੀਂ ਆਪਣੇ ਸਹਿਯੋਗੀਆਂ ਦਾ ਰੁਕ ਕਰਨਾ ਇੱਕ ਵਾਰੀ ਕੁਝ ਹੋਰ ਸਵਾਲ ਵੀ ਮੇਰੇ ਕੋਲ ਹੈਗੇ ਪਰ ਮੈਂ ਰੁਕ ਕਰ ਦਾਂ ਕੁਝ ਸਹਿਯੋਗੀਆਂ ਦਾ ਕਿ ਉਹਨਾਂ ਦੇ ਕੋਲ ਸਵਾਲ ਹੈਗੇ ਵਿਨੇਸ਼ ਆ ਸਾਡੇ ਸਹਿਯੋਗੀ ਤੁਹਾਡੇ ਨਾਲ ਆਮ ਤੌਰ ਤੇ ਮਿਲਦਾ ਫੋਨ ਤੇ ਗੱਲਬਾਤ ਹੁੰਦੀ ਹੋਣੀ ਹੈ ਸਵਾਲ ਲੈ ਕੇ ਤਿਆਰ ਨੇ ਪੰਦੇਰ ਸਾਹਿਬ ਇਸ ਕਨਵਰਸੇਸ਼ਨ ਚ ਜਦੋਂ ਗੌਰਵ ਤੇ ਵਿਜੇ ਜੀ ਤੁਹਾਡੇ ਨਾਲ ਕਰ ਰਹੇ ਸੀਗੇ ਇੱਕ ਕੁਐਸਚਨ ਮੇਰੇ ਮਾਈਂਡ ਚ ਰੇਜ਼ ਹੋਇਆ ਕਿ ਪ੍ਰਧਾਨ ਪੰਦੇਰ ਸਾਹਿਬ ਨੂੰ ਹਰ ਇੱਕ ਚੀਜ਼ ਤੋਂ ਆਬਜੈਕਸ਼ਨ ਹੈ ਹਰ ਇੱਕ ਪਾਰਟੀ ਤੋਂ ਆਬਜੈਕਸ਼ਨ ਹੈ ਤੁਹਾਨੂੰ ਅਕਾਲੀ ਵੀ ਨਹੀਂ ਪਸੰਦ ਤੁਹਾਨੂੰ ਕਾਂਗਰਸ ਵੀ ਨਹੀਂ ਪਸੰਦ ਤੁਹਾਨੂੰ ਭਾਜਪਾ ਵੀ ਨਹੀਂ ਪਸੰਦ ਤੁਹਾਨੂੰ ਆਮ ਆਦਮੀ ਪਾਰਟੀ ਵੀ ਨਹੀਂ ਪਸੰਦ ਤੁਹਾਨੂੰ ਕਾਮਰੇਡ ਵੀ ਨਹੀਂ ਪਸੰਦ ਫਿਰ ਪਸੰਦ ਕੀ ਹੈ ਪੰਦੇਰ ਸਾਹਿਬ ਮਤਲਬ ਆਪ ਦਾ ਆਪ ਤੁਸੀਂ ਸਿਆਸਤ ਚ ਜਾਣਾ ਨਹੀਂ ਆਪ ਤੁਸੀਂ ਅੰਦੋਲਨ ਕਰਨੇ ਆ ਸਿਆਸੀ ਜਿਹੜੀ ਸੱਤਾ ਤੇ ਰਹਿ ਗਈ ਹੈ ਉਹ ਤੁਹਾਨੂੰ ਹਰ ਪਾਰਟੀ ਓਬਜੈਕਸ਼ਨੇਬਲ ਲੱਗ ਰਹੀ ਹੈ ਤੇ ਫਿਰ ਇਸ ਦਾ ਬਦਲ ਕੀ ਹੈ ਤੇ ਪੰਦੇਰ ਸਾਹਿਬ ਕੀ ਚਾਹੁੰਦੇ ਆ ਵੀ ਜਿਹੜਾ ਉਹਨਾਂ ਦਾ ਸੋਲੂਸ਼ਨ ਕਰ ਦੂਗਾ ਸਵਾਲ ਪਸੰਦ ਹੈ ਕਿ ਨਹੀਂ ਸਵਾਲ ਪਸੰਦ ਹੈ ਬਸ ਸਵਾਲ ਹੈ ਦੇਖੋ ਅਸੀਂ ਸਾਡੇ ਲਈ ਕੁਝ ਪਸੰਦ ਨਾ ਪਸੰਦ ਨਹੀਂ ਹੈਗਾ ਜਿਹੜਾ ਅਸੀਂ ਕੁਝ ਵੀ ਮੰਗਾਂ ਲੈ ਕੇ ਚੱਲਦੇ ਆ ਸਾਡੀ ਨਿੱਜੀ ਕੋਈ ਨਹੀਂ ਹੈ ਨਾ ਮੇਰੀ ਨਿੱਜੀ ਹੈਗੀ ਨਾ ਮੇਰੇ ਘਰ ਨੂੰ ਕੰਮ ਆਉਣੀਆਂ ਟੋਟਲ ਉਹ ਕਿਸਾਨਾਂ ਮਜ਼ਦੂਰਾਂ ਦੀ ਆ ਤੋ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਤੇ ਦੇਸ਼ ਦੇ ਹਾਕਮਾਂ ਦੀ ਅੱਜ ਤੱਕ ਜਿੰਨੀਆਂ ਵੀ ਪਾਰਟੀਆਂ ਸੱਤਾ ਚਾਈਆਂ ਉਹ ਪੂਰੀਆਂ ਨਹੀਂ ਉਤਰ ਰਹੀਆਂ ਹੈਗੀਆਂ ਅਸੀਂ ਉਸ ਕਰਕੇ ਕਹਿੰਨੇ ਵੀ ਤੁਸੀਂ ਠੀਕ ਨਹੀਂ ਹੈਗੇ। ਬਾਕੀ ਅਸੀਂ ਤਾਂ ਚਾਹੁੰਨੇ ਵੀ ਜੋ ਤੁਸੀਂ ਮੰਨ ਲਓ ਆਮ ਆਦਮੀ ਪਾਰਟੀ ਆ ਸਭ ਤੋਂ ਵੱਧ ਮਰਾ ਲ ਇਹਨਾਂ ਨੇ ਬਣਾਇਆ ਵੀ ਵੀਆਈਪੀ ਕਲਚਰ ਖਤਮ ਕਰ ਦਾਂਗੇ। ਹੁਣ ਉਹੀ 70 80 ਗੱਡੀਆਂ ਲਈ ਫਿਰਦੇ ਅੱਗੇ ਪਿੱਛੇ। ਉਹਨਾਂ ਦੇ ਨੇੜੇ ਕੋਈ ਗਰੀਬ ਬੰਦਾ ਵੀ ਨਹੀਂ ਜਾ ਸਕਦਾ। ਤਾਂ ਇਸ ਕਰਕੇ ਅਸੀਂ ਵਿਰੋਧ ਕਰਦੇ ਵੀ ਜੋ ਤੁਸੀਂ ਕਹਿ ਕੇ ਆਏ ਸੀ ਉਹ ਤਾਂ ਕਰਦੇ ਨਹੀਂ ਹੈਗੇ। ਤੇ ਪਬਲਿਕ ਇੰਟਰਸਟ ਲਈ ਕਰਦੇ ਹੈਗੇ ਸਾਡਾ ਕੋਈ ਨਿੱਜੀ ਇੰਟਰਸਟ ਨਹੀਂ ਹੈਗਾ। ਤੇ ਕੁਝ ਹੋਰ ਸਵਾਲ ਕਿਸੇ ਦਾ ਹੋਵੇ। ਸਾਡੇ ਨਾਲ ਸਾਡੇ ਸਹੀ ਹੋਗੀ ਰਮਨ ਜੁੜੇ ਹੋਏ ਨੇ। ਰਮਨ ਕੋਈ ਸਵਾਲ ਪੁੱਛਣਾ ਜਾ ਰਹੇ ਹਨ ਰਮਨ ਪੰਦੇਰ ਸਾਹਿਬ ਮੇਰਾ ਸਵਾਲ ਇਹ ਆ ਕਿ ਜਿੰਨਾ ਕੁ ਮੈਂ ਤੁਹਾਨੂੰ ਸੁਣਿਆ ਮੈਨੂੰ ਲੱਗਦਾ ਹੈ ਕਿ ਤੁਸੀਂ ਕਿਸੇ ਵੀ ਗੱਲ ਤੇ ਬਹੁਤ ਵਿਚਾਰ ਕਰਦੇ ਹੋ ਕਦੇ ਵਿਚਾਰ ਕੀਤਾ ਕਿ ਤੁਹਾਨੂੰ ਅੰਦੋਲਨ ਦਾ ਟੰਗ ਤਰੀਕਾ ਬਦਲਣਾ ਚਾਹੀਦਾ ਹੈ ਜੇ ਜ਼ਿਆਦਾ ਇਫੈਕਟਿਵ ਹੋਵੇ ਔਰ ਲੋਕਾਂ ਨੂੰ ਪਰੇਸ਼ਾਨੀ ਘੱਟ ਹੋਵੇ ਹਾਂ ਬਹੁਤ ਵਧੀਆ ਸਵਾਲ ਸੀ ਤੇ ਕੰਨੇ ਵੀ ਸਾਡੀ ਦੇਸ਼ ਦੀ ਸੱਤਾ ਇਸ ਤੇ ਆ ਜਾਵੇ ਕਿਤੇ ਵੀ ਅਸੀਂ ਕਾਲੀ ਪੱਟੀ ਵੀ ਬੰਨਣੀ ਹੋਵੇ ਤੋਂ ਸਾਨੂੰ ਗੌਲ ਲਵੇ ਦੇਸ਼ ਦਾ মিডিਆ ਵੀ ਇਸ ਚੱਕਰ ਤੇ ਆ ਜਾਵੇ ਕਿਤੇ ਅਸੀਂ ਕਾਲੀਆਂ ਪੱਟੀਆਂ ਬੰਨੀਆਂ ਹੁੰਦੇ ਸਾਨੂੰ ਗੌਲੇ ਇਹ ਹੁੰਦਾ ਹੀ ਨਹੀਂ ਹੈਗਾ ਜਾਨੀ ਜੋ ਸਪੇਸ ਇਹ ਕਿਤੇ ਰੇਲ ਰੋਕੋ ਨੂੰ ਮਿਲਦੀ ਆ ਜਾਂ ਜੋ ਸੱਤਾ ਨੂੰ ਭੱਜ ਦੌੜ ਰੇਲ ਰੋਕੋ ਤੇ ਜਾ ਕੇ ਹੁੰਦੀ ਸੜਕ ਰੋਕੋ ਤੇ ਹੁੰਦੀ ਨਹੀਂ ਅਸੀਂ ਤਾਂ ਕਹਿੰਦੇ ਦੇਸ਼ ਦੀ ਰਾਜਨੀਤੀ ਇੱਥੇ ਆਵੇ ਵੀ ਅਸੀਂ ਕਾਲੀਆਂ ਪੱਟੀਆਂ ਵੀ ਬਨ ਲੀਏ ਸਾਨੂੰ ਪੁੱਛਣ ਆ ਜੇ ਉੱਥੇ ਬਹਿ ਕੇ ਗੱਲ ਨਿਬੜੇ ਅਸੀਂ ਬਦਲ ਲਾ ਗਿਆ ਆਪਣਾ ਤਰੀਕਾ ਅਸੀਂ ਅਸੀਂ ਖਾਹਿਸ਼ ਆ ਸਾਡੀ ਕਿ ਐਵੇਂ ਹੀ ਸਾਨੂੰ ਸੁਣਿਆ ਜਾਵੇ ਮਤਲਬ ਮਤਲਬ ਜੇ ਤੁਹਾਨੂੰ ਨਹੀਂ ਸੁਣਿਆ ਜਾਂਦਾ ਉਸ ਤਰੀਕੇ ਨਾਲ ਤਾਂ ਫਿਰ ਤੁਹਾਨੂੰ ਲੱਗਦਾ ਕਿ ਇੱਕੋ ਇੱਕ ਰਸਤਾ ਸੜਕਾ ਰੁਕਣਾ ਹੀ ਬਚਿਆ ਐ ਐ ਨਹੀਂ ਕਹਿੰਦੇ ਦੇਖੋ ਫਿਰ ਦੇਖੋ ਮਰਦਾ ਕੀ ਨਹੀਂ ਕਰਦਾ ਉਹਦੇ ਪਹਿਲੋਂ ਢੰਗ ਤਰੀਕੇ ਆਪਾਂ ਸ਼ੁਰੂਆਤ ਛੋਟੇ ਕੰਮਾਂ ਤੋਂ ਕਰਦੇ ਆਂ ਵੀ ਮੰਗ ਪੱਤਰ ਦੇਈਏ ਆਪਣੀ ਵੱਡੀ ਰੈਲੀ ਕਰ ਲਈਏ ਪੰਜਾਬ ਚ ਵੱਡੇ ਲੋਕ ਇਕੱਠੇ ਕੀਤੇ ਇੱਕ ਦਿਨ ਵੱਡੀ ਰੈਲੀ ਕਰ ਲਈ ਡੀਸੀ ਦਫਤਰਾਂ ਦੇ ਤਰ੍ਹਾਂ ਨੇ ਉਹ ਜਦੋਂ ਕੋਈ ਸੁਣਦਾ ਨਹੀਂ ਫਿਰ ਰਾਹ ਹੀ ਇਹ ਹੀ ਬਚਦਾ ਬਾਈ ਵੀ ਠੀਕ ਆ ਵੀ ਆ ਆ ਪ੍ਰੋਗਰਾਮ ਕਰੋ ਉਹ ਉਹਦੇ ਲਈ ਵੱਡੇ ਨੁਕਸਾਨ ਵੀ ਹੁੰਦੇ ਆ ਭਾਵੇਂ ਜਿੰਨਾ ਕੁਝ ਹੋ ਰਿਹਾ ਪੰਜਾਬ ਦੇ ਅਰਥਚਾਰੇ ਤੇ ਅਸਰ ਪੈ ਰਿਹਾ ਜਾਣ ਬੁੱਝ ਕੇ ਪਾ ਰਿਹਾ ਹੈ ਉਦੇ ਚੋ ਵੀ ਉਹਨਾਂ ਦਾ ਤੱਤ ਸੀ ਵੀ ਇਹਨਾਂ ਦੇ ਲੋਕ ਵਿਰੋਧ ਹੋ ਜਾਣ ਅਗਲੇ ਗਿੰਮਿਥ ਕੇ ਕਰ ਰਹੇ ਅਗਲੇ ਸਿਆਣੇ ਆ ਅਗਲੇ ਕੱਕੇ ਤਾਂ ਨਹੀਂ ਸਾਡਾ ਮਕਸਦ ਸੀ ਵੀ ਦੇਸ਼ ਦੀ ਰਾਜਤਾ ਨਹੀਂ ਆ ਸਾਡੀ ਸਾਨੂੰ ਜਗਾ ਪ੍ਰਾਈਵਟ ਕਰੋ ਸਾਡੇ ਨਾਲ ਟਾਕ ਕਰ ਲਓ ਵੀ ਕਾ ਠੀਕ ਆ ਵੀ ਤੁਹਾਡੀ ਗੱਲ ਸੁਣਦੇ ਹਾਂਗੇ ਵੀ ਐ ਤਾਂ ਕੋਈ ਨਹੀਂ ਸਾਡਾ ਦੇਸ਼ ਦੀ ਰਾਜਤਾ ਨਹੀਂ ਚਨਨ ਜਾਨ ਦਿੰਦਾ ਜੀ ਲਾਸਟ ਸਵਾਲ ਹੈ ਮੇਰਾ ਔਰ ਤੁਹਾਨੂੰ ਇਹ ਨਹੀਂ ਲੱਗਦਾ ਕਿ ਜੋ ਤੁਸੀਂ ਇਸ ਟਾਈਮ ਕਰ ਰਹੇ ਹੋ ਸੜਕਾਂ ਰੋਕੀਆਂ ਹੋਈਆਂ ਨੇ ਇਹਦੇ ਨਾਲ ਜਿਹੜੀ ਪਾਰਟੀ ਦੇ ਖਿਲਾਫ ਤੁਸੀਂ ਅੰਦੋਲਨ ਕਰ ਰਹੇ ਹੋ ਜਿਹੜੀ ਕਿਸਾਨੀ ਵੋਟ ਨਹੀਂ ਹੈ ਜੋ ਕਿਸਾਨੀ ਨਾਲ ਸਿੱਧੇ ਤੌਰ ਤੇ ਨਹੀਂ ਜੁੜਦੀ ਉਹ ਕਨਸੋਲੀਡੇਟ ਹੋ ਰਹੀ ਹੈ ਭਾਜੀ ਬੀਜੇਪੀ ਦੇ ਹੱਕ ਚ ਨਾ ਮੈਂ ਇਹ ਨਹੀਂ ਸਮਝਦਾ ਦੇਖੋ ਪਹਿਲੀ ਗੱਲ ਤਾਂ ਅਸੀਂ ਛੜਕਾ ਡੱਕੀਆਂ ਹੀ ਨਹੀਂ ਹੋਈਆਂ ਅਸੀਂ ਇਹ ਇਹਨੂੰ ਇਸ ਕਲੇਮ ਨੂੰ ਤਾਂ ਕਦੀ ਮੰਨਾਂਗੇ ਨਾ ਅਸੀਂ ਤਾਂ ਜਾ ਰਹੇ ਹਾਂ ਉਹ ਡੱਕੇ ਬਾਕੀ ਸਾਡਾ ਇਸ ਕਿਸਮ ਦਾ ਕੋਈ ਨਹੀਂ ਹੈਗਾ ਕਿ ਕਿਹੜੀ ਬੋਟ ਪਾਛਪਾ ਦੇ ਹੱਕ ਚ ਭੁਗਤੇ ਕਿਹੜੀ ਪਾਛਪਾ ਦੇ ਬਰੋਚ ਭੁਕੇ ਅਸੀਂ ਤਾਂ ਇੱਥੇ ਵੀ ਬੈਠੇ ਆ ਤੁਹਾਡੇ ਵਿੱਚ ਤਾਂ ਅੱਜ ਮੀਡੀਆ ਕਰਮ ਨਹੀਂ ਇਹੀ ਕਹਿ ਸਕਦੇ ਆ ਵੀ ਵੋਟਾਂ ਜਿੰਨੂੰ ਮਰਜ਼ੀ ਪਾਇਓ ਸੋਚ ਕੇ ਪਾਇਓ ਵੀ ਪੰਜਾਬ ਆਧਾਰ ਅਰਥਚਾਰਾ ਦੇਸ਼ ਦਾ ਅਰਥਚਾਰਾ ਖੇਤੀ ਦੇ ਆਧਾਰਤਾ ਖੇਤੀ ਵੱਡੀ ਚੀਜ਼ ਆ ਮਜ਼ਦੂਰ ਉਹਦੇ ਨਾਲ 80% ਲੋਕ ਨੇ ਭਾਈ ਜਿਹੜਾ ਉਹਨਾਂ ਦਾ ਨੁਕਸਾਨ ਕਰਦਾ ਘਟੂ ਘਟ ਉਹਨਾਂ ਬਾਰੇ ਸੋਚ ਲਓ ਇਹਨਾਂ ਨੇ ਬੋਰਡ ਆਪਦੀ ਮਰਜ਼ੀ ਨਾਲ ਬੁਣੀ ਜਿੱਥੇ ਮਰਜ਼ੀ ਪਾਉ ਚਲੋ ਇੱਕ ਹੋਰ ਸਵਾਲ ਮੇਰਾ ਇੱਕ ਸਵਾਲ ਹੈ ਉਸ ਤੋਂ ਬਾਅਦ ਆਪਾਂ ਸਵਾਲ ਲੈਣੇ ਆ ਇਹ ਜਿਵੇਂ ਰਮਨ ਨੇ ਗੱਲ ਕੀਤੀ ਸੜਕਾਂ ਰੋਕਣ ਦੀ ਇਹ 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 ਤੁਹਾਡਾ ਇੱਕ ਤਰੀਕਾ ਹੈ ਵਿਰੋਧ ਪ੍ਰਦਰਸ਼ਨ ਦਾ ਉਸ ਨੂੰ ਚੇਂਜ ਕੀਤਾ ਜਾ ਸਕਦਾ ਹੈ ਜਾਂ ਨਹੀਂ ਇਹ ਸਵਾਲ ਹੈ ਦੂਸਰਾ ਸਵਾਲ ਇਹ ਹੈ ਕਿ ਤੁਸੀਂ ਜਿੰਨੇ ਅੰਦੋਲਨ ਕਰਦੇ ਹੋ ਉਹਦੇ ਵਾਸਤੇ ਚਾਹੀਦਾ ਪੈਸਾ ਫੰਡ ਬੜੇ ਸਾਰੇ ਲੋਕਾਂ ਦੇ ਸਵਾਲ ਨੇ ਕਿ ਪਹਿਲੀ ਗੱਲ ਤੇ ਕਿਸਾਨ ਯੂਨੀਆਾਂ ਕੋਲੇ ਪੈਸਾ ਕਿੱਥੋਂ ਆਂਦਾ ਔਰ ਦੂਜੀ ਗੱਲ ਇਸ ਚੀਜ਼ ਦੀ ਚਰਚਾ ਹੈ ਜਦੋਂ ਅਸੀਂ ਇਸ ਨੂੰ ਖੋਖਣ ਦੀ ਕੋਸ਼ਿਸ਼ ਕੀਤੀ ਹੈ ਬਾਕੀ ਤੁਸੀਂ ਜ਼ਿਆਦਾ ਉਸ ਤੇ ਚਾਣਨਾ ਪਾ ਸਕਦੇ ਹੋ ਕਿ ਸਾਰੇ ਕਿਸਾਨਾਂ ਤੋਂ ਜਿਹੜੇ ਖੇਤੀ ਕਰਦੇ ਆ ਪਿੰਡਾਂ ਦੇ ਲੋਕ ਉਹਨਾਂ ਤੋਂ ਪੈਸੇ ਇਕੱਠੇ ਕੀਤੇ ਜਾਂਦੇ ਆ ਔਰ ਜੇ ਮੈਂ ਇੱਕ ਕਦਮ ਹੋਰ ਅੱਗੇ ਜਾ ਕੇ ਗੱਲ ਕਰਾਂ ਇਸ ਨੂੰ ਥੋੜਾ ਜਿਹਾ ਹੋਰ ਵੱਡੇ ਸੰਦਰਭ ਦੇ ਵਿੱਚ ਬੋਲਾਂ ਤਾਂ ਇੱਥੋਂ ਤੱਕ ਕਿਹਾ ਜਾਂਦਾ ਹੈ ਕਿ ਕਿਸਾਨ ਜਥੇਬੰਦੀਆਂ ਜਿਹੜਾ ਹੈ ਪ੍ਰੋਟੈਕਸ਼ਨ ਮਨੀ ਲੈਂਦੀਆਂ ਕਿਸਾਨਾਂ ਤੋਂ ਕਿ ਤੁਸੀਂ ਸਾਨੂੰ ਪੈਸੇ ਦਿਓ ਅਸੀਂ ਕੱਲ ਨੂੰ ਨਾ ਤੁਹਾਡੇ ਕੋਈ ਬਿਜਲੀ ਵਾਲਾ ਆਏਗਾ ਨਾ ਕੋਈ ਬੈਂਕ ਦੀ ਕੁਰਕੀ ਵਾਲਾ ਆਏਗਾ ਅਸੀਂ ਹਰ ਜਗ੍ਹਾ ਤੋਂ ਤੁਹਾਨੂੰ ਬਚਾ ਲਾਂਗੇ ਨਾ ਆੜਤੀਆ ਤੱਕਾ ਕਰ ਪਾਊਗਾ ਇਹ 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 ਜਿਹੜਾ ਇੱਕ ਇੱਕ ਕੀ ਕਹਿੰਦੇ ਆ ਕਿ ਸੰਦਰਭ ਬਣ ਗਿਆ ਚਰਚਾ ਦਾ ਗੱਲਬਾਤ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਇਹਨੂੰ ਤੁਸੀਂ ਕਿਵੇਂ ਐਡਰੈਸ ਕਰੋ ਦੇਖੋ ਇਹ ਇਹ ਡੈਸ ਦੇਖੋ ਇਹ ਸਵਾਲ ਤਿੱਖੇ ਹੋ ਰਹੇ ਨੇ ਜਦੋਂ ਜਿੰਨੀ ਜਿੰਨੀ ਅਸੀਂ ਲੋਕਾਂ ਦੀ ਲਹਿਰ ਸੱਤਾ ਨੂੰ ਚੈਲੰਜ ਕਰ ਰਹੀ ਆ ਤਾਂ ਦੂਜੀਆਂ ਚੀਜ਼ਾਂ ਵੀ ਅਗਲੇ ਫਲਾਉਂਦੇ ਹੀ ਆ ਅਸੀਂ ਅੱਜ ਤਾਂ ਤਕਰੀਬਨ ਪਿਛਲੇ ਦੇਲੀ ਅੰਦੋਲਨ ਚੋਂ ਜ਼ਿਆਦਾਤਰ ਉੱਭਰੇ ਹੋਣਗੇ ਲੀਡਰਸ਼ਿਪ ਜਾਂ 84 1980 ਤੋਂ ਬਾਅਦ ਵੱਡਾ ਮੋਰਚਾ ਚੰਡੀਗੜ੍ਹ ਲੱਗਾ ਸੀਗਾ ਉਦੋਂ ਕੁਝ ਬਾਹਰ ਆਇਆ ਕਿਸਾਨੀ ਲਹਿਰ ਦਾ ਅੱਡ ਅੱਡ ਜਾਂ ਜੁਪੀ ਵਾਲੇ ਕਿਸਾਨ ਲੀਡਰ ਉੱਭਰਦੇ ਰਹੇ ਦੇਖੋ ਸਵਾਲ ਤੇ ਹੈਗਾ ਸਾਡਾ ਪਹਿਲੇ ਦਿਨ ਤੋਂ ਜਦੋਂ ਨਹੀਂ ਸੁਭਰੇ ਸਾਡਾ ਇੱਕ ਸਿਸਟਮ ਆ ਪਿੰਡਾਂ ਵਿੱਚ ਵੀ ਹਾੜੀ ਸੋਣੀ ਪਿੰਡ ਵਿੱਚ ਫੰਡ ਇਕੱਠਾ ਕਰਨਾ ਕਰਦੇ ਹਾਂ ਤੁਸੀਂ ਪੈਸੇ ਬਿਲਕੁਲ ਪੈਸੇ ਛਪਣੀ ਫੰਡ ਇਕੱਠਾ ਤੋ ਪਿੰਡ ਵਾਲੇ ਖਜਾਨਚੇ ਕੋ ਰਹਿੰਦਾ ਉਹ ਕਿਤੇ ਨਹੀਂ ਜਾਂਦਾ ਜਿੰਨੇ ਵੀ ਐਕਸ਼ਨ ਹੋਣੇ ਆ ਪਿੰਡ ਚੋ ਹੀ ਹੋਣੇ ਆ ਉਹਦੇ ਲਈ ਪ੍ਰੋਡਕਸ਼ਨ ਕੋਈ ਨਹੀਂ ਮਸਲਨ ਜੇ ਕੋਈ ਮੁੱਦੇ ਨਾ ਹੋਣ ਮਸਲਾ ਤਾਂ ਕਿ ਮਸਲੇ ਆ ਮਜ਼ਦੂਰਾਂ ਕਿਸਾਨਾਂ ਦੇ ਚਾਹੇ ਉਹ ਬਿਜਲੀ ਨਾਲ ਸੰਬੰਧਤ ਆ ਚਾਹੇ ਉਹ ਮਾਲ ਮਹਿਕਮੇ ਨਾਲ ਸੰਬੰਧਤ ਆ ਚਾਹੇ ਉਹ ਬੈਂਕ ਸੈਕਟਰ ਸੈਕਟਰ ਨਾਲ ਸੰਬੰਧਤ ਆ ਉਹ ਤਾਂ ਲੈ ਕੇ ਆਉਣਗੇ ਕਿਸਾਨਾਂ ਲਈ ਕਿਸਾਨ ਜਥੇਬੰਦੀਆਂ ਤਾਂ ਹੀ ਨੇ ਪਿੰਡਾਂ ਚ ਜਾਂ ਪੰਜਾਬ ਚ ਜੇ ਕਿਸਾਨਾਂ ਮਜ਼ਦੂਰਾਂ ਦੇ ਮਸਲੇ ਆ ਜੇ ਮਸਲੇ ਨਾ ਹੋਣ ਤਾਂ ਕਿਸਾਨ ਜਥੇਬੰਦੀਆਂ ਨਾ ਹੋਣ ਔਰ ਸਭ ਤੋਂ ਵੱਧ ਪ੍ਰੋਸੈਜੋਗਤਾ ਅੱਜ ਕਿਸਾਨਾਂ ਮਜ਼ਦੂਰ ਜਥੇਬੰਦੀਆਂ ਦੀ ਹੈ ਵੀ ਸ਼ਾਇਦ ਲੀਡਰਾਂ ਕੋ ਘਟ ਜਾਂਦੇ ਹੋ ਇੱਧਰ ਜ਼ਿਆਦਾ ਹੁੰਦੇ ਆ ਹ ਤਾਂ ਅਸੀਂ ਜਿਹੜੇ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਚੱਕਣਾ ਸਾਡਾ ਅਧਿਕਾਰ ਖੇਤਰ ਕਿਸਾਨ ਦਾ ਮੁੱਦਾ ਕੋਈ ਵੀ ਹੋਵੇ ਹਾਂ ਉਹਨੂੰ ਪਹਿਲੋ ਵਿਚਾਰ ਕਰੀਦਾ ਵਾ ਨਹੀਂ ਇਹ ਧਾਰਨਾ ਪਿਛਲੇ ਅੰਦੋਲਨ ਵੇਲੇ ਵੀ ਬਣੀ ਵੀ ਸਾਰੀਆਂ ਜਥੇਬੰਦੀਆਂ ਨੂੰ ਲੱਖਾਂ ਕਰੋੜਾਂ ਦੇ ਫੰਡ ਆਏ ਔਰ ਉਸੇ ਫੰਡ ਕਰਕੇ ਜਥੇਬੰਦੀਆਂ ਆਪਣੀ ਐਗਜ਼ਿਸਟੈਂਸ ਦਿਖਾਉਣ ਦੇ ਲਈ ਜਗ੍ਹਾ-ਜਗ੍ਹਾ ਧਰਨੇ ਦੇ ਪ੍ਰੋਗਰਾਮ ਉਲੀਕਦੀਆਂ ਨੇ ਦੇਖੋ ਥੋੜੇ ਥੋੜੇ ਪਿਛਲੇ ਪ੍ਰੋਗਰਾਮ ਆਏ ਨਹੀਂ ਹੁੰਦਾ ਕਦੇ ਕੋਈ ਨਹੀਂ ਵਿਲਾ ਹੈਗਾ ਇੱਥੇ ਵੀ ਕੋਈ ਨਹੀਂ ਨਹਿਣਾ ਚਾਹੁੰਦਾ ਇਹ ਤਾਂ ਮਜਬੂਰੀ ਆ ਨਹੀਂ ਪਹਿਲਾਂ ਤਾਂ ਫੰਡ ਲੱਖਾਂ ਕਰੋੜਾ ਆਏ ਸੀ ਕਿ ਨਹੀਂ ਨਾ ਨਾ ਦੇਖੋ ਇਹ ਸਚਾਈ ਹੈ ਮੈਂ ਤਾਂ ਆਪਣੀ ਗੱਲ ਕਹਿ ਸਕਦਾ ਹੁਣ ਬਾਕੀ ਸਕੀਮ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰ ਸਕਦਾ ਅਗਰਾਂ ਸਾਹਿਬ ਅੱਧ ਬੈਠੇ ਹੋ ਤਾਂ ਉਹ ਦੱਸ ਸਕਦੇ ਐ ਅਸ ਤੁਸੀਂ ਦੱਸ ਸਕਦੇ ਹੋ ਕਿ ਤੁਹਾਨੂੰ ਕਿੰਨਾ ਫੰਡ ਆ ਹਾਂ ਸਾਨੂੰ ਤਾਂ ਬਈ 60 60 ਲੱਖ ਆਇਆ ਸਾਡੇ ਕੋਲ ਹਿਸਾਬ ਜਿਹੜਾ ਮਰਜ਼ੀ ਲੈ ਲੈ ਇਹ ਤਾਂ ਇੱਕ ਹੋ ਦੀ ਹੋਰ ਰਿਕਾਰਡ ਵਿੱਚ ਇਕੱਲਾ-ਕੱਲਾ ਦੇ ਦਾਂਗੇ ਸਾਡਾ ਖਰਚਾ ਵੀ ਬਹੁਤ ਆਇਆ ਕੋ ਰੌਲਾ ਨਹੀਂ ਅਬ ਬਥੇਰੇ ਸਾਡੇ ਕੋਲੋਂ ਵੀ ਲੱਗੇ ਜੱਥੇ ਬੰਦਿਆਂ ਨੇ ਗਾਹ ਵੀ ਹੁੰਦੇ ਤੋ ਕੋਈ ਸਾਨੂੰ ਜਿਹੜਾ ਫੰਡ ਹੈਗਾ ਨਿਊ ਜੇਟੀ ਜਿੱਦਨ ਮਰਜੀ ਆਵੇ ਖਾਤਾ ਖੋਲ ਕੇ ਦਿਖਾ ਦਾਂਗੇ ਕਿੰਨਾ ਲੱਗਾ ਕਿੱਥੇ ਗਿਆ ਤੁਸੀਂ ਸਾਰਾ ਹਿਸਾਬ ਰੱਖਿਆ ਹਾਂ ਅਤੇ ਤੁਹਾਡੀ ਜਿਹੜੀ ਗੱਡੀ ਪਿਛਲੇ 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 ਲਗਭਗ 2007 ਤੋਂ ਜਦੋਂ ਕੈਸ਼ੀਅਰ ਆ ਗਏ ਸਾਰਾ ਸਾਫ ਸਾਫ ਤੋਂ ਪਿਆ ਮੇਰੇ ਜਿੰਨੇ ਕੰਮ ਮੈਂ ਕਰਦਾ ਸਾਰਿਆਂ ਦੇ ਬਿੱਲ ਤੁਹਾਨੂੰ ਮਿਲ ਸਕਦੇ ਆ ਮੇਰੇ ਸਾਈਨ ਕੀਤੇ ਹੋਏ ਨਹੀਂ ਕੰਮ ਕੰਮ ਤੋਂ ਭਾਅ ਮਤਲਬ ਜਿਹੜੀ ਤੁਸੀਂ ਗੱਡੀ ਲੈ ਕੇ ਘੁੰਮ ਰਹੇ ਹੋ ਡੀਜ਼ਲ ਕਿੱਥੋਂ ਪੈ ਰਿਹਾ ਦੇ ਵਿੱਚ ਇਹ ਜੱਥੇਬੰਦੀ ਪਾ ਕੇ ਦਿੰਦੀ ਹੈ बिल मोबाइल ਦਾ ਬਿੱਲ ਵੀ ਜਥੇਬੰਦੀ ਦਿੰਦੀ ਆ ਉਹ ਬਕਾਇਰ ਲਿਖਤੀ ਬਿੱਲ ਅਸੀਂ ਦਿੰਦੇ ਆ ਜਿੰਨਾ ਮੈਂ ਕੰਮ ਕੀਤਾ ਵਾ ਮੇਰੇ ਕੱਲੇ-ਕੱਲੇ ਬਿੱਲ ਪਿਛਲੇ 10 ਸਾਲਾਂ ਦੇ ਮੇਰੀ ਜਥੇਬੰਦੀ ਕੋ ਮਿਲ ਸਕਦੇ ਆ ਕੈਸ਼ੀਅਰ ਕੋ ਜਾਂਦੇ ਆ ਫਿਰ ਉਹ ਪਾਸ ਹੁੰਦੇ ਫਿਰ ਸਾਥ ਹੁੰਦੇ ਆ ਸਾਥ ਉਹ ਹਰ ਇੱਕ ਚੀਜ਼ ਦਾ ਹਸਾਬ ਆਪਾਂ ਸਵਾਲ ਲਈਏ ਪ੍ਰਿੰਕਾ ਪੰθεਰ ਸਾਹਿਬ ਮੇਰਾ ਇੱਕ ਛੋਟਾ ਸਾ ਸਿੱਧਾ ਸਵਾਲ ਹੈ ਕਿਸਾਨ ਆंदोलन का ਭਵਿਸ਼ਾ ਕੀ ਹੈ ਆ ਦੇਖਿਏ ਇਹ ਤਾਂ ਇਹ ਤੇ ਬੜਾ ਸਵਾਲ ਹੈ ਇਹ ਇਹ ਤਾਂ ਦੇਖਿਏ ਜੀ ਇਹ ਲੰਮਾ ਚੱਲੂ ਆंदोलन ਮੈਨੂੰ ਤਾਂ ਬੋਲੋ ਮੈਂ ਮੈਂ ਸੁਣਿਆ ਤੁਸੀਂ ਹਿੰਦੀ ਵਧੀਆ ਬੋਲਦੇ ਚੱਲ ਕੋਈ ਇਹਦੇ ਪਿੱਛੇ ਵੀ ਰਾਜ਼ ਹੈ ਆਪਾਂ ਅੱਗੇ ਉਹਦਾ ਖੁਲਾਸਾ ਕਰਦਾਂਗੇ ਠੀਕ ਹੈ ਤੇ ਦੇਖੋ ਮੈਨੂੰ ਪੁਇਖ ਬਹੁਤ ਵਧੀਆ ਲੱਗਦਾ ਜੇ ਇਸ ਕਿਸਾਨਾਂ ਨੂੰ ਦਾ ਸਮਝੋ ਬਹੁਤ ਵਧੀਆ ਪੁਇਖ ਲੱਗਦਾ ਵਾ ਔਰ ਮੈਨੂੰ ਲੱਗਦਾ ਅਸੀਂ ਦੇਸ਼ ਇਤ ਵਿੱਚ ਇੱਚ ਪੰਦੇਰ ਦੀ ਕੋਈ ਮਤਲਬ ਨਹੀਂ ਹੈਗਾ ਜੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨੀਆਂ ਗਈਆਂ ਤਾਂ ਦੇਸ਼ ਦੀ ਜੀਡੀਪੀ ਔਰ ਦੇਸ਼ ਦਾ ਇੱਕ ਵੱਡਾ ਹਿੱਸਾ ਜਿਹੜਾ ਰਜਗਾਰ ਮਿਲੂਗਾ ਅਰ ਪੰਜਾਬ ਤੇ ਦੇਸ਼ ਦਾ ਦਿਹਾਤੀ ਖੇਤਰ ਇੰਨਾ ਪਰਫੁੱਲਤ ਹੋਊਗਾ ਇਹ ਸੋਚਿਆ ਵੀ ਨਹੀਂ ਜਾ ਸਕਦਾ ਜਿਹੜੀਆਂ ਮੰਗਾ ਤੇ ਅਸੀਂ ਅੱਜ ਅਰਚ ਕਰ ਰਹੇ ਹਾਂ ਸਾਨੂੰ ਬਹੁਤ ਉਜਵਨ ਲੱਗਦਾ ਇੱਕ ਹੋਰ ਆ ਮੁੰਡਾ ਖਨੌਰੀ ਦੇ ਨੇੜੇ ਰਹਿੰਦਾ ਇਹਦਾ ਸਵਾਲ ਅੱਜ ਜ਼ਰੂਰੀ ਹੈ ਪੁੱਛਣਾ ਕਿ ਇਹ ਹੁਣ ਤੰਗ ਹੈ ਕਿ ਇਹ ਕੀ ਪੁੱਛਣਾ ਚਾਹੁੰਦਾ ਸਰ ਮੇਰਾ ਸਵਾਲ ਇਹ ਹੈ ਕਿ ਜਦੋਂ ਕਿਸਾਨਾਂ ਨੂੰ ਮਜ਼ਦੂਰਾਂ ਦੀ ਲੋਡ ਪੈਂਦੀ ਹੈ ਜਾਂ ਕੋਈ ਮੁਸੀਬਤ ਪੈਂਦੀ ਹੈ ਤਾਂ ਉਸ ਟਾਈਮ ਮਜ਼ਦੂਰਾਂ ਨੂੰ ਯਾਦ ਕੀਤਾ ਜਾਂਦਾ ਪਰ ਸਹੀ ਕਿ ਤਰ੍ਹਾਂ ਕਿਤੇ ਇਹ ਹੈ ਕਿ ਜਦੋਂ ਮਜ਼ਦੂਰਾ ਤੇ ਕੋਈ ਮੁਸੀਬਤ ਪੈਂਦੀ ਆ ਤਾਂ ਉਹਨਾਂ ਨਾਲ ਕੋਈ ਨਹੀਂ ਖੜਦਾ ਨਾਰਾ ਲੱਗਦਾ ਕਿ ਕਿਸਾਨ ਮਜ਼ਦੂਰ ਏਕਤਾ ਪਰ ਜਿੱਥੇ ਤੱਕ ਮੈਂ ਰੱਖਿਆ ਕਿ ਮਜ਼ਦੂਰਾਂ ਦੀ ਗੱਲ ਕੋਈ ਨਹੀਂ ਸੁਣਦਾ ਉਸ ਟਾਈਮ ਠੀਕ ਹੈ ਦੇਖੋ ਤੁਹਾਡੇ ਜਿਹੜੇ ਮਨ 'ਚ ਰੜਕ ਹੈਗੀ ਆ ਉਹ ਆਪਣੀ ਜਗ੍ਹਾ ਹੈਗੀ ਆ ਦੇਖੋ ਸਾਂਝੇ ਅੰਦੋਲਨ ਦਾ ਇੱਕ ਤਜਰਬਾ ਸਾਡਾ ਤਜਰਬਾ ਬਹੁਤ ਹੈ ਮਜ਼ਦੂਰਾ ਪਤੀ ਦੇਖੋ ਮੈਂ ਤਾਂ ਆਪਣੀਆਂ ਗੱਲਾਂ ਦੱਸ ਸਕਦਾ ਵੀ ਜਦੋਂ ਬਾਦਲ ਸਰਕਾਰ ਵੇਲੇ 200 ਜੁਨਟ 'ਚੋਂ 100 ਜੁਨਟ ਕੱਟੀ ਸੀ ਸਾਂਝਾ ਅੰਦੋਲਨ ਸੀ 17 ਜਥੇਬੰਦ ਸੀ ਬਿਆਸ ਪੁਲ ਤੇ ਬੈਠੇ ਸੀਗੇ ਅਸੀਂ ਉਹ ਉਸੇ ਵੇਲੇ ਲੜਕੇ ਵਾਪਸ ਕਰਾਈ ਤਾਂ ਸਾਡੇ ਵਾਲੇ ਪਿੰਡਾਂ ਵਿੱਚ ਅਸੀਂ ਮਜ਼ਦੂਰ ਜੱਥੇਬੰਦੀਆਂ ਨਾਲ ਰਲ ਕੇ ਕਹਿ ਕੇ ਤਾਂ ਅਸੀਂ ਵੀ ਠੀਕਾ ਜੇ ਬਿੱਲ ਨਹੀਂ ਤਰਦਾ ਤੇ ਨਹੀਂ ਦੇ ਦਿਆਂਗੇ ਔਰ ਜਿੰਨਾ ਬਿੱਲ ਬਕਾਇਆ ਸੀ ਅਸੀਂ ਦਾਤਾ ਅਸੀਂ ਕਿਸਾਨਾਂ ਹੋਵਾਂਗੇ ਜੇ ਕਿਸਾਨ ਮਜ਼ਦੂਰ ਕਿਸੇ ਦੀ ਕੁੜਕੀ ਆ ਜਾਵੇ ਜੋ ਵੀ ਕੰਮ ਆ ਜਾਵੇ ਸਾਡੇ ਪਿੰਡਾਂ 'ਚ ਕਿਤੇ ਆਓ ਜ਼ਰੂਰ ਸਾਡੇ ਪਿੰਡ ਦੇ ਖੇਤ ਮਜ਼ਦੂਰਾਂ ਤੋਂ ਪੁੱਛਿਓ ਵੀ ਅਸੀਂ ਕੀ ਕਰ ਰਹੇ ਹਾਂ ਹਾਂ ਓਵਰ ਆਲ ਕਿਸਾਨੀ ਡੋਮੀਨੇਟ ਕਰਦੀਆਂ ਅੰਦੋਲਣਾਂ ਨੂੰ ਇੱਥੇ ਕੋਈ ਰੌਲਾ ਨਹੀਂ ਵੱਡਾ ਇਹਦਾ ਹਿੱਸਾ ਮਜ਼ਦੂਰਾਂ ਦੀ ਮੰਗ ਪਛੜ ਸਕਦੀ ਆ ਇਤਕੀ ਅਸੀਂ ਸਾਰਿਆਂ ਨੇ ਲੜ ਕੇ ਨਰੇਗਾ 200 ਦਿਨ ਇਹ ਚ ਤਿੰਨ ਮੰਗਾ ਮਜ਼ਦੂਰਾਂ ਦੀਆਂ ਨਰੇਗਾ 200 ਦਿਨ 700 ਰੁਪਿਆ ਦਿਹਾੜੀ ਬਿਜਲੀ ਬਿੱਲ ਤਾਂ ਸਾਰਿਆਂ ਵਾਸਤੇ ਆ ਆ ਮੀਡੀਆ ਕਰਮੀਆਂ ਵਾਸਤੇ ਵੀ ਹੈਗਾ ਇੱਕ ਹੋਰ ਮੰਗ ਸੀ ਮੇਰੇ ਦਿਮਾਗ 'ਚ ਕੋਈ ਸੀ ਤਿੰਨ ਮੰਗਾ ਸੀ ਟੋਟਲ ਮਜ਼ਦੂਰਾਂ ਆ ਕਿਸਾਨ ਮਜ਼ਦੂਰ ਦੀ ਕਰਜ਼ਾ ਮੁਕਤੀ ਠੀਕ ਆ ਭਾਵੇਂ ਮਜ਼ਦੂਰ ਦਾ ਕਰਜ਼ਾ ਜ਼ਿਆਦਾ ਪ੍ਰਾਈਵੇਟ ਖੇਤਰ ਤੋਂ ਆ ਸਰਕਾਰੀ ਖੇਤਰ ਤੋਂ ਹੈ ਨਹੀਂ ਕੋ ਉਹਦੇ ਅੱਡ ਡੱਡ ਵਜਾ ਆ ਚਲੋ ਧੰਨਵਾਦ ਤੁਸੀਂ ਪੱਤਰਕਾਰਾਂ ਬਾਰੇ ਸੋਚਿਆ ਇੱਕ ਸਵਾਲ ਅਸੀਂ ਲੈਣਾ ਹੈ ਪਿੱਛੇ ਕੁਝ ਕਹਿਣਾ ਜਾ ਰਹੇ ਹੋ ਤੁਸੀਂ ਸਰ ਜੇ ਮੈਂ ਆਪਣੇ ਏਰੀਆ ਦੀ ਗੱਲ ਕਰਾਂ ਤਾਂ ਕਈ ਕਿਸਾਨ ਉਹ ਇਦਾਂ ਦੇ ਨੇ ਕਿ ਮਜ਼ਦੂਰਾਂ ਨੂੰ ਆਪਣੀਆਂ ਵਟਾਂ ਤੱਕ ਵੀ ਚੜ੍ਹ ਨਹੀਂ ਦਿੰਦੇ ਕਿ ਜਦੋਂ ਮੁਸੀਬਤ ਪੈਂਦੀ ਆ ਫਿਰ ਮਜ਼ਦੂਰ ਯਾਦ ਆਉਂਦੇ ਆ ਤੇ ਉਸ ਟਾਈਮ ਤੁਹਾਡਾ ਕੀ ਕਹਿਣਾ ਹੈ ਸਰ ਹਾਂ ਦੇਖੋ ਕਾਫੀ ਡਿਟੇਲ ਤੁਸੀਂ ਜਵਾਬ ਦਿੱਤਾ ਨਹੀਂ ਇਹ ਵੀ ਮੈਂ ਕਹਿ ਦੇਣਾ ਜੀ ਦੇਖੋ ਇਹ ਪੰਜਾਬ ਦੇ ਦੇਖੋ ਕਿਸਾਨ ਮਜ਼ਦੂਰ ਦਾ ਨੌ ਮਾਸ ਦਾ ਰਿਸ਼ਤਾ ਦੇਖੋ ਦੋ ਗੱਲਾਂ ਹੁਣ ਡਿਫਰੈਂਟ ਹੋਣ ਗਈਆਂ ਕਈ ਵਾਰੀ ਆਰਥੀਆਂ ਬਾਰੇ ਕਿਹਾ ਜਾਂਦਾ ਆਰਥੀਆਂ ਬਾਰੇ ਮੈਂ ਆੜਤੀਆਂ ਦਾ ਜਿਹੜਾ ਕਮਿਸ਼ਨ ਜੰਟੋ ਦਾ ਨਹੀਂ ਵਿਰੋਧ ਕਰਦਾ ਆੜਤੀਆਂ ਦਾ ਸੂਤਖੋਰੀ ਸਿਸਟਮ ਗਲਤ ਆੜਤੀਆਂ ਨਾਲ ਸਹਿਤ ਕਿਸਾਨ ਮਜ਼ਦੂਰ ਦਾ ਨਾਉ ਮਾਨਦਾਰ ਸਤਾ ਖੇਤ ਮਜ਼ਦੂਰ ਦਾ ਨਾਉ ਮਾਨਦਾਰ ਸਤਾ ਕਿਤੇ ਇਹ ਕਿਸਾਨੀ ਵਾਲਾ ਖੇਤਰ ਨਹੀਂ ਕਿਤੇ ਸਾਡਾ ਜਿਹੜਾ ਸਟੇਟ ਦੇ ਵਿੱਚ ਜਾਤਵਾਦ ਆ ਫਿਰ ਇਹ ਡੋਮੀਨੇਟ ਕਰਦਾ ਇਥੇ ਸਮਾਜਿਕ ਪ੍ਰੋਬਲਮ ਆ ਗਈ ਸਾਡੀ ਇਹ ਸਮਾਜਿਕ ਘੇਰਾ ਆ ਗਿਆ ਕਿਸਾਨਾਂ ਤਾਂ ਨਹੀਂ ਰਹਿ ਗਿਆ ਸਾਡੀ ਕੋਸ਼ਿਸ਼ ਆ ਪੰਜਾਬ ਦੇ ਜਾਇ ਜੰਮੇ ਜ਼ਮੀਨਾਂ ਕਿਸੇ ਦੀ ਪਿਓ ਦੀਆਂ ਨਹੀਂ ਹੈਗੀਆਂ ਅੱਜ ਕੋਈ ਇੱਥੇ ਆ ਕੱਲ ਕੋਈ ਆ ਹਰ ਇੱਕ ਦਾ ਦੇਸ਼ ਹੈਗਾ ਹਰ ਇੱਕ ਨੂੰ ਖੁੱਲ ਕੇ ਜਾਦੀ ਹੋਣੀ ਹੈ ਇਸ ਚ ਕਿੰਨੀ ਸਚਾਈ ਹੈ ਕਿ ਕਈ ਕਿਸਾਨ ਆਗੂ ਵੀ ਆੜਤੀ ਹੈ ਹਾਂ ਹੈਗੀ ਆ ਦੇਖੋ ਦੋ ਕੰਮ ਆ ਵੀ ਉਹ ਕੋਈ ਵੀ ਹੋਵੇ ਕਿ ਉਹ ਉਹ ਉਹਨਾਂ ਦਾ ਆੜਤਪੁਣਾ ਕਿਸਾਨ ਸੰਗਠਨ ਦੇ ਵਿੱਚ ਆੜੇ ਆ ਰਿਹਾ ਜੇ ਆੜੇ ਆ ਰਿਹਾ ਫਿਰ ਗਲਤ ਆ ਜਾਂ ਤਾਂ ਉਹਨਾਂ ਖਿਲਾਫ ਵੀ ਜੇ ਕੋਈ ਕੇਸ ਆਗਾ ਧਰਨਾ ਲੱਗ ਰਿਹਾ ਤਾਂ ਇਨਸਾਫ ਦੇ ਦੇ ਫਿਰ ਕੋ ਰੌਲਾ ਨਹੀਂ ਫਿਰ ਕੋ ਰੌਲਾ ਨਹੀਂ ਚਲੋ ਇੱਕ ਸਾਡੇ ਸਹਿਯੋਗੀ ਪਿੱਛੇ ਸਵਾਲ ਪੁੱਛਣਾ ਚਾਹ ਰਹੇ ਨੇ ਜੀ ਸਰ ਸਾਹਿਬ ਤੁਸੀਂ ਆਪਣੀਆਂ ਮਜਬੂਰੀਆਂ ਦੱਸਿਆ ਨੇ ਵੀ ਅਸੀਂ ਇਸ ਕਰਕੇ ਧਰਨੇ ਲਾਉਣੇ ਆ ਪਰ ਤੁਹਾਡੇ ਧਰਨਿਆਂ ਦੇ ਨਾਲ ਆਮ ਲੋਕਾਂ ਨੂੰ ਤਾਂ ਬਹੁਤ ਦਿੱਕਤ ਆਉਂਦੀ ਆ ਕਿਉਂਕਿ ਅਸੀਂ ਇੱਥੇ ਕੰਮ ਕਰਦੇ ਆ ਸਾਨੂੰ ਵੀ ਫੋਨ ਕਾਲਸ ਆਉਂਦੇ ਆ ਵੀ ਯਾਰ ਅੱਜ ਕੋਈ ਧਰਨਾ ਤਾਂ ਨਹੀਂ ਅਸੀਂ ਜਾਣਾ ਅਸੀਂ ਦਰਬਾਰ ਸਾਹਿਬ ਜਾਣਾ ਅਸੀਂ 에어ਪੋਰਟ ਤੇ ਜਾਣਾ ਔਰ ਦੂਜਾ ਸਵਾਲ ਤੁਹਾਡੇ ਨਾਲ ਵੀ ਸਰ ਬਣਾ ਇਹ ਵੀ ਇਹਦਾ ਨਾਮ ਵੀ ਸਰ ਬਣਾ ਇਹਨੇ ਸਵਾਲ ਕੀਤਾ ਮਜ਼ਦੂਰਾਂ ਬਾਰੇ ਮਾਜੇ ਦੇ ਵਿੱਚ ਘੱਟ ਪਰ ਮਾਲਵੇ ਦੇ ਵਿੱਚ ਮਜ਼ਦੂਰਾਂ ਦੇ ਬਾਈਕਾਟ ਹੁੰਦੇ ਨੇ ਜਦੋਂ ਵਾਡੀ ਸ਼ੁਰੂ ਹੋ ਗਈ ਤਾਂ ਵੱਡੀ ਗੀ ਕਣਕ ਇਸ ਤੋਂ ਬਾਅਦ ਝੋਨੇ ਦੀ ਲਵਾਈ ਹੋਣੀ ਆ ਝੋਨੇ ਦੀ ਲਵਾਈ ਵੇਲੇ ਮਜ਼ਦੂਰਾਂ ਦੇ ਬਾਈਕਟ ਹੁੰਦੇ ਆ ਮਾਲਵੇ ਦੇ ਵਿੱਚ ਜਲੂਰ ਪਿੰਡ ਦਾ ਉਸ ਤੋਂ ਬਿਨਾ ਜਿਹੜੀ ਪੰਚਾਇਤੀ ਜ਼ਮੀਨਾਂ ਉਹਦਾ ਤੀਜਾ ਹਿੱਸਾ ਉਹ ਮਜ਼ਦੂਰਾਂ ਦਾ ਹੁੰਦਾ ਜਦੋਂ ਉਹ ਬੋਲੀ ਹੁੰਦੀ ਆ ਉਦੋਂ ਕਿਉਂ ਇੰਨੀਆਂ ਡਾਂਗਾ ਖੜਕਦੀਆਂ ਨੇ ਕਿਉਂ ਕਿਸਾਨਾਂ ਤੇ ਮਜ਼ਦੂਰਾਂ ਲਈ ਉਹ ਵਿਪਤਾ ਦਾ ਸਮਾਂ ਹੁੰਦਾ ਤੁਹਾਡੀ ਜਥੇਵੰਦੀ ਦਾ ਮਾਜੇ ਦੇ ਵਿੱਚ ਝੁਕਾ ਤੁਹਾਡੇ ਸਾਥੀ ਡੱਲੇਵਾਲ ਨੇ ਮਾਲਵੇ ਦੇ ਵਿੱਚ ਨੇ ਤੁਸੀਂ ਕਦੇ ਜ਼ਿਕਰ ਕੀਤਾ ਉਹ ਚੀਜ਼ ਦਾ ਕਿ ਕਿਉਂ ਬਾਈਕਾਟ ਹੁੰਦੇ ਨੇ ਤੁਹਾਡੀ ਜਥੇਬੰਦੀ ਦਾ ਨਾਮ ਕਿਸਾਨ ਮਜ਼ਦੂਰ ਆ ਵੀ ਕਿਉਂ ਮਜ਼ਦੂਰਾਂ ਦੇ ਨਾਲ ਅਸੀਂ ਇਸ ਤਰ੍ਹਾਂ ਦਾ ਵਰਤਾਓ ਕਰਦੇ ਹਾਂ ਕਿਉਂ ਬਾਈਕਾਟ ਹੁੰਦੇ ਨੇ ਉਹਨਾਂ ਦੇ ਕਿਉਂ ਅਸੀਂ ਉਹਨਾਂ ਦੇ ਸਿਰ ਪਾੜਦੇ ਹਾਂ ਔਰ ਤੁਹਾਡੇ ਧਰਨਿਆਂ ਦੇ ਕਰਕੇ ਆਮ ਲੋਕ ਜਿਵੇਂ ਖੱਜਲਖੁਆਰ ਹੁੰਦੇ ਨੇ ਉਹ ਕਹਿੰਦੇ ਵੀ ਤੁਸੀਂ ਕਿਰਾਓ ਕਰਨਾ ਕਿਸੇ ਲੀਡਰ ਦਾ ਕਰਾਓ ਤੁਸੀਂ ਹੋਰ ਕਿਸੇ ਦਾ ਕਰੋ ਪਰ ਆਮ ਲੋਕਾਂ ਨੂੰ ਕਿਉਂ ਤੁਸੀਂ ਖੱਜਲਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹਾਂ ਆ ਦੇਖੋ ਜੇਕਰ ਖੱਜਲਖੁਆਰੀ ਦਾ ਸਵਾਲ ਹੈ ਮੈਂ ਪਹਿਲੇ ਸਵਾਲ ਦੇ ਜਾਂ ਮੈਂ ਫਿਰ ਕਹਿੰਨਾ ਅਸੀਂ ਲੀਡਰ ਦਾ ਘਰ ਵੀ ਕੇਰੀਏ ਉਥੇ ਉਥੇ ਬਥੇਰੀ ਲੋਕ ਮੱਲੇ ਵਾਲੇ ਆ ਉਥੇ ਵੀ ਸਮੱਸਿਆ ਹੁੰਦੀ ਆ ਪਰ ਜਿੰਨੇ ਅਸੀਂ ਲੋਕ ਖੜਨੇ ਹੁੰਦੇ ਆ ਉਹ ਜਿਹੜੇ ਮੱਲੇ ਚ ਲੀਡਰ ਰਹਿ ਰਿਆ ਉਥੇ ਆਉਂਦੇ ਨਹੀਂ ਹੈਗੇ ਤਾਂ ਕੁਛ ਵੀ ਕਰਾਂਗੇ ਸਮੱਸਿਆਵਾਂ ਤਾਂ ਹੈਗੀਆਂ ਨੇ ਇਸ ਗੱਲ ਨੂੰ ਅਸੀਂ ਭਲੀ ਭਾਂਤ ਜਾਣਦੇ ਵੀ ਆ ਕਹਿ ਲਓ ਵੀ ਸਾਥੋਂ ਬਦਲ ਕੋਈ ਨਹੀਂ ਹੁੰਦਾ ਜਿੱਥੋਂ ਤੱਕ ਮਜ਼ਦੂਰਾਂ ਦੇ ਬਾਈਕਾਟ ਦਾ ਸਵਾਲ ਹੈਗਾ ਮੈਨੂੰ ਲੱਗਦਾ ਹੈ ਗੁਰੂ ਸਾਹਿਬ ਦੀ ਧਰਤੀ ਆ ਹੁਣਾ ਨਹੀਂ ਚਾਹੀਦਾ ਅਸੀਂ ਟੋਟਲਿਸਟ ਦੇ ਵਿਰੋਧੀ ਹੈਗਾ ਇਹ ਇਹ ਜਾਤ ਪਾਤ ਵਾਲਾ ਸਿਸਟਮ ਬਿਲਕੁਲ ਠੀਕ ਨਹੀਂ ਹੈਗਾ ਸਾਰਾ ਕਾਮਨ ਹੈ ਇਹ ਬਾਈਕਾਟ ਵਾਲਾ ਸ਼ਬਦ ਹੀ ਗਲਤ ਆ ਜਿੱਤੋਂ ਇਸ ਮੁੱਦੇ ਤੇ ਵੀ ਲਗਾਓ ਤੁਸੀਂ ਕੋਈ ਨਹੀਂ ਜਲਾਵਾਂਗੇ ਜੀ ਅਸੀਂ ਇੱਕ ਗੱਲ ਜਿੱਥੋਂ ਤੱਕ ਮਜ਼ਦੂਰਾਂ ਦੀ ਗਾਂ ਚੋਨੇ ਦੀ ਲਵਾਈ ਦਾ ਸਵਾਲ ਕੁਝ ਵੀ ਅਸੀਂ ਤਾਂ ਬਹੁਤ ਕਲੀਅਰ ਕੀਤਾ ਹੁੰਦਾ ਸੀ ਫਾਰਮੂਲੇ ਬਣਾਏ ਵੀ ਜਿੰਨਾ ਰੇਟ ਐਤ ਕੀ ਕਿਸੇ ਫਸਲ ਦਾ ਵੱਧ ਗਿਆ ਮਸਲਨ ਕਣਕ ਦੇ ਝੋਨੇ ਦਾ ਵੱਧ ਗਿਆ ਉਹਨਾਂ ਰੇਟ ਹੀ ਮਜ਼ਦੂਰ ਦਾ ਬਤਾ ਦਿਓ ਵੀ ਤੁਹਾਨੂੰ ਇਹਨੇ ਵੱਧ ਆ ਗਏ ਅਸੀਂ ਤਾਂ ਇਹ ਸੱਕਦੇ ਵੀ ਅਸੀਂ ਤਾਂ ਮਜ਼ਦੂਰ ਨੂੰ ਵੀ ਕਹਿੰਨੇ ਆ ਵੀ ਐਮਐਸਪੀ ਦੇ ਵਿੱਚ ਤੇਰਾ ਹਿੱਸਾ ਵੀ ਹੈ ਬਾਈ ਕਿਤੇ ਅਸੀਂ C2 50 ਦੇ ਹਿਸਾਬ ਨਾਲ ਪੈਸੇ ਲੈ ਲਈਏ ਮਤਲਬ ਸਾਡੇ ਰੇਟ ਡਬਲ ਹੋ ਜਾਣ ਅਸੀਂ ਦਾਅਵੇ ਨਾ ਕਹਿੰਦੇ ਇਸ ਇੱਥੇ ਬੈ ਕੇ ਕੋਈ ਨਹੀਂ ਬਸ ਤੇਰੀ ਮਜ਼ਦੂਰੀ ਡਬਲ ਕਰਾਂਗੇ ਤੇਰੇ ਘਰੇ ਪੈਸੇ ਜਾਣੇ ਜਿਹੜਾ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈ ਵੰਡ ਕੇ ਛਕੋ ਐਂ ਹੀ ਹੁੰਦਾ ਵੀ ਸਾਡੇ ਕੁਝ ਘਰ ਆਵੇ ਕੁਝ ਭਾਈ ਖੇਤ ਵਿੱਚ ਦੋਦੇ ਘਰ ਵੀ ਜਾਵੇ ਸਾਨੂੰ ਦੇਖੋ ਜਿਹੜੀ ਪਰਸੈਪਸ਼ਨ ਸਾਡੇ ਕਿਸਾਨ ਦੇ ਦਿਮਾਗ 'ਚ ਆ ਉਹ ਗਲਤ ਆ ਵੀ ਮਜ਼ਦੂਰ ਦੀ ਲੇਬਰ ਕਰਕੇ ਕਿਤੇ ਕਿਸਾਨ ਘਟੇ ਜਾ ਰਿਹਾ ਐ ਨਹੀਂ ਹੈਗਾ ਮਾਰਤਾ ਸਾਨੂੰ ਰਹੀਆਂ ਜਿਹੜੀਆਂ ਖਾਦਾਂ ਦਵਾਈਆਂ ਖੇਤੀ ਮਸ਼ੀਨਰੀ ਜਿਹੜਾ ਵੱਡਾ ਰੋਲਾ ਹੈਗਾ ਸਾਡਾ ਜਿੱਥੇ ਆ ਤਾਂ ਸਾਨੂੰ ਅਸੀਂ ਤਾਂ ਕੋਸ਼ਿਸ਼ ਕਰਦੇ ਵੀ ਦੋਵੇਂ ਧਿਰਾਂ ਰਲ ਕੇ ਉਧਰ ਸਰਕਾਰ ਵਾਲੇ ਪਾਸੇ ਹੋਈਏ ਨਾ ਕਿ ਆਪੋ ਚੋ ਦੀ ਟਕਰਾਈਏ ਹਮ ਬਦਕਿਸਮਤੀ ਇਹ ਪੰਜਾਬ ਦੇ ਕਈ ਨਾ ਕਈ ਖੇਤਰਾਂ ਵਿੱਚ ਇਹੋ ਜੀਆਂ ਤਸਵੀਰਾਂ ਵੀ ਸਾਡੇ ਸਾਹਮਣੇ ਆ ਜਾਂਦੀਆਂ ਅਸੀਂ ਕੋਸ਼ਿਸ਼ ਕਰਾਂਗੇ ਨਾ ਹੋਵੇ ਆਪਣੇ ਕੋਲ ਸਮਾਂ ਬਹੁਤ ਘੱਟ ਹੈ ਪਰ ਸਾਡੀ ਸਹਿਯੋਗੀ ਹੈ ਪ੍ਰੀਤੀ ਇਹਨਾਂ ਨੇ ਵੀ ਇੱਕ ਸਵਾਲ ਪੁੱਛਣਾ ਅਸੀਂ ਆਖਰੀ ਸਵਾਲ ਲੈ ਪਾਵਾਂਗੇ ਆਪਣੀ ਸਹਿਯੋਗੀਆਂ ਤੋਂ ਪੰਦਰ ਸਾਬ ਮੇਰਾ ਇਹ ਸਵਾਲ ਹੈ ਕਿ ਜਿਵੇਂ ਕਿਸਾਨੀ ਅੰਦੋਲਨ ਦਾ ਜ਼ਿਕਰ ਹੁੰਦਾ ਹੈ ਤਾਂ ਹਰ ਸਮੇਂ ਐਮਐਸਪੀ ਦੀ ਰਿਪੋਰਟ ਸਵਾਮੀਨਾਥਨ ਦੀ ਰਿਪੋਰਟ ਦਾ ਜ਼ਿਕਰ ਹੁੰਦਾ ਹੈ ਤਾਂ ਉਸ ਦੇ ਵਿੱਚ ਜੋ ਮੰਗਾ ਦਾ ਜ਼ਿਕਰ ਕੀਤਾ ਜਾਂਦਾ ਹੈ ਤੇ ਮੈਂ ਇਹ ਸਮਝਣਾ ਚਾਹੁੰਦੀ ਹਾਂ ਉਸ ਦੇ ਵਿੱਚ ਕੁਝ ਹੋਰ ਵੀ ਤੱਤ ਹੈਗੇ ਨੇ ਜਿਸ ਦੇ ਨਾਲ ਕਿਸਾਨਾਂ ਦਾ ਕੁਝ ਭਲਾ ਹੋ ਸਕਦਾ ਹੈ ਜਾਂ ਫਿਰ ਐਮਐਸਪੀ ਹੀ ਤੁਸੀਂ ਮੰਨਦੇ ਹੋ ਕਿ ਕਿਸਾਨ ਸਿਰਫ ਐਮਐਸਪੀ ਮਿਲਣ ਦੇ ਨਾਲ ਹੀ ਕਿਸਾਨਾਂ ਦੇ ਸਾਰੇ ਮਸਲਿਆਂ ਦਾ ਹੱਲ ਹੋਵੇ ਹਾਂ ਦੇਖੋ ਬਹੁਤ ਸਾਰੇ ਮੰਗਾ ਨੇ ਸਾਡੀਆਂ ਪਰ ਸਭ ਤੋਂ ਵੱਡੀ ਗੱਲ ਹੁੰਦੀ ਹੈ ਵੀ ਜਿਹੜੀ ਤੁਸੀਂ ਚੀਜ਼ ਪੈਦਾ ਕਰਦੇ ਹੋ ਕੋਈ ਵੀ ਚੀਜ਼ ਪੈਦਾ ਕਰਦੇ ਹੋ ਸਬਜ਼ੀਆਂ ਫਲ ਖੇਤੀ ਜਿੰਸਾਂ ਦੁੱਧ ਸਭ ਤੋਂ ਵੱਡੀ ਸਵਾਲ ਉਹਦੀ ਮਾਰਕੀਟਿੰਗ ਐਮ ਐਸ ਪੀ ਮਾਰਕੀਟ ਨਾ ਡਿਸਾਈਡ ਕਰਦੀ ਆ ਜੇ ਜੇ ਤੁਸੀਂ ਕੁਝ ਵੀ ਪੈਦਾ ਕਰ ਲੋ ਜਿਹੜਾ ਤੁਹਾਨੂੰ ਮੁੱਲ ਨਹੀਂ ਮਿਲਣਾ ਇਸ ਕਰਕੇ ਕੀ ਪੁਆਇੰਟ ਸਾਰਿਆਂ ਪ੍ਰੋਗਰਾਮਾਂ ਚ ਮੇਨ ਮੇਜਰ ਰੋਲ ਫਿਰ ਐਮ ਐਸ ਪੀ ਹੁੰਦੀ ਆ ਐਮ ਐਸ ਪੀ ਵੀ ਸਾਨੂੰ ਘੱਟੋ ਘੱਟ ਕੀ ਭਾਗ ਹੀ ਮਿਲਦਾ ਹੈਗਾ ਤਾਂ ਉਹ ਉਹਦੇ ਦਿਵਾਲੇ ਕਿਸਾਨੀ ਨੇ ਘੁੰਮਣਾ ਹੈਗਾ ਸਪੈਸ਼ਲ ਬਾਕੀ ਬਹੁਤ ਸਾਰੀਆਂ ਮੰਗਾ ਹੈਗੇ ਜਿਹੜੇ ਅਸੀਂ ਕਰਦੇ ਆ ਜਿਵੇਂ ਹੁਣ ਮੇ ਬੋਸਮੀ ਬਰਸਾਤ ਹੋ ਗਈ ਠੀਕ ਹੈ ਨਾ ਜਿਹੜੇ ਕਿਸਾਨ ਨੂੰ ਕਹਿੰਦੇ ਆ ਵੀ ਇਹ ਜੀ ਬਿੱਲੜਾ ਜੀ ਫਲਾਣਾ ਦੇਖੋ ਕੋਈ ਕਿੱਤਾਂ ਨਹੀਂ ਹੈਗਾ ਕੋਈ ਕਿੱਤਾਂ ਨਹੀਂ ਭੇਜਦਾ ਹੈਗਾ ਨਾ ਮੀਡੀਆ ਦਾ ਕਿੱਤਾਂ ਭੇਜਣਾ ਮੀ ਆ ਜੇ ਨਾ ਕੋਈ ਮਰਤੀਕਾਰ ਵਾਲਾ ਦੀ ਮਰਤੀ ਭੇਜਣੀ ਆ ਸਾਡੀ ਉਹ ਧੁਕ ਧੁਕੀ ਲੱਗੀ ਹੁੰਦੀ ਸਾਡੇ ਬਾਪੂ ਦਾ ਅਟੈਕ ਹੋਣ ਡਿਆ ਹੁੰਦਾ ਉਹ ਰੱਬ ਨੂੰ ਵੀ ਗਾਲਾਂ ਕੱਢਣ ਡਿਆ ਹੁੰਦਾ ਉਹਦੋਂ ਜਦੋਂ ਗੁੱਸੇ 'ਚ ਆਇਆ ਹੁੰਦਾ ਤਾਂ ਅਸੀਂ ਕਹਿੰਨੇ ਫਸਲੀ ਬੀਮਾ ਯੋਜਨਾ ਬਾਈ ਸਾਨੂੰ ਦੇ ਦਿਓ ਸਾਨੂੰ ਉਹ ਨਹੀਂ ਦਿੰਦੇ ਹੈਗੇ ਵੀ ਅਸੀਂ ਘੱਟੋ ਘੱਟ ਜਦੋਂ ਸਾਡਾ ਨੁਕਸਾਨ ਹੋ ਜੂਸੀਂ ਲੈ ਲਾਂਗੇ ਮੈਂ ਭਦੇਰ ਸਾਹਿਬ ਇਸੇ ਨਾਲ ਹੀ ਜੁੜਿਆ ਮੇਰਾ ਪਰਸਨਲ ਐਕਸ ਡਾਕਟਰ ਐਮ ਐਸ ਸੁਆਮੀ ਨਾਥਨ ਦੀ ਇੱਕ ਇੰਟਰਵਿਊ ਕੀਤੀ ਸੀ ਅੱਜ ਤੋਂ ਕੋਈ 2014-15 ਦੇ ਵਿੱਚ ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਖੁਦ ਇਹ ਗੱਲ ਕਹੀ ਸੀ ਮੈਨੂੰ ਔਨ ਰਿਕਾਰਡ ਕਿ ਮੈਨੂੰ ਕਦੇ-ਕਦੇ ਇਸ ਚੀਜ਼ ਦਾ ਅਫਸੋਸ ਹੁੰਦਾ ਹੈ ਕਿ ਜਿਹੜੀਆਂ ਮੇਰੀਆਂ ਸਿਫਾਰਸ਼ਾਂ ਸੀ ਉਹਨਾਂ ਸਾਰੀਆਂ ਸਿਫਾਰਸ਼ਾਂ ਉਹਨਾਂ ਚ ਐਮ ਐਸ ਪੀ ਇੱਕ ਪਾਰਟ ਸੀ ਛੋਟਾ ਜਿਹਾ ਜਦੋਂ ਕਿ ਬਾਕੀ ਉਸ ਦੇ ਵਿੱਚ ਹੋਰ ਇੰਨੀਆਂ ਚੀਜ਼ਾਂ ਸੀ ਕਿਸਾਨੀ ਨੂੰ ਉੱਚਾ ਚੁੱਕਣ ਲਈ ਪਰ ਕਿਸਾਨਾਂ ਨੇ ਸਿਰਫ ਉਹ ਹੀ ਇੱਕ ਪਾਰਟ ਫੜ ਲਿਆ ਹਾਂ ਦੇਖੋ ਐ ਨਹੀਂ ਹੈਗਾ ਬਹੁਤ ਸਾਰੀਆਂ ਸ਼ਿਫਾਰਸ਼ਾਂ ਇਹ ਖੁਦ ਉਹਨਾਂ ਨੇ ਇਹ ਗੱਲ ਕਹੀ ਸੀ ਔਨ ਰਿਕਾਰਡ ਮੇਰੇ ਮੇਰਾ ਵਿਅਕਤੀਗਤੀ ਦੇਖੋ ਹੋ ਸਕਦਾ ਕੁਝ ਗੱਲਾਂ ਸਾਨੂੰ ਵੀ ਠੀਕ ਲੱਗੀਆਂ ਸਾਰੇ ਨੂੰ ਨਾ ਠੀਕ ਲੱਗਣ ਕੁਝ ਗੱਲਾਂ ਨਹੀਂ ਵੀ ਠੀਕ ਲੱਗੀਆਂ ਦੋ ਗੱਲਾਂ ਨੇ ਦੇਖੋ ਉਹਨਾਂ ਫਸਲੀ ਬੀਮਾ ਯੋਜਨਾ ਦੀ ਗੱਲ ਉਹਨਾਂ ਦੀ ਰਿਪੋਰਟ ਵਿੱਚ ਵੀ ਹੈਗੀ ਉਹਨਾਂ ਨੇ ਕਹੀ ਹੋਈ ਉਹਨਾਂ ਖੇਤ ਮਜ਼ਦੂਰ ਦੀ ਗੱਲ ਵੀ ਕਹੀ ਹੈ ਵੀ ਜਿਹੜੇ ਲੋਕ ਕਹਿੰਦੇ ਨੇ ਵੀ ਯਾਰ ਇਹ ਜਿਹੜਾ ਵਾ ਇਹਨਾਂ ਵਾਸਤੇ ਮਹਿੰਗਾਈ ਹੋ ਜੂ ਜੇ ਕਿਸਾਨ ਨੂੰ ਪੈਦਾ ਕਰਨ ਲਈ ਚੰਗਾ ਮੁੱਲ ਦੋਗੇ ਤੋ ਪੈਦਾ ਹੀ ਇੰਨਾ ਕਰੂਗਾ ਮਜ਼ਦੂਰ ਨੂੰ ਭਾਵੇਂ ਮੁਕਤ ਬੰਡ ਲਿਓ ਇਹ ਉਹਦੀ ਸਿਫਾਰਸ਼ ਚ ਹੈਗੀ ਆ ਅਸਲ ਉਹਦੀ ਉਹਦੀ ਰਿਪੋਰਟਿੰਗ ਦਾ ਮਸਲਾ ਕੀ ਸੀਗਾ ਜਣੀ ਬਿਦਰਬਾ ਜਾਂ ਮਹਾਰਾਸ਼ਟਰ ਅੜੀਸਾ ਚ ਖੁਦਕੁਸ਼ੀਆਂ ਬਣੀਆਂ ਦੋ ਕਿਸਮ ਦੇ ਟ੍ਰੈਂਡ ਜਿਹੜੇ ਅੱਜ ਆ ਪਿੱਤਰ ਨੇ ਪ੍ਰਤੀ ਦਿੱਕਤ ਕਿ ਨਾ ਦਿੱਕਤ ਉਦੋਂ ਸੀ ਵੀ ਇਹ ਕਿਸਾਨ ਜਿਹੜੇ ਆ ਇਹ ਖਰਚਾ ਵੱਧ ਕਰਦੇ ਆ ਤਾਂ ਕਰਜ਼ਾਈ ਹੋ ਰਿਹਾ ਅੱਜ ਵੀ ਕੁਝ ਸਵਾਲ ਹੁੰਦੇ ਸਾਡਾ ਸੀ ਵੀ ਨਹੀਂ ਤੁਹਾਡੀ ਪਾਲਿਸੀ ਜ਼ਿੰਮੇਵਾਰ ਆ ਐਮਐਸਪੀ ਡਾਕਟਰ ਸੁਮਿੰਨਾਥ ਨੇ ਕਮਿਸ਼ਨ ਇੱਥੇ ਗਿਆ ਉਹਦੀਆਂ ਪਹਿਲੀਆਂ ਰਿਪੋਰਟਾਂ ਸੀਗਾ ਪੀ ਕਿਉਂ ਇਹ ਖੁਦਕੁਸ਼ੀਆਂ ਕਰ ਰਹੇ ਆ ਤਾਂ ਉਹਦੀ ਪਹਿਲੀ ਰਿਪੋਰਟ ਸੀ ਵੀ ਜਿੰਨਾ ਸੰਸਥਾਵਾਂ ਤੋਂ ਕਿਸਾਨਾਂ ਨੇ ਲੋਨ ਲਿਆ ਵਾ ਉਹਨਾਂ ਸੰਸਥਾਵਾਂ ਨੇ ਅੰਨੇ ਵਿਆਜ ਬਲਾਈਂਡ ਟੈਸਟਰ ਨੇ ਕਿਹਾ ਪੀ ਇਹ ਲੈ ਉਹਨੇ ਪਹਿਲੀ ਦੂਜਾ ਉਹਨੇ ਸਵਾਲ ਕੀਤਾ ਵੀ ਤੁਸੀਂ ਫਸਲਾਂ ਦੇ ਭਾਅ ਇਹਨਾਂ ਨੂੰ ਠੀਕ ਨਹੀਂ ਦਿੰਦੇ ਤੀਜਾ ਉਹਨੇ ਸਵਾਲ ਕੀਤਾ ਵੀ ਲਾਗਤ ਖਰਚੇ ਚਾਹੇ ਖੇਤੀ ਮਸ਼ੀਨਰੀ ਡੀਜ਼ਲ ਬੀਜ ਖਾਦਾਂ ਦਵਾਈਆਂ ਸਭ ਉਹਨੇ ਕਿਹਾ ਲੇਬਰ ਤੱਕ ਇਹਦੇ ਲਾਗਤਾਂ ਬਹੁਤ ਨੇ ਉਹਨੇ ਫਿਰ ਕਿਹਾ ਵੀ ਇਹਨਾਂ ਦੀਆਂ ਖੁਦਕੁਸ਼ੀਆਂ ਪਿੱਛੇ ਰੀਜਨ ਆ ਪੀ ਇਹਨਾਂ ਦੀ ਆਮਦਨ ਘੱਟ ਆ ਤੇ ਖਰਚ ਜ਼ਿਆਦਾ ਹੈਗਾ ਬਹੁਤ ਡਿਟੇਲ ਰਿਪੋਰਟ ਆਈ ਤਾਂ ਦੇਖੋ ਜੜੀ ਗੱਲ ਸੀ C250 C250 ਵਿੱਚ ਸਭ ਜਿੰਨਾ ਸਾਡਾ ਲਾਗਤ ਖਰਚਾ ਉਹਦੇ ਵਿੱਚ 50% ਮੁਨਾਫਾ ਤੋਂ ਜੜੀ ਗੱਲ ਕਿਸਾਨਾਂ ਨੂੰ ਮਾਰਕੀਟ ਨਾਲ ਜੁੜਦੀ ਆ ਮਾਰਕੀਟ ਹੀ ਸਭ ਤੋਂ ਵੱਡੀ ਸਾਨੂੰ ਮਾਰ ਪੈਂਦੀ ਆ ਅਸੀਂ ਉਹ ਐਟੋ ਗੱਲ ਜੀ ਉੱਪਰ ਨਹੀਂ ਸੀ ਆਮੇ ਬਾਕੀ ਗੱਲਾਂ ਵੀ ਉਹਨਾਂ ਦੀਆਂ ਕੁਝ ਸਹੀ ਨਹੀਂ ਸੀ ਕੁਝ ਸਹੀ ਸੀਗੀ ਚਲੋ ਆਪਣੇ ਕੋ ਸਮਾਂ ਖਤਮ ਹੋ ਚੱਲਿਆ ਪਰ ਮੈਂ ਇੱਕ ਦੋ ਪਰਸਨਲ ਜ਼ਰੂਰ ਸਵਾਲ ਸਮਝਣਾ ਤੇ ਜਾਨਣਾ ਚਾਹੂੰਗਾ ਕਿਉਂਕਿ ਮੈਂ ਚਲਦੀ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਤੁਹਾਡੀ ਹਿੰਦੀ ਬਹੁਤ ਵਧੀਆ ਕਰ ਦੋ ਖਲਾਸਾ ਦਰਅਸਲ ਮੈਂ ਆਪਣੇ ਦਰਸ਼ਕਾਂ ਨੂੰ ਦੱਸਾਂ ਕਿ ਪੰਦੇਤ ਸਾਹਿਬ ਬੇਸ਼ੱਕ ਮਾਝੇ ਤੋਂ ਆਉਂਦੇ ਨੇ ਅੰਮ੍ਰਿਤਸਰ ਤੋਂ ਪਰ ਜਨਮ ਪੰਜਾਬ ਤੋਂ ਬਾਹਰ ਦਾ ਦੱਸੋ ਪੰਦੇਤ ਸਾਹਿਬ ਥੋੜਾ ਜਿਹਾ ਹਾਂ ਮੇਰਾ ਜਨਮ ਧਨਵਾਦ ਚ ਹੋਇਆ ਉਹ ਬਿਹਾਰ ਸੀਗਾ ਉਹ ਤੋਂ ਹੁਣ ਝਾਰਖੰਡ ਆ ਅੱਛਾ ਮੇਰੇ ਪਿਤਾ ਸਰਵਿਸ ਕਰਦੇ ਸੀ ਉੱਤੇ ਬੀਸੀਸੀਐਲ ਚ ਆ ਮੈਂ 4-5 ਕਲਾਸਾਂ ਉੱਥੋਂ ਪਿੱਲੋ ਪੜਿਆ ਹੈਗਾ ਫਿਰ ਪੰਜਾਬ ਆ ਗਏ ਸੀ 84 ਤੋਂ ਬਾਅਦ ਫਿਰ ਗਏ ਨਹੀਂ ਫਿਰ ਪਲੱਸ 1 ਤੋਂ ਬਾਅਦ ਫਿਰ ਪਿਆ ਬਿਹਾਰ ਜਾ ਕੇ ਫਿਰ ਇੰਟਰਮੀਡੀਏਟ ਕੀਤੀ ਬਨੋਵਾ ਭਾਵੇ ਯੂਨੀਵਰਸਿਟੀ ਤੋਂ ਮੈਂ ਬੀਏ ਕਰਨੀ ਚਾਹੀ ਬੀਏ ਫਾਈਨਲ ਨਹੀਂ ਹੋਈ ਮੇਰੀ ਹਾਂ ਇਸ ਕਰਕੇ ਫਿਰ ਹਿੰਦੀ ਚ ਪਕੜ ਸੀ ਸਾਡੀ ਅੱਛਾ ਥੋੜਾ ਜਿਹਾ ਲਾਈਟਰ ਨੋਟ ਏ ਧਰਨੇ ਵਾਲਾ ਕੋਰਸ ਕਿੱਥੋਂ ਕੀਤਾ ਫਿਰ ਨਹੀਂ ਨਹੀਂ ਕਹਿ ਸਕਦਾ ਚਲੋ ਅਸੀਂ ਇਹ ਰਸ ਸਪੈਸ਼ਲਿਸਟ ਹੋ ਤੁਸੀਂ ਨਾ ਲੋਕਾਂ ਨੂੰ ਕਿਵੇਂ ਇਕੱਠਾ ਕਰਨਾ ਕਿਵੇਂ ਧਰਨਾ ਲਗਾਉਣਾ ਸਭ ਪਤਾ ਹੈ ਭੰਦੇੜ ਸਾਹਿਬ ਸਾਨੂੰ ਕੁਝ ਨਹੀਂ ਪਤਾ ਸੀਗਾ ਹਾਲਾਤ ਬਣਾ ਦਿੰਦੇ ਨੇ ਇੱਧਰ ਲੈ ਕੇ ਆਉਂਦੇ ਨੇ ਨਾ ਕਦੀ ਇਹ ਸੋਚਿਆ ਸੀਗਾ ਵੀ ਕਿਸਾਨ ਲੀਡਰ ਬਣਾਂਗੇ ਐ ਕਦੀ ਸੋਚ ਕੇ ਨਹੀਂ ਬੰਦਾ ਹੁੰਦਾ ਵੀ ਜਾਂ ਆਹ ਕੁਝ ਹੋਊਗਾ ਦਿੱਲੀ ਅੰਦੋਲਨ ਚੱਲੂਗਾ ਐ ਤੇ ਸਾਡੀ ਆਪ ਭੂਮਿਕਾ ਹੋਵੇ ਤੇ ਸਾਡੀ ਆਪ ਭੂਮਿਕਾ ਐਵੇਂ ਨਹੀਂ ਕਦੀ ਸੋਚਿਆ ਨਾ ਇਹ ਸੀ ਵੱਡਾ ਕਿਸਾਨ ਲੀਡਰ ਬਣਨਾ ਨਾ ਇਹ ਸੀਗਾ ਵੀ ਇੰਨਾ ਨਾਮ ਬਣਾਉਣਾ ਨਾ ਕੁਝ ਵੀ ਨਹੀਂ ਹੁੰਦਾ ਨਾ ਬੰਦਾ ਸੋਚਦਾ ਕੰਮ ਕਰਦਾ ਜੋ ਸਮਾਜ ਵਿੱਚ ਰਹਿਣਾ ਅਸੀਂ ਕਾਲਜ ਟਾਈਮ ਤੋਂ ਸ਼ੰਗਰਸੀ ਸੀ ਠੀਕ ਆ ਹੋਰ ਵੀ ਮੈਂ ਸਿੱਖ ਮੈਸਟਰੀ ਕਾਲਜ ਦਾ ਕੋਰਸ ਵੀ ਕੀਤਾ ਹੈਗਾ ਮੈਂ ਪੀਏਯੂ ਤੋਂ ਜੰਗ ਫਾਰਮਰ ਟੈਕਨੀਕਲ ਕੋਰਸ ਵੀ ਕੀਤਾ ਹੈਗਾ ਤੁਹਾਡਾ ਅੱਡ ਮੇਰੀਆਂ ਫੀਲਡਾਂ ਰਹੀਆਂ ਪਰ ਮੈਨੂੰ ਐਸ ਫੀਲਡ 'ਚ ਜਿਆਦਾ ਹੋਰ ਮੈਂ ਮੇਰਾ ਪੋਲੀਟੀਕਲ ਇੰਟਰਸਟ ਪਹਿਲੇ ਦਿਨ ਤੋਂ ਬਹੁਤ ਜ਼ਿਆਦਾ ਹੈ ਪੋਲੀਟੀਕਲ ਇੰਟਰਸਟ ਹੋਰ ਹੁੰਦਾ ਤੁਸੀਂ ਮੈਂ ਬੀਬੀਸੀ ਬਹੁਤ ਜ਼ਿਆਦਾ ਸੁਣੀ ਹੈ ਮੈਂ ਇੰਟਰਨੈਸ਼ਨਲ ਮੀਡੀਆ ਬਹੁਤ ਸੁਣਿਆ ਤੇ ਮੇਰਾ ਪੋਲੀਟੀਕਲ ਇੰਟਰਸਟ ਬਹੁਤ ਜ਼ਿਆਦਾ ਸੀ ਤੋ ਮੈਂ ਇਸ ਕਰਕੇ ਉਹ ਲਕਸ਼ਣ ਪਾਰਲੀਮੈਂਟ ਲਕਸ਼ਣ ਲੜਨਾ ਹੋਰ ਚੀਜ਼ ਹੁੰਦਾ ਥੋੜਾ ਪੋਲਿਟੀਕਲ ਇੰਟਰਸਟ ਹੋਰ ਹੁੰਦਾ ਪੱਤਰਕਾਰ ਪੋਲਿਟੀਕਲ ਇੰਟਰਸਟ ਨਾਲ ਜੀਂਦੇ ਆ ਪਰ ਇਹ ਥੋੜਾ ਜਿਹਾ ਪੱਤਰਕਾਰ ਲਕਸ਼ਣ ਲੜੇ ਕਿ ਉਹ ਪੋਲਿਟੀਕਲ ਇੰਟਰਸਟ ਹੀ ਥੋੜੀ ਚੀਜ਼ ਆ ਲੈ ਇਹਦੇ ਨਾਲ ਹੀ ਤੁਹਾਡੀ ਮੀਡੀਆ ਮੈਨੇਜਮੈਂਟ ਵੀ ਬੜੀ ਜ਼ਬਰਦਸਤ ਹੈ ਅਸੀਂ ਦੇਖਿਆ ਹਰ ਛੋਟੀ ਤੋਂ ਛੋਟੀ ਗੱਲ ਤੁਹਾਡੇ ਵੌਇਸ ਮੈਸੇਜਸ ਆਉਂਦੇ ਆ ਕਿ ਹੁਣ ਅਸੀਂ ਇੱਥੇ ਖੜੇ ਆ ਅਸੀਂ ਇੰਨੀ ਦੇਰ ਚ ਪ੍ਰੈਸ ਕਾਨਫਰੈਂਸ ਕਰਨੀ ਹੈ ਕੱਲੇ-ਕੱਲੇ ਪੱਤਰਕਾਰ ਨੂੰ ਥੋੜਾ ਵੱਖੋ-ਵੱਖਰਾ ਮੈਸੇਜ ਆਂਦਾ ਹੈ ਇੰਨੀ ਇੰਨੀ ਤੁਸੀਂ ਤਿਆਰੀ ਕਿਵੇਂ ਕਰਦੇ ਹੋ ਦੇਖੋ ਇੱਕ ਤਾਂ ਇੰਨੀ ਨੌਲੇਜ ਨਹੀਂ ਸੀ ਤੁਹਾਡੇ ਰਕੇ ਭਰਾਵਾਂ ਦੀ ਦੇਣ ਉਹਨਾਂ ਨੇ ਕੋਈ ਸਿਖਾ ਦਿੱਤਾ ਵੀ ਐ ਨਹੀਂ ਐ ਕਰਨਾ ਚਾਹੀਦਾ ਤਾਂ ਅਸੀਂ ਸਿੱਖ ਲਿਆ ਇਹ ਕੋਰੋਨਾ ਕਾਲ ਆ ਗਿਆ ਉਹ ਵੇਲੇ ਸੀ ਉਦੋਂ ਵੀਡੀਓ ਬਣਾਉਣੀ ਸਿੱਖ ਲਿਆ ਉਦੋਂ ਜੋ ਚੱਲਿਆ ਫਿਰ ਚੱਲੀ ਗਏ ਠੀਕ ਹੈ ਆਪ ਦਾ ਪੱਖ ਮੈਨੂੰ ਲੱਗਦਾ ਵੇਖੋ ਅਸੀਂ ਕੋਈ ਮੁੱਖ ਮੰਤਰੀ ਨਹੀਂ ਹੈ ਅਸੀਂ ਕੋਈ ਬ੍ਰਿਸਟਰ ਨਹੀਂ ਹੈ ਵੀ ਸਾਨੂੰ ਮੀਡੀਆ ਸਪੇਸ ਇੰਨੀ ਮਿਲੇ ਸਾਡੇ ਕੋਲ ਇੱਕ ਹੀ ਚਾਰਾ ਹੁੰਦਾ ਵੀ ਸਾਡਾ ਸੋਸ਼ਲ ਮੀਡੀਆ ਹੁਣ ਦੁੱਖ ਦੀ ਗੱਲ ਆ ਵੀ ਮੇਰਾ ਪੇਜ ਵੀ ਬੰਦ ਆ ਟਵਿੱਟਰ ਵੀ ਬੰਦ ਆ ਆ ਹੁਣ ਉਹ ਰੇਲ ਰੋਕੋ ਕਰਕੇ ਕਹਿੰਦੇ ਆ ਵੀ ਬੰਦ ਕਰਤਾ ਮੈਂ ਕਿਹਾ ਜੀ ਨਾ ਉਹ ਚੱਲੇ ਤੇ ਨਾ ਮੇਰਾ ਪੇਜ ਚੱਲੇ ਠੀਕ ਆ ਤਾਂ ਅਸੀਂ ਕੋਸ਼ਿਸ਼ ਕਰਦੇ ਕਿ ਤੇ ਪਾਰਦਰਸ਼ਤਾ ਛੋਟੀ ਮੀਟਿੰਗ ਹੋਵੇ ਅਸੀਂ ਪੱਤਰਕਾਰਾਂ ਨਾਲ ਸਵੇਰੇ ਮੀਟਿੰਗ ਕਰਨ ਚੱਲੇ ਮੀਟਿੰਗ ਚ ਹੋਇਆ ਮਤਲਬ ਸਾਡਾ ਮੱਲਮ ਹੁੰਦਾ ਵੀ ਪੱਤਰਕਾਰਾਂ ਨੂੰ ਹਰ ਗੱਲ ਸਾਡੀ ਕਿਉਂਕਿ ਪਬਲਿਕ ਸਾਡੀ ਜ਼ਿੰਦਗੀਆਂ ਤੋਂ ਜਾਣਦੀ ਰਹੇ ਕੋਈ ਕੋਈ ਲੋਕਾਂ ਦੀਆਂ ਮੀਟਿੰਗਾਂ 'ਚ ਵੀ ਵੌਇਸ ਮੈਸੇਜ ਆਉਂਦੇ ਰਹਿੰਦੇ ਆ ਠੀਕ ਆ ਜੀ ਕਈ ਵਾਰੀ ਉਹ ਮੈਂ ਨਹੀਂ ਕਰਦਾ ਪਿੱਛੋਂ ਹੀ ਤੂੰ ਬੇਟੂ ਟਟੰਡੇ ਹੁੰਦੇ ਮਾੜਾ ਮੋਟਾ ਕਹਿੰਦਾ ਸਾਨੂੰ ਵੀ ਦੱਸ ਤੋ ਤੇ ਕੁਝ ਗੱਲ ਅਸੀਂ ਦੱਸ ਵੀ ਦੇਨੇ ਵੀ ਪਰ ਆਪਾਂ ਬਣਿਆ ਕੁਝ ਨਹੀਂ ਗਾ ਚੱਲੀ ਜਾ ਰਹੀ ਆ ਚਲੋ ਆਪਾਂ ਵਾਈਂਡ ਅਪ ਕਰੀਏ ਇਸ ਚਰਚਾ ਨੂੰ ਮੈਂ ਇੱਕ ਆਖਰੀ ਬਿਲਕੁਲ ਆਖਰੀ ਸਵਾਲ ਹੈ ਤੁਸੀਂ ਸੰਸਕ੍ਰਿਤ ਵੀ ਪੜ੍ਹੀ ਹੈ ਕੋਈ ਸੰਸਕ੍ਰਿਤ ਦੇ ਸ਼ਬਦ ਕੋਈ ਸ਼ਲੋਕ ਯਾਦ ਹੈ ਸੁਣਾ ਦਿਓ ਨਹੀਂ ਦੇਖੋ ਮੈਨੂੰ ਦੇਖੀ ਆ ਰਾਮ ਘਰ ਚਲਾ ਉਹ ਬਹੁਤ ਛੋਟੀ ਉਮਰ 'ਚ ਪੜ੍ਹੀ ਸੀ ਹੁਣ ਨਹੀਂ ਜੇ ਤਾਂ ਮਨ ਸੰਸਕ੍ਰਿਤ ਬਹੁਤ ਵਧੀਆ ਹੁਣ ਉਹ ਦਿਮਾਗ ਚੋਂ ਚੀਜ਼ਾਂ ਨਿਕਲੀਆਂ ਕੋਈ ਕੋਈ ਸ਼ਬਦ ਵੀ ਨਹੀਂ ਯਾਦ ਜਿਹੜਾ ਸੰਸਕ੍ਰਿਤ ਦਾ ਹਾਂ ਨਾ ਹੁਣ ਹੁਣ ਨਹੀਂ ਹੈਗਾ ਸੰਸਕ੍ਰਿਤ ਦਾ ਟੀਚਰ ਵੀ ਨਹੀਂ ਯਾਦ ਰਿਹਾ ਹੁੰਦਾ ਵੀ ਕਿਹੜਾ ਪੜਾਉਂਦਾ ਸੀਗਾ ਕਿਸਾਨਾ ਵਾਲਾ ਟੀਚਰ ਯਾਦ ਹਾਂ ਇਹ ਤਾਂ ਹੈ ਇਹਦਾ ਚਲੋ ਸ਼ੁਕਰੀਆ ਸਰ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਦੇਖੋ ਅਸੀਂ ਕਟਾਰੇ ਚ ਤੁਹਾਨੂੰ ਸੱਦਿਆ ਤੁਸੀਂ ਬਹੁਤ ਬਿਬਾਕੀ ਨਾਲ ਹਰ ਸਵਾਲ ਦਾ ਜਵਾਬ ਦਿੱਤਾ ਬਹੁਤ ਬਹੁਤ ਧੰਨਵਾਦ ਸਾਡੇ ਸਾਥੀਆਂ ਦੇ ਵੀ ਬਹੁਤ ਸਾਰੇ ਸਵਾਲ ਸੀ ਪਰ ਉਮੀਦ ਕਰਦੇ ਆ ਕਿ ਜਿਹੜਾ ਧਰਨਾ ਪ੍ਰਦਰਸ਼ਨ ਤੁਸੀਂ ਕਰ ਰਹੇ ਹੋ ਇਹ ਜਿਸ ਮੁਕਾਮ ਤੇ ਪਹੁੰਚੇਗਾ ਕੋਈ ਵਧੀਆ ਐਂਡ ਇਸ ਦਾ ਜ਼ਰੂਰ ਹੋਵੇ ਕਿਉਂਕਿ ਬਹੁਤ ਗਰਮੀ ਦੇ ਵਿੱਚ ਬਹਿਣਾ ਬਰਸਾਤਾਂ 'ਚ ਬਹਿਣਾ ਵੀ ਬਹੁਤ ਔਖਾ ਏ ਠੀਕ ਹੈ ਮੈਂ ਨਿਊਜ਼ ਰੇਟਿੰਗ ਦਾ ਧੰਨਵਾਦ ਕਰਦਾ ਮੈਨੂੰ ਇਹਦੇ ਕਾਬਿਲ ਸਮਝਿਆ ਹੁਣ ਸੱਬਿਆ ਧੰਨਵਾਦ ਬਹੁਤ ਬਹੁਤ ਧੰਨਵਾਦ ਤਾਂ ਸਿੱਧਾ ਸਵਾਲ ਜਵਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਸਾਡੀ ਕੋਸ਼ਿਸ਼ ਇਹੀ ਸੀ ਕਿ ਜਦੋਂ ਇਲੈਕਸ਼ਨ ਦਾ ਮਾਹੌਲ ਹੈ ਤਾਂ ਉਸ ਸਮੇਂ ਕਿਸਾਨ ਆਗੂ ਕੀ ਕਰ ਰਹੇ ਨੇ ਪੋਲੀਟੀਕਲ ਪਾਰਟੀਆਂ ਨੂੰ ਲੈ ਕੇ ਉਹਨਾਂ ਦੀ ਕੀ ਵਿਚਾਰਤਾ رائے ਤੇ ਪੂਰੇ ਇਲੈਕਸ਼ਨ ਨੂੰ ਉਹ ਕਿਸ ਨਜ਼ਰ ਨਾਲ ਦੇਖ ਰਹੇ ਨੇ ਬਹੁਤ ਸਾਰੇ ਸਵਾਲ ਜਵਾਬ ਹੋਏ ਨੇ ਬਿਵਾਕੀ ਨਾਲ ਉਹਨਾਂ ਨੇ ਜਵਾਬ ਦਿੱਤਾ ਇਸ ਗੱਲਬਾਤ ਦੇ ਵਿੱਚ ਇਨਾਈ ਧੰਨਵਾਦ